ਸਤਿਗੁਰ ਨਾਨਕ ਤੂੰ ਬਲਹਾਰੇ ਜਿਨ ਕਲ ਰਾਖੀ ਮੇਰੀ ਸਤਿਗੁਰ ਨਾਨਕ ਤੂੰ ਬਲਹਾਰੇ ਨਾਮ ਤੁੰਗ ਨਗਾਰੇ
जिसके सिर ऊपर तू स्वामी सौ दुख कैसा पावे बोल न जाने माया मद माता मरना चीत न आवे मेरे राम राय तू संतां का संत तेरे तेरे सब को पौकिश नाही यम नहीं आवे नेड़े जो तेरे रंग राते स्वामी तिनका जन्म मरण दुख नासा तेरी बख्श न मिटे कोई सतगुर का दलाता नाम तिहाइन सुख पल पाइन आठ पैर अराधे तेरी शरण तेरे प्रवासे पांच दुष्ट लहता दे ज्ञान ध्यान किस कर्म न जाना सार न जाना तेरी सब ते बड़ा सतगुरु नानक सब ते बड़ा सतगुरु नानक जिन कर राखी मेरी सौ दुख कैसा पावे जिस दा राखा है परमात्मा सौ दुख कैसा पावे जिस दा राखा है परमात्मा सुध कैसा पावे जिसका 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 राखा है परमात्मा राखा है परमेश्वर जिसका राखा है राखा है परमेश्वर जिसका राखा है परमात्मा राखा है परमेश्वर जिसका राखा है परमात्मा राखा है परमेश्वर जिसका राखा है परमात्मा राखा है परमात्मा ਸਤਿਕਾਰਯੋਗ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰਸਵਾਰੀ ਸਤਸੰਗ ਜੀਓ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੇ ਦੁਨਿਆਵੀ ਧੰਦੇ ਧੰਧਾਰਨ ਤੋਂ ਛੁਟਕਾਰਾ ਪਾ ਕਰਕੇ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਪਵਿੱਤਰ ਉੱਚੀ ਸੁੱਚੀ ਅਤੇ ਨਿੱਘੀ ਗੋਦ ਵਿੱਚ ਪੁੱਜ ਕੇ ਆਪਣੀ ਜ਼ਿੰਦਗੀ ਦੀਆਂ ਆਪਣੇ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਗੁਰੂ ਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਜਾਨੀ ਕਿਰਪਾਲਤਾ ਕਰ ਤਾਂ ਤੇ ਆਓ ਥੋੜ੍ਹਾ ਜਿਹਾ ਸਮਾਂ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਲਾਈਏ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆਂ ਅਤੇ ਸੰਸਾਰ 'ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਅਸੀਂ ਸਤਸੰਗ ਜਿਤਨੇ ਵੀ ਬੈਠੇ ਹਾਂ ਆਇਆ ਕਿਉਂਕਿ ਬਿਜ਼ਨਸਮੈਨ ਹੈ ਸਰਵਿਸਮੈਨ ਹੈ ਜ਼ਿਮੀਂਦਾਰ ਹੈ ਸਾਡੀ ਸਾਰਿਆਂ ਦੀ ਦਿਨ ਰਾਤ ਦੀ ਇੱਕੋ ਕੋਸ਼ਿਸ਼ ਤੁਰੀ ਆ ਰਹੀ ਕਿ ਅਸੀਂ ਸੁਖੀ ਹੋ ਜਾਈਏ ਸਤਸੰਗ ਇਤਨੇ ਸੁਖੀ ਹੋ ਜਾਈਏ ਕਿ ਕਿਸੇ ਵੀ ਕਿਸਮ ਦਾ ਦੁੱਖ ਸਾਡੇ ਨੇੜੇ ਨਾ ਆਵੇ ਸਾਨੂੰ ਨਾ ਲੱਗੇ ਸਤਸੰਗ ਸਾਰੇ ਸੁੱਖਾਂ ਦੀ ਪ੍ਰਾਪਤੀ
ਸਾਰੇ ਦੁੱਖਾਂ ਦੀ ਨਿਵਿਰਤੀ ਵਾਹਿਗੁਰੂ ਅੰਤਰਜਾਮੀ ਦੇ ਨਾਮ ਵਿੱਚ ਹੈ। ਵਾਹਿਗੁਰੂ ਆਨੰਦ ਦਾ ਸਾਗਰ ਹੈ, ਵਾਹਿਗੁਰੂ ਉਹ ਹਸਤੀ ਹੈ ਜਿਸ ਤੋਂ ਪਰੇ ਕੁਛ ਵੀ ਨਹੀਂ ਹੈ। ਖਾਲਸਾ ਜੀ, ਸਾਡਾ ਸਾਰਿਆਂ ਦਾ ਆਦਿ ਮੱਧ ਅੰਤ ਇੱਕ ਵਾਹਿਗੁਰੂ ਹੀ ਹੈ। ਸਾਸੋਂ ਤੇਲ ਤਿਲਾਂ ਦੇ ਵਿੱਚੋਂ ਨਿਕਲਿਆ ਕਰਦਾ, ਰੇਤ ਦੇ ਕਣਾਂ ਦੇ ਵਿੱਚੋਂ ਕਦੇ ਤੇਲ ਨਹੀਂ ਨਿਕਲਿਆ ਕਰਦਾ। ਸਤਸੰਗ ਜੀ, ਜੇ ਵਿਚਾਰ ਕਰਕੇ ਅਸੀਂ ਵੇਖਿਆ ਜਾਵੇ, ਸੁੱਖ ਉੱਥੋਂ ਮਿਲਣਾ ਜਿੱਥੇ ਸੁੱਖ ਹੈ। ਸੁੱਖ ਇੱਕ ਪਰਮੇਸ਼ਰ ਦੇ ਨਾਮ ਦੇ ਵਿੱਚ ਹੈ। ਮਾਫ਼ ਕਰਨਾ, ਜਦੋਂ ਜਿਵੇਂ ਅਸੀਂ ਕੋਈ ਕੰਮ ਕਰਦੇ ਹਾਂ, ਕੰਮ ਕਰਨ ਤੋਂ ਪਹਿਲਾਂ ਸੋਚਦੇ ਹਾਂ ਸਾਨੂੰ ਇਸ ਕੰਮ 'ਚ ਕੀ ਪ੍ਰੋਫਿਟ ਹੋਏਗਾ, ਕੀ ਫਾਇਦਾ ਹੋਏਗਾ, ਕੀ ਲਾਭ ਹੋਏਗਾ। ਫਸਟ ਆਫ ਆਲ ਵੀ ਸੀ ਇਟ ਕਿ ਸਾਨੂੰ ਇਹਦਾ ਫਾਇਦਾ ਕੀ ਹੋਏਗਾ। ਇਵੇਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਦੇ ਸ਼ੁਰੂ ਵਿੱਚ ਹੀ ਸਾਨੂੰ ਦੱਸ ਰਹੇ ਨੇ ਕਿ ਜੇਕਰ ਤੂੰ ਨਾਮ ਜਪੇਗਾ, ਭਜਨ ਕਰੇਗਾ, ਸਿਮਰਨ ਕਰੇਗਾ, ਤੈਨੂੰ ਇਹਦਾ ਕੀ ਫਲ ਜਾਣੀ ਲਾਭ ਪ੍ਰਾਪਤ ਹੋਏਗਾ। ਗੁਰੂ ਜੀ ਫਰਮਾਉਂਦੇ ਹਨ, ਸਿਮਰੋ ਸਿਮਰੋ, ਫਿਰ ਕਿਆ ਸਿਮਰੋ, ਸਿਮਰ ਸਿਮਰ ਸੁਖ ਪਾਓ। ਨਿਸ਼ਾਨਾ ਸਾਡਾ ਸਾਰਿਆਂ ਦਾ ਸੁੱਖ ਹੈ, ਗੱਲ ਗੁਰੂ ਜੀ ਨੇ ਸੁੱਖ ਦੀ ਕੀਤੀ। ਸਿਮਰੋ ਸਿਮਰ ਸਿਮਰ, ਫਿਰ ਕੀ ਕਹਿੰਦੇ, ਸੁੱਖ ਪਾਓ। ਜਿੰਨਾ ਵੀ ਤੁਸੀਂ ਸਿਮਰਨ ਜ਼ਿਆਦਾ ਕਰੋਗੇ, ਉਹਨੇ ਸੁਖੀ ਹੁੰਦਾ ਜਾਓਗੇ। ਸਿਮਰੋ ਸਿਮਰ ਸਿਮਰ ਸੁਖ ਪਾਓ, ਕੱਲ ਕਲੇਸ਼ ਤਨ ਮਾਹੇ ਮਟਾਓ। ਗੁਰੂ ਕੀ ਸੰਗ ਵਹਿਰੂ ਅੰਤਰਜਾਮੀ ਦੀ ਸ਼ਰਨ ਪਿਆ। ਸਮਝੋ ਦੁੱਖਾਂ ਪਾਪਾਂ ਤੋਂ ਬਰੀ ਹੋਣਾ ਅਤੇ ਸੁੱਖਾਂ ਵੱਲ ਵਧਣਾ ਹੈ। ਕਿਸੇ ਜੰਗਲ ਦੇ ਵਿੱਚ ਇੱਕ ਦ੍ਰਿਸ਼ਟਾਂਤ ਦੇ ਜ਼ਰੀਏ ਸਮਝ ਆ ਜਾਏਗਾ। ਕਿਸੇ ਜੰਗਲ ਦੇ ਵਿੱਚ ਗੁਰੂ ਕੀ ਸੰਗ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਵਾਸਤੇ ਜਾਂਦਾ। ਸਤਸੰਗ, ਜੰਗਲ ਦੇ ਵਿੱਚ ਹਿਰਨੀ ਨਿਕਲਦੀ ਹੈ। ਸ਼ਿਕਾਰੀ ਨੇ ਹਿਰਨੀ ਨੂੰ ਪਕੜਨ ਵਾਸਤੇ ਇੱਕ ਪਾਸੇ ਜਾਲ ਲਾ ਦਿੱਤਾ, ਦੂਜੇ ਪਾਸੇ ਜੰਗਲ ਦੇ ਗੁਰੂ ਕੀ ਸੰਗ ਸ਼ਿਕਾਰੀ ਨੇ ਕੁੱਤੇ ਖੜ੍ਹੇ ਕਰਤੇ, ਤੀਜੇ ਪਾਸੇ ਸ਼ਿਕਾਰੀ ਆਪ ਹੱਥ 'ਚ ਬੰਦੂਕ ਫੜੀ ਹੋਈ ਹੈ। ਮਾਫ਼ ਕਰਨਾ ਗੁਰੂ ਕੀ ਸੰਗ, ਚੌਥੇ ਪਾਸੇ ਜੰਗਲ ਦੇ ਸ਼ਿਕਾਰੀ ਨੇ ਅੱਗ ਲਾ ਦਿੱਤੀ। ਸਤਸੰਗ ਜੀ, ਉਹ ਹਿਰਨੀ ਨੂੰ ਫੜਨ ਵਾਸਤੇ, ਉਹ ਜਿਹੜੀ ਹਿਰਨੀ ਹੈ ਮਾਫ਼ ਕਰਨਾ ਚਾਰਾਂ ਪਾਸਿਆਂ ਤੋਂ ਘਿਰੀ ਹੋਈ ਹੈ। ਇੱਕ ਪਾਸੇ ਦੇਖਦੀ ਹੈ ਸ਼ਿਕਾਰੀ ਦੇ ਕੁੱਤੇ ਭੌਂਕਦੇ ਨੇ, ਦੂਜੇ ਪਾਸੇ ਅੱਗ ਲੱਗੀ ਹੈ, ਤੀਜੇ ਪਾਸੇ ਸ਼ਿਕਾਰੀ ਖੜ੍ਹਾ ਹੈ, ਚੌਥੇ ਪਾਸੇ ਮਾਫ਼ ਕਰਨਾ ਗੁਰੂ ਕੀ ਸੰਗਤ, ਜੰਗਲ ਦੇ ਵਿੱਚ ਸ਼ਿਕਾਰੀ ਨੇ ਅੱਗ ਲਾਈ ਹੋਈ ਹੈ। ਹਿਰਨੀ ਚਾਰਾਂ ਪਿਸਾਂ ਪਾਸਿਆਂ ਤੋਂ ਘਿਰੀ ਹੋਈ ਹੈ। ਵਹਿਰੂ ਕੀੜੀ ਤੋਂ ਲੱਗ ਕੇ ਬਰਮਾ ਤੱਕ ਸਭ ਦੀਆਂ ਸੁਣਦਾ। ਹਜ਼ੂਰ ਫਰਮਾਉਂਦੇ ਨੇ, ਚੀਟੀ ਅਤੇ ਕੁੰਚਰ ਅਸਥੂਲਾ, ਸਾਰੇ ਪੜੋ, ਚੀਟੀ ਅਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਵਹਿਰੂ ਦੀ ਰਹਿਮਤ ਅਤੇ ਨਜ਼ਰ, ਵਹਿਰੂ ਦੀ ਕਿਰਪਾ ਦ੍ਰਿਸ਼ਟੀ ਬਖਸ਼ਿਸ਼ ਸਾਰਿਆਂ 'ਤੇ ਇੱਕ ਹੈ। ਸਤਸੰਗ ਜੀ, ਹਿਰਨੀ ਇੱਕ ਪਾਸੇ ਜਾਂਦੀ, ਕੁੱਤੇ ਭੌਂਕਦੇ ਨੇ, ਦੂਜੇ ਪਾਸੇ ਜਲ ਲੱਗਿਆ, ਤੀਜੇ ਪਾਸੇ ਸ਼ਿਕਾਰੀ ਖੜ੍ਹਾ, ਚੌਥੇ ਪਾਸੇ ਅੱਗ ਲੱਗੀ ਹੋਈ। ਹਿਰਨੀ ਨੇ ਵੇਖਿਆ ਵੀ ਇੱਥੋਂ ਮੇਰਾ ਬਚਣਾ ਬੜਾ ਮੁਸ਼ਕਲ ਹੈ। ਆਪਣੀ ਬਾਣੀ ਦੇ ਵਿੱਚ, ਮਾਫ਼ ਕਰਨਾ, ਆਪਣੀ ਬੋਲ ਬਾਣੀ ਦੇ ਵਿੱਚ ਹਿਰਨੀ ਨੇ ਉਹ ਤਾਂ ਨੂੰ ਮੂੰਹ ਕਰਕੇ ਗੁਰੂ ਕੀ ਸਿੰਘ ਪੂਰੀ ਪਰਿਪੂਰਨ ਪਰਮੇਸ਼ਰ ਪਰਮਾਤਮਾ ਨੇ ਅੱਗੇ ਅਰਦਾਸ ਕੀਤੀ, ਹੇ ਗਰੀਬ ਨਵਾਜ, ਹੇ ਦੀਨਾ ਬੰਧੂ, ਹੇ ਸਰਵ ਸ਼ਕਤੀਮਾਨ, ਹੇ ਕਿਰਪਾ ਦੇ ਖਜ਼ਾਨੇ, ਪਰਿਪੂਰਨ ਪਰਮਾਤਮਾ ਨਿਰੰਕਾਰ, ਮੈਂ ਚਾਰ ਸ਼ਫਰੇ ਦੇਖਦੀ ਹਾਂ, ਮੈਂ ਇਹੋ ਜਿਹੀ ਮੁਸੀਬਤ 'ਚ ਘਿਰੀ ਹੋਈ ਹਾਂ ਕਿ ਇੱਥੇ ਮੇਰੀ ਵੀ ਕੋਈ ਇਮਦਾਦ ਹੋ ਸਕਦੀ ਹੈ, ਮੇਰੀ ਵੀ ਕੋਈ ਸਹਾਇਤਾ ਹੋ ਸਕਦੀ, ਮੈਨੂੰ ਆਪਣੀ ਜਾਨ ਦੇ ਬਚਾਅ ਦਾ ਕੋਈ ਵੀ ਰਾਹ ਨਜ਼ਰ ਨਹੀਂ ਆ ਰਿਹਾ। ਇਸਨੇ ਮੂੰਹ ਉਤਾਂਹ ਕਰਕੇ ਗੁਰੂ ਕੀ ਸੰਗਤ ਨੂੰ ਅਰਦਾਸ ਕੀਤੀ। ਪੰਛੀ ਇੱਕ ਤੇ ਸ਼ਿਕਾਰੀ ਬਹੁਤ, ਮਤਕੀ ਓਟ ਤੇਰੀ ਵਾਹਿਗੁਰੂ, ਇੱਕ ਤੇ ਸ਼ਿਕਾਰੀ ਬਹੁਤ, ਪੱਕੀ ਓਟ ਤੇਰੀ ਮਾਨਕਾ, ਪੰਛੀ ਇੱਕ ਤੇ ਸ਼ਿਕਾਰੀ ਬਹੁਤ, ਪੱਕੀ ਓਟ ਤੇਰੀ ਮਾਨਕਾ, ਪੰਛੀ ਇੱਕ ਤੇ ਸ਼ਿਕਾਰੀ ਬਹੁਤ, ਪੱਕੀ ਓਟ ਤੇਰੀ ਵਾਹਿਗੁਰੂ, ਇੱਕ ਤੇ ਸ਼ਿਕਾਰੀ ਸ਼ਿਕਾਰੀ ਬਹੁਤ, ਪੱਕੀ ਓਟ ਤੇਰੀ ਵਾਹਿਗੁਰੂ, ਪੰਛੀ ਇੱਕ ਤੇ ਸ਼ਿਕਾਰੀ ਬਹੁਤ,
ਤੱਕੀ ਓਟ ਤੇਰੀ ਆਵਾਜ਼ ਜ਼ਰੂਰ ਪੰਜੀ ਇੱਕ ਤੇ ਹਜਦਾਰੀ ਮਾਂ ਤੇ ਤੱਕੀ ਓਟ ਤੇਰੀ ਪੰਜੀ ਇੱਕ ਤੇ ਹਜਦਾਰੀ ਮਾਂ ਤੇ ਤੱਕੀ ਓਟ ਤੇਰੀ ਮਾਂ ਬੋਲਿਆ ਕਰੋ ਬੀਬੀਓ ਮੇਰੇ ਪਿਆਰੇ ਤੱਕੀ ਓਟ ਤੇਰੀ ਵਾਹਿਗੁਰੂ ਜੀ ਬਾਬਾ ਮਾਬਾ ਮੈਂ ਤੱਕੀ ਓਟ ਤੇਰੀ ਵਾਹਿਗੁਰੂ ਮੇਰੇ ਪਿਆਰੇ ਤੱਕੀ ਓਟ ਤੇਰੀ ਵਾਹਿਗੁਰੂ ਮੇਰੇ ਪਿਆਰੇ ਤੱਕੀ ਓਟ ਤੇਰੀ ਵਾਹਿਗੁਰੂ ਇੱਕ ਤੇ ਸ਼ਿਕਾਰੀ ਸ਼ਿਕਾਰੀ ਬਹੁਤੇ ਤੱਕੀ ਓਟ ਤੇਰੀ ਵਾਹਿਗੁਰੂ ਪੰਛੀ ਇੱਕ ਤੇ ਸ਼ਿਕਾਰੀ ਬਹੁਤੇ ਮੈਂ ਤੱਕੀ ਓਟ ਤੇਰੀ ਵਾਹਿਗੁਰੂ ਇੱਕ ਤੇ ਸ਼ਿਕਾਰੀ ਬਹੁਤੇ ਤੱਕੀ ਓਟ ਤੇਰੀ ਵਾਹਿਗੁਰੂ ਪੰਛੀਕ ਤੇ ਜੁਕਾਰੀ ਮਾਤੇ ਤੱਕੀ ਓਟ ਤੇਰੀ ਵਾਹਿਗੁਰੂ ਆਪਣੀ ਬੋਲੀ ਦੇ ਵਿੱਚ ਅਰਦਾਸ ਕੀਤੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਮੈਨੂੰ ਇੱਥੋਂ ਕੋਈ ਵੀ ਬਚਾ ਦਾ ਰਾਹ ਨਜ਼ਰ ਨਹੀਂ ਆਉਂਦਾ ਗੁਰੂ ਕੀ ਸੰਗਤ ਗੁਰਬਾਣੀ 'ਚ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜੈ ਮਾਤ ਪਿਤਾ ਸਤਮੀਤ ਨਾ ਪਾਈ ਮਨ ਊਹਾਂ ਨਾਮ ਤੇਰੇ ਸੰਗ ਸਹਾਈ ਜਿੱਥੇ ਮਾਂ ਬਾਪ ਭੈਣ ਭਾਈ ਸਾਖ ਸੰਬੰਧੀ ਤੇਰੀ ਇਮਦਾਦ ਨਹੀਂ ਕਰ ਸਕਣਗੇ ਸਹਾਇਤਾ ਨਹੀਂ ਕਰ ਸਕਣਗੇ ਉੱਥੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੇ ਤੇਰੀ ਸਹਾਇਤਾ ਕਰਨੀ ਤੇਰਾ ਮਦਦਗਾਰ ਹੋਣਾ ਫਿਰਨੀ ਨੇ ਆਪਣੀ ਬੋਲੀ ਦੇ ਵਿੱਚ ਅਰਦਾਸ ਕੀਤੀ ਸਾਡੀਆਂ ਆਸਾਂ ਕਈ ਨੇ ਸਹਾਰੇ ਕਈ ਨੇ ਸਵੇਰੇ ਅਸੀਂ ਕਬਰਾਂ ਦੇ ਮੱਥੇ ਟੇਕਦੇ ਹਾਂ ਕਿਤੇ ਜੋਤਸ਼ੀਆਂ ਨੂੰ ਹੱਥ ਵਿਖਾਉਂਦੇ ਹਾਂ ਕਦੇ ਕਿਤੇ ਜਾਂਦੇ ਹਾਂ ਕਦੇ ਕਿਤੇ ਜਾਂਦੇ ਹਾਂ ਇਸੇ ਕਰਕੇ ਸਾਡੀ ਭਾਵਨਾ ਪੂਰੀ ਨਹੀਂ ਹੁੰਦੀ ਹਜ਼ੂਰ ਫਰਮਾਉਂਦੇ ਨੇ ਇੱਕ ਉੱਪਰ ਜਿਸ ਜਨ ਕੀ ਆਸਾ ਜਿਸ ਕੀ ਕਟੀਏ ਜਮ ਕੀ ਫਾਸਾ ਜਿਹਦਾ ਇੱਕ 'ਤੇ ਵਿਸ਼ਵਾਸ ਹੈ ਇੱਕ ਵਾਹਿਗੁਰੂ ਪਰਮੇਸ਼ਰ 'ਤੇ ਭਰੋਸਾ ਹਿਰਨੀ ਨੇ ਆਪਣੀ ਬੋਲੀ ਦੇ ਵਿੱਚ ਅਰਦਾਸ ਗੁਰੂ ਕੀ ਸੰਗਤ ਕੀਤੀ ਜਿਵੇਂ ਕਿਸੇ ਰਾਜੇ ਦੇ ਕੋਈ ਔਲਾਦ ਨਹੀਂ ਸਾਸਨ ਤਿੰਨਾਂ ਗੱਲਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਪਹਿਲੇ ਨੰਬਰ 'ਤੇ ਮਨ ਦੀ ਸ਼ਰਧਾ ਸ਼ਰਧਾ ਨੂੰ ਭਗਤੀ ਦੀ ਮਾਂ ਮੰਨੇ ਜਿੱਥੇ ਸ਼ਰਧਾ ਹੈਗੀ ਉੱਥੇ ਗੁਰੂ ਕੀ ਸੰਗਤ ਮਾਫ਼ ਕਰਨ ਸਾਰੀਆਂ ਬਰਕਤਾਂ ਸਾਰੀਆਂ ਸ਼ਕਤੀਆਂ ਇਕੱਠੀਆਂ ਹੋ ਜਾਇਆ ਕਰਦੀਆਂ ਹਨ ਸ਼ਰਧਾ ਕਹਿ ਲਓ ਪ੍ਰੇਮ ਕਹਿ ਲਓ ਭਾਵਨਾ ਕਹਿ ਲਓ ਆਸਾ ਕਹਿ ਲਓ ਮਨਸਾ ਕਹਿ ਲਓ ਇਹਨੂੰ ਪਿਆਰ ਕਹਿ ਲਓ ਇਹਨੂੰ ਭਾਉ ਕਹਿ ਲਓ ਇਹਨਾਂ ਅੱਖਰਾਂ ਦਾ ਫਰਕ ਹੈ ਪਰ ਇਹਦਾ ਅੰਤਰੀਵ ਅਰਥ ਇਹਨੂੰ ਪ੍ਰੇਮ ਕਹਿ ਲਓ ਇਹਨੂੰ ਸ਼ਰਧਾ ਕਹਿ ਲਓ ਇੱਕ ਨਿਕਲਦਾ ਗੁਰੂ ਕੀ ਸੰਗਤ ਹਜ਼ੂਰ ਫਰਮਾਉਂਦੇ ਨੇ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਨੇ ਆਵੈ ਹਰ ਪ੍ਰਭਜੀਤ ਐਸਾ ਵੀ ਦੱਸਣਾ ਕੀਤਾ ਸੱਚ ਕਹੋ ਸੁਣ ਲਿਓ ਸਦਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭਾਇਓ ਉਹ ਬਾਦਸ਼ਾਹ ਉਹਦੇ ਔਲਾਦ ਨਹੀਂ ਹੈ ਵਕਤ ਗੁਜ਼ਰਦਾ ਜਾਂਦਾ ਇੱਕ ਗੱਲ ਨੂੰ ਸਮਝਾਉਣ ਲੱਗਿਆ ਕਈ ਕੀ ਦਲੀਲਾਂ ਦੇਣੀਆਂ ਪੈਂਦੀਆਂ ਖੈਰ ਗੁਰੂ ਕੀ ਸੰਗਤ ਬਾਦਸ਼ਾਹ ਨੂੰ ਜੋਸ਼ੀਆਂ ਲੋਕਾਂ ਨੇ ਆਖਿਆ ਦੇਖੋ ਬਾਦਸ਼ਾਹ ਜਿਹੜੇ ਜੇ ਆਪਣੇ ਔਲਾਦ ਨਹੀਂ ਇਹਨੇ ਬੜੇ ਬੜੇ ਜੋਸ਼ੀ ਇਕੱਠੇ ਕੀਤੇ ਕਹਿਣ ਲੱਗਾ ਮੇਰੇ ਘਰੇ ਔਲਾਦ ਨਹੀਂ ਕੋਈ ਸੰਤਾਨ ਨਹੀਂ ਕੋਈ ਔਲਾਦ ਨਹੀਂ ਰਾਜ ਨੂੰ ਸੰਭਾਲਣ ਵਾਲਾ ਆਉਣ ਵਾਲੇ ਵਕਤ 'ਚ ਕੋਈ ਵਾਰਿਸ਼ ਨਹੀਂ ਹੈ ਕਿਰਪਾ ਕਰੋ ਕੋਈ ਰਾਹ ਦੱਸੋ ਮੇਰੇ ਘਰੇ ਕੋਈ ਬੱਚਾ ਜਨਮ ਲਵੇ ਗੁਰੂ ਕੀ ਸੰਗਤ ਜੋਸ਼ੀਆਂ ਨੇ ਆਖਿਆ ਦੇਖੋ ਸਰਕਾਰ ਜੇਕਰ ਤੁਸੀਂ ਕਿਸੇ ਦੇ ਬੱਚੇ ਨੂੰ ਮੁੱਲ ਲੈ ਕੇ ਨਾ ਉਸ ਬੱਚੇ ਦੀ ਮਾਫ਼ ਕਰਨਾ ਅਮਕੇ ਅਮਕੇ ਦੇਵੀ ਦੇ ਮੰਦਰ ਦੇ ਵਿੱਚ ਜਾ ਕੇ ਬਲੀ ਦੇਵੋ
ਦੇਵੀ ਪ੍ਰਸੰਨ ਹੋ ਕੇ ਵਰ ਦੇਵੇਗੀ, ਤੁਹਾਡੇ ਘਰੇ ਬੱਚਾ ਜਨਮ ਲਵੇਗਾ। ਵਕਤ ਦਾ ਬਾਦਸ਼ਾਹ ਸੀ, ਖਜ਼ਾਨੇ ਭਰੇ ਨੇ ਧਨ ਦੀ ਦੌਲਤ, ਕੋਈ ਕਸਰ ਨਹੀਂ ਡਾਉਂਡੀ ਪਰਿਵਾਰ ਦੀ। ਔਰ ਇਹ ਗੱਲ ਕਹਿਤੀ ਕਿ ਜਿਹੜਾ ਬੱਚਾ ਮੇਰੇ ਪਾਸ ਕੋਈ ਵੇਚੇਗਾ ਉਹਨੂੰ ਮੰਗਿਆ ਧਨ ਦਿੱਤਾ ਜਾਏਗਾ। ਸਤਸੰਗਤ, ਮੋਹ ਮਮਤਾ ਦੇਹ ਮਮਤਾ ਦੋ ਚੀਜ਼ਾਂ ਸਾਡੇ ਸਾਰੇ ਚੀ ਨੇ। ਮੋਹ ਮਮਤਾ ਕਿਹਨੂੰ ਕਹਿੰਦੇ, ਦੇਹ ਮਮਤਾ ਕਿਹਨੂੰ ਕਹਿੰਦੇ? ਮੋਹ ਮਮਤਾ, ਜੇ ਪਰਿਵਾਰ ਦਾ ਕੋਈ ਮੈਂਬਰ ਬਿਮਾਰ ਹੋਵੇ, ਭਾਵੇਂ ਘਰ ਦੇ ਵਿੱਚ ਜੋ ਕੁਝ ਮਰਜ਼ੀ ਹੋਵੇ, ਕੁਝ ਵੀ ਚੰਗਾ ਨਹੀਂ ਲੱਗਿਆ ਕਰਦਾ ਬੱਚਿਆਂ ਨਾਲ ਮੋਹ, ਪਰਿਵਾਰ ਨਾਲ ਮੋਹ। ਦੂਜੇ ਨੰਬਰ 'ਤੇ ਦੇਹ ਮਮਤਾ, ਜੇ ਸਾਸੰਗ ਪਰਿਵਾਰ ਠੀਕ ਹੋਵੇ, ਆਪਣਾ ਸਰੀਰ ਠੀਕ ਨਾ ਹੋਵੇ, ਫਿਰ ਵੀ ਸਾਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਮੋਹ ਮਮਤਾ ਔਰ ਦੇਹ ਮਮਤਾ ਇਹ ਜਾਨਵਰਾਂ ਵਿੱਚ ਵੀ ਹਨ। ਕਿਸੇ ਕੁੱਤੀ ਦੇ ਬੱਚੇ ਨੂੰ ਡੰਡਾ ਮਾਰ ਕੇ ਦੇਖੋ, ਉਹ ਕੁੱਤੀ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ। ਖਾਲਸਾ ਜੀ, ਕਿਸੇ ਪੰਛੀ ਨੂੰ ਵੜ ਕੇ ਦੇਖੋ। ਖੈਰ, ਗੁਰੂ ਕੀ ਸੰਗਤ ਮੁੱਕ ਦੀ ਗੱਲ ਕੀ, ਕੋਈ ਵੀ ਆਪਣਾ ਬੱਚਾ ਵੇਚਣ ਵਾਸਤੇ ਤਿਆਰ ਨਹੀਂ ਹੈ। ਇੱਕ ਗਰੀਬ ਘਰ ਦਾ ਬੱਚਾ ਸੀ, ਦੁਨੀਆਂ ਭਗਤੀ ਮਾਰਗ ਨੂੰ ਵਾਧੂ ਸਮਝਦੀ ਹੈ। ਐਵੇਂ ਗੱਲਾਂ ਕਰਨੀਆਂ ਕੀ ਸਭ ਕੀ ਔਖੀਆਂ ਨੇ, ਜਿੰਨੀਆਂ ਮਰਜ਼ੀ ਗੱਲਾਂ ਬਣਾ ਦਿਓ, ਗੱਲ ਕਰਨ ਲੱਗੇ ਹਾਂ। ਸਤਸੰਗ ਜੀ, ਕਿਹੜਾ ਕੋਈ ਹੋਰ ਲੱਗਦਾ? ਜਿਵੇਂ ਮਹਾਤਮਾ ਬੁੱਧ ਕਥਾਕਾਰਨ ਨੇ ਮਹਾਤਮਾ ਬੁੱਧ, ਤਾਂ ਇੱਕ ਕੋਈ ਮਾਫ ਕਰਨਾ ਮਨਮੁੱਖ ਬੰਦਾ ਆਇਆ, ਆਉਂਦੇ ਉਹਨੇ ਮਹਾਤਮਾ ਬੁੱਧ ਦੇ ਮੂੰਹ 'ਤੇ ਥੁੱਕ ਦਿੱਤਾ। ਜਦੋਂ ਥੁੱਕ ਦਿੱਤਾ, ਉਹਨਾਂ ਪੱਲੂ ਲੈ ਕੇ ਥੁੱਕ ਸਾਫ ਕਰ ਲਿਆ, ਫਿਰ ਕਥਾ ਸ਼ੁਰੂ ਕਰਤੀ। ਉਹ ਸੰਗਤ ਬੈਠੀ ਸੀ, ਲੱਗੀ ਕਹਿਣ, ਬਾਬਾ ਜੀ ਇਹਨੂੰ ਤੁਸੀਂ ਕਿਹਾ ਕੁਛ ਨਹੀਂ, ਇਹਨੇ ਤੁਹਾਡੇ ਮੂੰਹ 'ਤੇ ਥੁੱਕ ਦਿੱਤਾ। ਸੰਤ ਕਹਿੰਦੇ, ਕਹਿਣਾ ਕੀ ਸੀ? ਮਹਾਤਮਾ ਬੁੱਧ ਕਹਿੰਦੇ ਕਹਿਣਾ ਕੀ ਸੀ? ਇਹਦੇ ਕੋਲ ਹੈ ਹੀ ਥੁੱਕ ਸੀ, ਇੱਕ ਵਾਰੀ ਕਹਿ ਦਿਓ, ਇਹਦੇ ਕੋਲ ਹੈ ਹੀ ਥੁੱਕ ਸੀ, ਇਹਨੇ ਥੁੱਕ ਹੀ ਦੇਣਾ ਸੀ, ਹੋਰ ਕੀ ਕਰਨਾ ਸੀ। ਇਸੇ ਤਰ੍ਹਾਂ ਗੁਰੂ ਕੀ ਸੰਗਤ ਮਾਫ ਕਰਨਾ, ਜਿਹੜੇ ਸੱਤ ਪੁਰਸ਼ ਨੇ ਉਹ ਜਿੱਥੇ ਜਾਏ ਬਈ ਉਹ ਤਿੱਥੇ ਭਲਾ ਕਹੀਏ, ਭਲੇ ਦੀ ਗੱਲ ਕਰਦੇ ਹਨ। ਖੈਰ, ਕੋਈ ਬੱਚਾ ਨਹੀਂ ਆਪਣਾ ਵੇਚਦਾ। ਖੈਰ, ਇੱਕ ਗਰੀਬ ਜਿਹਾ ਪਰਿਵਾਰ, ਉਹਨਾਂ ਦਾ ਨਾ 11 ਸਾਲ ਦੀ ਉਮਰ ਦਾ ਬੱਚਾ, ਪਿਛਲੇ ਜਨਮ ਦੇ ਸੰਸਕਾਰ ਹੁੰਦੇ ਨੇ, ਬਿਨਾਂ ਚੰਗੇ ਕਰਮਾਂ ਤੋਂ ਗੁਰੂ ਘਰ ਆ ਕੇ ਬਹਿਣਾ ਤਾਂ ਕਿ ਗੁਰੂ ਘਰ ਆਉਣ ਦਾ ਫੁਰਨਾਮ ਨਹੀਂ ਬਣ ਸਕਦਾ। ਪਿਛਲੇ ਜਨਮ ਦੇ ਕਰਮਾਂ ਦੇ ਪ੍ਰੇਰੇ ਅਸੀਂ ਗੁਰੂ ਘਰ ਆਉਂਦੇ ਹਾਂ। ਕਰਮ ਕੀ ਨੇ? ਚੰਗੇ ਕਰਮ ਕਹਿੰਦੇ ਚੱਲ ਗੁਰੂ ਘਰ, ਚੰਗੇ ਕਰਮ ਕਹਿੰਦੇ ਸੁਣ ਬਾਣੀ, ਸੁਣ ਕੀਰਤਨ, ਮਾਫ ਕਰਨਾ, ਕਰ ਸੇਵਾ। ਪਰ ਮਾੜੇ ਕਰਮ ਕੀ ਕਹਿੰਦੇ? ਗੁਰਦੁਆਰੇ ਕੀ ਰੱਖਿਆ, ਸੇਵਾ 'ਚ ਕੀ ਰੱਖਿਆ, ਬਾਣੀ ਪੜ੍ਹਨ 'ਚ ਕੀ ਰੱਖਿਆ, ਨਾਮ ਜਪਣ 'ਚ ਕੀ ਰੱਖਿਆ? ਖੈਰ, ਗੁਰੂ ਕੀ ਸੰਗਤ ਇਹ ਕਰਮਾਂ ਦਾ ਹੀ ਚੱਕਰ ਹੈ। ਮਨ ਮੂਰਖ ਕਾਹੇ ਬਿਲ ਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ। ਖੈਰ, ਗੁਰੂ ਕੀ ਸੰਗਤ, ਇਹ ਗਰੀਬ ਘਰ ਦਾ ਬੱਚਾ ਸੀ, 11 ਸਾਲ ਦੀ ਉਮਰ ਹੈ। ਜਿੱਥੇ ਜਿੱਥੇ ਉਹਨੂੰ ਸਮਾਂ ਮਿਲਦਾ, ਸਤਸੰਗਤ ਹੁੰਦੀ, ਸੁਣਦਾ, ਉੱਥੇ ਜਾਂਦਾ, ਸਤਪੁਰਸ਼ਾਂ ਦੀ ਸੰਗਤ ਕਰਦਾ, ਹਰ ਸਮੇਂ ਗੁਰੂ ਕੀ ਸੰਗਤ ਰਾਮ ਰਾਮ ਹੀ ਕਰਦਾ ਰਹਿੰਦਾ। ਜਵਾਹਰ ਗੁਰੂ ਜੀ ਕਹਿੰਦੇ, ਪਰਮੇਸ਼ੁਰ ਦੇ ਅਨੇਕਾਂ ਨਾਮ ਨੇ, ਅਨੇਕਾਂ ਨਾਵਾਂ ਵਾਲਾ ਹੋ ਕੇ ਵੀ ਪਰਮੇਸ਼ੁਰ ਇੱਕ ਹੈ। ਖੈਰ, ਗੁਰੂ ਕੀ ਸੰਗਤ, ਉਹਨੇ ਸੋਚਿਆ ਸਾਡਾ ਬੱਚਾ ਕੰਮ ਨਹੀਂ ਕਰਦਾ ਕੋਈ, ਚਲੋ ਇਹਨੂੰ ਬਾਦਸ਼ਾਹ ਦੇ ਵੇਚ ਦਿੰਦੇ। ਜਦੋਂ ਗੁਰੂ ਕੀ ਸੰਗਤ ਉਹ ਬੱਚੇ ਨੂੰ ਨਾਲ ਲੈ ਕੇ ਗਏ, ਬਾਦਸ਼ਾਹ ਨੂੰ ਲੱਗੇ ਕਹਿਣ ਵੀ ਅਸੀਂ ਆਹ ਤੁਹਾਨੂੰ ਆਪਣਾ ਬੱਚਾ ਵੇਚਣਾ ਚਾਹੁੰਦੇ। ਖੈਰ, ਰਾਜੇ ਨੇ ਬੱਚੇ ਨੂੰ ਖਰੀਦ ਲਿਆ, ਖਜ਼ਾਨੇ ਦਾ ਦਰਵਾਜ਼ਾ ਖੋਲ ਦਿੱਤਾ, ਕਹਿੰਦਾ ਜਿੰਨੀ ਮਾਇਆ ਚਾਹੀਦੀ ਚੱਕ ਕੇ ਲੈ ਗਈ। ਜਦੋਂ ਮਾਇਆ ਚੱਕ ਕੇ ਲੈ ਕੇ ਚਲੇ ਗਏ, ਤਾਂ ਸਤਸੰਗ ਪੰਡਬਾਨ ਲਈ ਮਾਇਆ ਦੀ ਲੈ ਕੇ ਚਲੇ ਗਏ। ਉਹਦਾ ਰਾਜਾ ਬੱਚੇ ਨੂੰ ਕਹਿੰਦਾ, ਕਾਕਾ ਅੱਜ ਤੋਂ 7ਵੇਂ ਨੂੰ ਤੇਰੀ ਸਾਡੀ ਆਸ ਇੱਕ ਨਹੀਂ, ਸਾਡੀ ਟੇਕ ਇੱਕ ਨਹੀਂ, ਸਾਡੀ ਆਸਥਾ ਇੱਕ ਨਹੀਂ, ਸਾਡਾ ਵਿਸ਼ਵਾਸ ਇੱਕ ਤੇ ਨਹੀਂ। ਇੱਕ ਉੱਪਰ ਜਿਸ ਜਨ ਕੀ ਆਸਾ, ਜਿਸ ਕੀ ਕਟੀਐ ਜਮ ਕੀ ਫਾਸਾ। ਜਦੋਂ ਵਿਸ਼ਵਾਸ ਇੱਕ ਤੇ ਟਿਕ ਜਾਂਦਾ, ਮਾਫ ਕਰਨਾ ਗੁਰੂ ਕੀ ਸੰਗਤ, ਉਦੋਂ ਫਿਰ ਗੁਰੂ ਕੀ ਸੰਗਤ ਭਾਵਨਾ ਦਾ ਪੂਰਾ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਪ੍ਰਭ ਕੀ ਉਸਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਖੈਰ, ਰਾਜੇ ਨੇ ਬੁਲਾ ਦੇ, ਕਾਕਾ ਤੈਨੂੰ ਪਤਾ ਤੂੰ ਵਿਕ ਚੁੱਕਿਆ? ਹਾਂਜੀ, ਮੈਨੂੰ ਪਤਾ ਮੈਂ ਵਿਕ ਚੁੱਕਾ। ਰਾਜਾ ਕਹਿੰਦਾ, ਅੱਜ ਤੋਂ 7ਵੇਂ ਨੂੰ ਤੈਨੂੰ ਨਾ ਅਮਕੀ ਅਮਕੀ ਦੇਵੀ ਦੇ ਮੰਦਰ ਦੇ ਸਾਹਮਣੇ ਲਿਜਾ ਕੇ ਤੇਰੀ ਉੱਥੇ ਬਲੀ ਦਿੱਤੀ ਜਾਏਗੀ। ਜੋ ਤੂੰ ਖਾਣਾ ਖਾਲਾ, ਜੋ ਕੋਈ ਤੂੰ ਪਾਉਣਾ ਮਾਫ ਕਰਨਾ ਪਾਲਾ, ਜੋ ਤੇਰੀ ਇੱਛਾ ਹੈ ਤੂੰ ਪ੍ਰਗਟ ਕਰ। ਬੱਚੇ ਨੇ ਆਖਿਆ, ਦੇਖੋ ਸਰਕਾਰ, ਮੇਰਾ ਦੋਸ਼ ਕੋਈ ਨਹੀਂ, ਮੇਰਾ ਕਸੂਰ ਕੋਈ ਨਹੀਂ, ਮੈਨੂੰ ਕਿਹੜੀ ਗੱਲ ਪਿੱਛੇ? ਉਹ ਕਹਿਣ ਲੱਗਾ, ਮੈਂ ਇਹ ਤਾਂ ਮੈਂ ਜਾਣਦਾ ਨਹੀਂ, ਪਰ ਮੈਂ ਤੈਨੂੰ ਮੁੱਲ ਲੈ ਲਿਆ। ਖੈਰ, ਉਹਨੇ ਬੱਚੇ ਨੇ ਪ੍ਰਭੂ ਭਗਤ ਸੀ, ਵਕਤ ਗੁਜ਼ਰਦਾ ਜਾਂਦਾ, ਸਤਸੰਗ ਜੀ ਕਰਦੇ ਕਰਦੇ ਮਾਫ ਕਰਨਾ 7ਵਾਂ ਦਿਨ ਆ ਗਿਆ। ਤਾਂ ਰਾਜੇ ਦੇ ਰਾਜਮਹਿਲ ਦੇ ਪਿੱਛੇ ਇੱਕ ਬਹੁਤ ਵੱਡੀ ਸਤਸੰਗ ਕੈਦ ਸੀ, ਕੈਦ ਦੇ ਬਾਹਰ ਇੱਕ ਗਰਾਊਂਡ ਸੀ। ਉਹ ਬੱਚੇ ਨੂੰ ਜਦੋਂ ਬਾਹਰ ਕੱਢਿਆ ਗਿਆ ਨਲਾ ਤਲਾ ਕੇ, ਤਾਂ ਬੱਚੇ ਨੂੰ ਕੁਝ ਸਮਾਂ ਖੁੱਲ੍ਹਾ ਛੱਡਿਆ ਗਿਆ। ਰਾਜਾ ਕਹਿੰਦਾ, ਦਿਨ ਦੇ 2 ਵਜੇ
ਤੈਨੂੰ ਅਮਕੇ ਅਮਕੇ ਜੰਗਲ ਵਿੱਚ ਦੇਵੀ ਦਾ ਮੰਦਿਰ ਹੈ ਉੱਥੇ ਲਿਜਾਇਆ ਜਾਏਗਾ ਉੱਥੇ ਲਿਜਾਇਆ ਜਾਏਗਾ ਉੱਥੇ ਲਿਜਾ ਕੇ ਮਾਫ਼ ਕਰਨਾ ਤੇਰੀ ਬਲੀ ਦਿੱਤੀ ਜਾਏਗੀ ਖੈਰ ਉਹ ਬੱਚੇ ਨੂੰ ਇਸ਼ਨਾਨ ਕਰਕੇ ਖੁੱਲ੍ਹਾ ਛੱਡ ਦਿੱਤਾ ਗਿਆ ਰਾਜਾ ਰਾਜ ਮਹਿਲ 'ਚ ਬੈਠਾ ਉਹਦਾ ਬੱਚਾ ਉਹਨੇ ਮਿੱਟੀ ਦੀਆਂ ਢੇਰੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਇੱਕ ਢੇਰੀ ਬਣਾਈ ਦੂਜੀ ਫਿਰ ਬਣਾ ਦਿੱਤੀ ਤੀਜੀ ਫਿਰ ਬਣਾ ਦਿੱਤੀ ਚੌਥੀ ਫਿਰ ਬਣਾਤੀ ਪੰਜਵੀਂ ਫਿਰ ਬਣਾਤੀ ਪੰਜ ਢੇਰੀਆਂ ਬਣਾ ਕੇ ਬੱਚਾ ਨੂੰ ਢੇਰੀਆਂ ਵੱਲ ਦੇਖ ਕੇ ਕਹਿੰਦਾ ਕਹਿੰਦਾ ਇਹ ਵੀ ਢੇਰੀ ਠੀਕ ਨਹੀਂ ਇਹ ਵੀ ਢੇਰੀ ਠੀਕ ਨਹੀਂ ਪਹਿਲੀ ਢਾਈ ਦੂਜੀ ਢਾਈ ਦੋਨੋਂ ਮਿਲਾਤੀਆਂ ਤੀਜੀਆਂ ਵੇਖ ਕੇ ਕਹਿੰਦਾ ਇਹ ਵੀ ਠੀਕ ਨਹੀਂ ਚੌਥੀ ਢੇਰੀ ਸੀ ਉਹ ਵੀ ਢਾ ਕੇ ਕਹਿੰਦਾ ਇਹ ਵੀ ਠੀਕ ਨਹੀਂ ਪੰਜਵੀਂ ਢੇਰੀ ਸੀ ਜਿਹੜੀ ਉਹਦੇ ਵਿੱਚ ਚਾਰੇ ਢੇਰੀਆਂ ਮਿਲਾ ਕੇ ਮਿੱਟੀ ਦਾ ਵੱਡਾ ਜਿਹਾ ਢੇਰ ਬਣਾ ਦਿੱਤਾ ਕਹਿੰਦਾ ਇਹ ਠੀਕ ਆ ਰਾਜਾ ਇਹ ਸਭ ਅੱਖੀ ਦੇਖ ਰਿਹਾ ਰਾਜਮਹਿਲ ਤੋਂ ਥੱਲੇ ਉਤਰਦਾ ਹੈ ਬੱਚੇ ਨੂੰ ਪੁੱਛਦਾ ਕਾਕਾ ਤੂੰ ਮਿੱਟੀ ਦੀਆਂ ਢੇਰੀਆਂ ਬਣਾ ਰਿਹਾ ਸੀ ਇੱਕ ਢੇਰੀ ਬਣਾਈ ਦੋ ਬਣਾਈਆਂ ਤਿੰਨ ਬਣਾਈਆਂ ਚਾਰ ਬਣਾਈਆਂ ਪੈਂਤੀ ਬਣਾਈਆਂ ਇੱਕ ਢੇਰੀ ਢਾਤੀ ਇਹ ਠੀਕ ਨਹੀਂ ਦੂਜੀ ਢਾਤੀ ਇਹ ਠੀਕ ਨਹੀਂ ਤੀਜੀ ਢਾਤੀ ਇਹ ਠੀਕ ਨਹੀਂ ਚੌਥੀ ਢਾਤੀ ਇਹ ਠੀਕ ਨਹੀਂ ਪੰਜਵੀਂ ਢੇਰੀ 'ਚ ਸਾਰੀਆਂ ਢੇਰੀਆਂ ਮਿਲਾ ਕੇ ਅਤੇ ਤੂੰ ਕਹਿੰਦਾ ਇਹ ਢੇਰ ਇਹ ਹੁਣ ਇਹ ਢੇਰੀ ਠੀਕ ਹੈ ਸਾਰੀਆਂ ਮਿਲਾ ਕੇ ਅਤੇ ਇਹ ਤੂੰ ਕੀ ਕਰ ਰਿਹਾ ਤੇਰੀ ਗੱਲ 'ਚ ਕੀ ਰਾਜ ਹੈ ਕੀ ਭੇਜਦਾ ਬੱਚੇ ਨੇ ਆਖਿਆ ਸਰਕਾਰ ਹੁਣ ਉਹ ਘੜੀ ਹੈ ਤੂੰ ਮੈਥੋਂ ਕੀ ਲੈਣਾ ਤੂੰ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਅਤੇ ਮੈਂ ਆਪਣੇ ਬਚਾਅ ਦਾ ਕੋਈ ਹੀਲਾ ਲੱਭ ਰਿਹਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਇੱਕ ਵਾਰੀ ਫਿਰ ਕਹਿ ਦਿਓ ਵਾਹਿਗੁਰੂ ਮੈਂ ਆਪਣੇ ਬਚਾਅ ਦਾ ਰਾਹ ਲੱਭ ਰਿਹਾ ਪਰ ਵਕਤ ਦਾ ਬਾਦਸ਼ਾਹ ਕਹਿੰਦਾ ਤੇਰਾ ਬਚਾਅ ਕਿੱਦਾਂ ਹੋਜੂਗਾ ਇਹ ਢੇਰੀਆਂ ਕਿਹਦੀਆਂ ਬਣੀਆਂ ਕਹਿੰਦਾ ਦੇਖੋ ਸਰਕਾਰ ਪਹਿਲੀ ਢੇਰੀ ਮੈਂ ਆਪਣੇ ਮਾਂ ਬਾਪ ਦੇ ਨਾਂ ਦੀ ਬਣਾਈ ਕਿ ਉਹ ਮੇਰੀ ਮਦਦ ਕਰਨਗੇ ਮਦਦ ਕੀ ਕਰਨਗੇ ਉਹ ਵੇਚ ਕੇ ਚਲੇ ਗਏ ਹੁਣ ਉਹਨਾਂ ਮੇਰੀ ਮਦਦ ਕੀ ਕਰਨੀ ਉਹਨਾਂ ਪੈਸੇ ਦੀ ਲੋੜ ਸੀ ਪੈਸੇ ਲੈ ਕੇ ਚਲੇ ਗਏ ਦੂਜੇ ਨੰਬਰ 'ਤੇ ਦੂਜੀ ਢੇਰੀ ਰਿਸ਼ਤੇਦਾਰਾਂ ਦੇ ਨਾਂ ਦੀ ਬਣਾਈ ਹੈ ਉਹਨਾਂ ਦੀ ਮੇਰੀ ਮਦਦ ਕੀ ਕਰਨੀ ਹੈ ਜਦੋਂ ਮਾਂ ਬਾਪ ਵੀ ਮੇਰੇ ਨਹੀਂ ਬਣੇ ਅਤੇ ਮੇਰੇ ਰਿਸ਼ਤੇਦਾਰਾਂ ਨੇ ਕੀ ਬਣਨਾ ਫਿਰ ਰਾਜਨ ਤੀਜੀ ਢੇਰੀ ਮੈਂ ਆਪਣੇ ਨਾਂ ਦੀ ਬਣਾਈ ਫਿਰ ਮੈਂ ਸੋਚਦਾ ਵੀ ਤੂੰ 11 ਸਾਲ ਦਾ ਬੱਚਾ ਹੈ ਤੂੰ ਆਪਣੀ ਮਦਦ ਕੀ ਕਰ ਸਕਦਾ ਇੱਕ ਪਾਸੇ ਵਕਤ ਦੇ ਬਾਦਸ਼ਾਹ ਦੀ ਨੰਗੀ ਤਲਵਾਰ ਤੇਰੇ ਸਿਰ 'ਤੇ ਲਟਕ ਰਹੀ ਹੈ ਤੂੰ ਆਪਣੀ ਮਦਦ ਕੀ ਕਰ ਸਕਦਾ ਚੌਥੀ ਢੇਰੀ ਸਰਕਾਰ ਮੈਂ ਤੇਰੇ ਨਾਂ ਦੀ ਬਣਾਈ ਜੇ ਤੂੰ ਮੇਰੀ ਮਦਦ ਕਰੇ ਪਰ ਤੇਰੇ ਅੰਦਰ ਪੁੱਤਰ ਪ੍ਰਾਪਤੀ ਦੀ ਇੱਛਾ ਤੂੰ ਮੈਨੂੰ ਮਾਰਨਾ ਹੀ ਮਾਰਨਾ ਆਖਿਆ ਰਾਜਨ ਪੰਜਵੀਂ ਢੇਰੀ ਬਣਾਈ ਮੈਂ ਪਰਮੇਸ਼ਰ ਦੇ ਨਾਮ ਦੀ ਕਿ ਇਸ ਸਮੇਂ ਪਰਿਪੂਰਨ ਪਰਮਾਤਮਾ ਮੈਂ ਫਿਰ ਸੋਚਦੇ ਸੋਚਦੇ ਮਾਂ ਬਾਪ ਨੇ ਕੀ ਮਦਦ ਕਰਨੀ ਢੇਰੀ ਢਾਤੀ ਦੂਜੀ ਢੇਰੀ ਸੀ ਜਿਹੜੀ ਰਿਸ਼ਤੇਦਾਰਾਂ ਦੇ ਨਾਂ ਦੀ ਉਹ ਵੀ ਢਾਤੀ ਆਪਣੇ ਨਾਂ ਦੀ ਮੈਂ ਮਦਦ ਨਹੀਂ ਕਰ ਸਕਦਾ ਉਹ ਵੀ ਢਾਤੀ ਚੌਥੇ ਨੰਬਰ 'ਤੇ ਤੂੰ ਮੈਨੂੰ ਮਾਰਨ 'ਤੇ ਤੁਲਿਆ ਤੂੰ ਮੇਰੀ ਮਦਦ ਕੀ ਕਰਨੀ ਹੈ ਮੈਂ ਚਾਰੇ ਢਾਤੀਆਂ ਦੇ ਟਾਰੇ ਚਾਰੇ ਢਾ ਕੇ ਅਤੇ ਪੰਜਵੀਂ ਢੇਰੀ 'ਚ ਬਣਾ ਕੇ ਨਾ ਇਹ ਗੱਲ ਮੈਂ ਆਪਣੇ ਪਰਿਪੂਰਨ ਪਰਮਾਤਮਾ ਨਿਰੰਕਾਰ ਨੂੰ ਕਹਿ ਰਿਹਾ ਗਰੀਬ ਨਿਵਾਜ ਹੁਣ ਉਹ ਘੜੀ ਆ ਗਈ ਆ ਇੱਕ ਤੱਕਿਆ ਆਸਰਾ ਤੇਰਾ ਤੇ ਬਾਕੀ ਸਭ ਤਾਈਆਂ ਢੇਰੀਆਂ ਤੱਕਿਆ ਆਸਰਾ ਬਾਕੀ ਸਭ ਤਾਈਆਂ ਢੇਰੀਆਂ ਉਹ ਤੱਕਿਆ ਆਸਰਾ ਤੇਰਾ ਤਾਈਆਂ ਢੇਰੀਆਂ ਬੇਟਾਈਆਂ ਤੇਰੀਆਂ ਤੇਰਾ ਬਾਕੀ ਸਭ ਬੇਟਾਈਆਂ ਤੇਰੀਆਂ ਬਾਕੀ ਸਭ ਤਾਈਆਂ ਤੇਰੀਆਂ ਤੇਰਾ ਬਾਕੀ ਸਭ ਤਾਈਆਂ ਤੇਰੀਆਂ ਤੇਰਾ ਬਾਕੀ ਸਭ ਤਾਈਆਂ ਤੇਰੀਆਂ ਤੇਰਾ ਕੀ ਸੋ
دل پیارے باقی سب تائیاں تیریاں جی ماں 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 باقی سب تائیاں تیریاں باقی سب گائیاں تیریاں پیارے جی باقی سب تائیاں تیریاں باقی سب تائیاں تیرا بچیاں کا اسرا تیرا باقی سب تائیاں تیریاں آیا درو چل کے تکی تو شنائے دیو میں اثر کی چت میں میرا سب کو دم سنائے دیو کیا راجن میں پریپورن پرماتمن دے کے لنکار کے بہلو کے ارداس کر رہے ہیں اے پربو میں سنیا رکھدا آیا ہے اگو بھی رہو رکھدا اپنے پیاریاں دی آیا ہے اگو بھی رہو رکھدا اپنے پیاریاں دی رکھدا آیا اگو بھی رہو رکھدا اپنے پیاریاں آیا ہے اپو کی رہو رکھتا اپنے پیاریاں ہر لکھ دوست ہر ماریا پہلاد ترایا ساریاں نندکا پٹ دے ہنکاریاں نندکا پٹ دے نانگ روک لایا جن نان کے اثار تیریا جن نان کے اثار تیریا انگ لے چڑایا ہر جم جم بھگت پایا آکھیا راجن تو میں اتھوں کی لینا کیونکہ ٹیری پرمیشر دے نام دی بنا دیتی راجا کہن لگا ککا تیری عمر پامیں چھوٹی پر تیریاں گلاں بڑیاں سیانیاں والیاں نے بچے نے آخیا راجن ہوں کوئی سیاح سیاح نہیں کم کر دی سہ سیاح لکھ ہوئے تا ایک نہ چلا نال معاف کرنا راج نے آخیا کاکا میں مجبور ہاں میرے من وچ پتر پراپتی دی اچھا ہے اس کر کے اج میں تینوں
ਦੇਵੀ ਦੇ ਸਾਹਮਣੇ ਲਿਜਾ ਕੇ ਤੇਰੀ ਬਲੀ ਦੇਣੀ ਹੀ ਦੇਣੀ ਹੈ। ਕਿਹਾ ਰਾਜ ਨੇ ਆਖਿਆ, ਰਾਜਨ ਤੂੰ ਆਪਣਾ ਕੰਮ ਕਰ ਲੈ, ਪਰ ਮੇਰਾ ਵੀ ਕੋਈ ਹੈ। ਤੇਰੀ ਨਾਲ ਸਹਾਇਤਾ ਕਰਨੀ ਔਖੀ ਵੇਲਾ, ਔਖੀ ਵੇਲਾ ਥੋੜੀ ਜਿਹੀ ਸ਼ੋਹਰਤ ਆ ਜਾਂਦੀ, ਦੁਨਿਆਵੀ ਰੁਤਬਾ ਆ ਜਾਂਦਾ, ਮਰ ਕਹਿੰਦੇ ਮੁਹ ਕਰਨਾ ਜਿਸ ਹੱਥ ਯੋਰ ਕਰ ਵੇਖਿਆ ਸੋਏ। ਸਾਰੇ ਪੜੋ, ਜਿਸ ਹੱਥ ਯੋਰ ਕਰ ਵੇਖਿਆ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਉਹਦੇ ਵਰਗਾ ਦੁਨੀਆਂ 'ਤੇ ਕੋਈ ਨੀਚ ਹੀ ਨਹੀਂ ਹੈ। ਜਿਹਦੇ ਹੱਥ 'ਚ ਤਾਕਤ ਆ ਗਈ, ਵੱਡਾ ਅਫਸਰ ਛੋਟੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ, ਉਸ ਤੋਂ ਵੱਡਾ ਉਸ ਤੋਂ ਛੋਟੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ। ਕੋਈ ਮਾਇਆਧਾਰੀ ਬੰਦਾ ਉਹ ਗਰੀਬਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ। ਇੱਕ ਵਾਰੀ ਕਹਿੰਦੇ ਵਾਹਿਗੁਰੂ, ਸਤਿਯੁਗ ਦਾ ਵੇਲਾ ਸੀ। ਇੱਕ ਇੱਕ ਗੱਲ ਨੂੰ ਕੀਰਤਨ ਥੋੜ੍ਹਾ ਮੋੜ ਫੜਦਾ ਜਾ ਰਿਹਾ, ਇੱਕ ਇੱਕ ਗੱਲ ਨੂੰ ਸਮਝਾਉਣ ਲੱਗਿਆਂ ਕੀ ਕੀ ਦਲੀਲਾਂ ਦੇਣੀਆਂ ਪੈਂਦੀਆਂ ਨੇ। ਹਰਨਾਕਸ਼ ਵਰਗੇ ਸੂਰਮੇ ਜਿਹੜੇ ਜਪਣ ਨਹੀਂ ਦਿੰਦੇ ਰਾਮ। ਰਾਜਾ ਹਰਨਾਕਸ਼ ਹੋਇਆ, ਜਿਹਦੇ ਰਾਜ ਵਿੱਚ ਨਾਮ ਜਪਣ ਵਾਲੇ ਦੀਆਂ ਜ਼ਬਾਨਾਂ ਖਿੱਚੀਆਂ ਜਾਂਦੀਆਂ ਸਨ, ਮਰਡਰ ਕੀਤੇ ਜਾਂਦੇ, ਕਤਲ ਕੀਤੇ ਜਾਂਦੇ। ਜਿਹਨੇ ਸਤਸੰਗ ਜੀ ਸਕੂਲਾਂ ਦੇ ਵਿੱਚ, ਜਿਵੇਂ ਜੀ ਸਕੂਲ ਕਾਲਜ ਵਿੱਦਿਆ ਦੇ ਅਦਾਰੇ ਨੇ, ਉਹਨਾਂ ਸਮਿਆਂ ਦੇ ਵਿੱਚ ਧਰਮਸ਼ਾਲਾਵਾਂ ਹੁੰਦੀਆਂ, ਵਿੱਦਿਆ ਪੰਡਤਾਂ ਲੋਕਾਂ ਦੇ ਹੱਥ 'ਚ ਹੁੰਦੀ। ਜਿਵੇਂ ਅਸੀਂ ਮੁਹਾਰਨੀ ਕਹਿੰਦੇ ਹਾਂ, ਅਲਫਾਬੀਟਾ ਕਹਿੰਦੇ ਹਾਂ, ਏ ਬੀ ਸੀ, ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ, ਜਲੇ ਹਰਨਾਕਸ਼, ਥਲੇ ਹਰਨਾਕਸ਼, ਹੈ ਪੀ ਹਰਨਾਕਸ਼, ਹੋਏ ਵੀ ਗਾ ਵੀ ਹਰਨਾਕਸ਼। ਪਰ ਮਾਫ਼ ਕਰਨਾ, ਪਰਮੇਸ਼ਰ ਨੇ ਇਸ ਦੁਸ਼ਟ ਦਾ ਵਿਨਾਸ਼ ਕਰਨ ਵਾਸਤੇ ਆਪਣੇ ਪਿਆਰੇ ਭਗਤ ਨੂੰ, ਪ੍ਰਹਲਾਦ ਨੂੰ ਇਹਦੇ ਘਰੇ ਜਨਮ ਦੇ ਦਿੱਤਾ। ਇੱਕ ਵਾਰੀ ਕਹਿ ਦੇ ਵਾਹਿਗੁਰੂ, ਦੱਸਦੇ ਨੇ ਭਗਤ ਕਬੀਰ ਜੀ ਘਰ ਹਰਨਾਕਸ਼ ਦੈਂਤ ਦੇ। ਸਾਰੇ ਪੜੋ, ਘਰ ਹਰਨਾਕਸ਼ ਦੈਂਤ ਦੇ, ਕਵਲ ਕਲਰ ਪੁੱਤਰ ਪ੍ਰਹਲਾਦ। ਜਿਵੇਂ ਕਲਰ ਜ਼ਮੀਨ ਦੇ ਵਿੱਚ ਕਵਲ ਫੁੱਲ ਦਾ ਉੱਗਣਾ ਬੜਾ ਮੁਸ਼ਕਲ ਹੈ, ਪਰ ਜਿਵੇਂ ਕਹਿੰਦੇ ਨੇ ਕਲਰ ਜ਼ਮੀਨ ਦੇ ਵਿੱਚ ਕੋਈ ਕਵਲ ਦਾ ਫੁੱਲ ਖਿੜ ਪਵੇ ਨਾ, ਇਵੇਂ ਪਰਮੇਸ਼ਰ ਨੇ ਇਸ ਦੈਂਤ ਦੇ ਘਰੇ ਪ੍ਰਹਲਾਦ ਨੂੰ ਜਨਮ ਦਿੱਤਾ। ਜਦੋਂ ਮੈਂ 5 ਸਾਲ ਦਾ ਹੋਇਆ, ਰੋਜ਼ ਪੜ੍ਹਦੇ ਨਾਮ ਜਪਿਓ ਜੀ, ਐਸੇ ਐਸੇ ਧਰੂ ਪ੍ਰਹਲਾਦ ਜਪਿਓ,
ਹਰ ਜਸ 5 ਸਾਲ ਦਾ ਹੋਇਆ ਇਹਨੂੰ ਪੜਨ ਵਾਸਤੇ ਬਿਠਾਇਆ ਗਿਆ ਜਦੋਂ ਮੈਂ ਪਿਛਲੇ ਜਨਮ ਦੇ ਸੰਸਕਾਰ ਚੰਗੇ ਨੇ ਮਨ ਸ਼ੁੱਧ ਹੈ ਆਤਮਾ ਪਵਿੱਤਰ ਹੈ ਪਾਂਡੇ ਨੇ ਜਦੋਂ ਇਹ ਗੱਲ ਕਹੀ ਕਹੋ ਜਲੇ ਹਰਨਾਕਸ਼ ਥਲੇ ਹਰਨਾਕਸ਼ ਪ੍ਰਹਲਾਦ ਲੱਗਾ ਕਹਿਣ ਜਲੇ ਮੇਰਾ ਪਿਤਾ ਜਲ ਜਲ 'ਚ ਕਿਵੇਂ ਹੋ ਸਕਦਾ ਥਲ 'ਚ ਕਿਵੇਂ ਹੋ ਸਕਦਾ ਹੈ ਵੀ ਹਰਨਾਕਸ਼ ਹੋਏਗਾ ਵੀ ਹਰਨਾਕਸ਼ ਇੱਥੇ ਜੋ ਆਇਆ ਉਹਨੇ ਇੱਕ ਦਿਨ ਚਲਿਆ ਜਾਣਾ ਹੈ ਚਲ ਕਹਿੰਦਾ ਤਾਂ ਹੈ ਇਹਨੂੰ ਚੰਗਾ ਨਹੀਂ ਲੱਗਦਾ ਚਲ ਸਮਾਂ ਬੀਤਦਾ ਤੁਰਿਆ ਜਾਂਦਾ ਇੱਕ ਦਿਨ ਰਸਤੇ ਦੇ ਵਿੱਚ ਸਰਦੀ ਦੀ ਰੁੱਤ ਸੀ ਘੁਮਾਰ ਘੁਮਾਰੀ ਇਹਨਾਂ ਇੱਕ ਆਵਾ ਤਿਆਰ ਕੀਤਾ ਜਿਹਦੇ 'ਚ ਭਾਂਡੇ ਪਕਾਏ ਜਾਂਦੇ ਨੇ ਲੱਕੜੀ ਵਗੈਰਾ ਫਿੱਟ ਕੀਤੀ ਗਈ ਬਾਲਣ ਫਿੱਟ ਕੀਤਾ ਗਿਆ ਅਤੇ ਸਰਦੀ ਦੀ ਰੁੱਤ ਸੀ ਸਤਸੰਗ ਦੀ ਉਹ ਕੁਦਰਤੀ ਰਾਤ ਦੇ ਸਮੇਂ ਇੱਕ ਭਾਂਡੇ ਦੇ ਵਿੱਚ ਨਾ ਬਿੱਲੀ ਦੇ ਬਲੂੰਗੜੇ ਵੜ ਕੇ ਬਹਿ ਗਏ ਇੱਕ ਵਾਰੀ ਕਹਿੰਦੇ ਵੜ ਜਦੋਂ ਬਿੱਲੀ ਦੇ ਬਲੂੰਗੜੇ ਕਹਿ ਲਓ ਬਿੱਲੀ ਦੇ ਬੱਚੇ ਕਹਿ ਲਓ ਵੜ ਕੇ ਬੈਠ ਗਏ ਤਾਂ ਸਤਸੰਗ ਆਵੇ ਨੂੰ ਅੱਗ ਲੱਗੇ ਦੇਣ ਬੱਚੇ ਛੋਟੇ ਛੋਟੇ ਮਿਆਂ ਮਿਆਂ ਕਰਦੇ ਉਸ ਮੌਕੇ ਉਧਰੋਂ ਪ੍ਰਹਲਾਦ ਪੜ੍ਹਨ ਵਾਸਤੇ ਜਾ ਰਿਹਾ ਇਹ ਆ ਕੇ ਇਹਨਾਂ ਦੇ ਕੋਲ ਖੜ੍ਹਾ ਹੋ ਜਾਂਦਾ ਘੁਮਾਰ ਦੇ ਸਿਰ 'ਤੇ ਬੜੀ ਮਯੂਸੀ ਹੈ ਕੁਮਾਰੀ ਦੇ ਮੂੰਹ 'ਤੇ ਉਸ ਮੌਕੇ ਘੁਮਾਰ ਘੁਮਾਰੀ ਨੂੰ ਕਹਿੰਦਾ ਕਹਿੰਦਾ ਵੀ ਜੇ ਆਵੇ ਨੂੰ ਅੱਗ ਦਿੰਦੇ ਹਾਂ ਬਿੱਲੀ ਦੇ ਬੱਚੇ ਸੜ ਕੇ ਮਰ ਜਾਣਗੇ ਜੋ ਬਹੁਤ ਵੱਡਾ ਪਾਪ ਹੈ ਜੇ ਅੱਗ ਨਹੀਂ ਦਿੰਦੇ ਜੇ ਆਵੇ ਨੂੰ ਖੇਡਦੇ ਹਾਂ ਤਾਂ ਭਾਂਡੇ ਨੇ ਜਿਹੜੇ ਉੱਖੜ ਕੇ ਟੁੱਟ ਜਾਣਗੇ ਕੁਦਰਤੀ ਗੱਲ ਹੈ ਇਟਸ ਨੈਚੁਰਲ ਥਿੰਗ ਵੀ ਅਸੀਂ ਇਹ ਭਾਂਡੇ ਆਵੇ ਨਹੀਂ ਛੇੜਦੇ ਹਾਂ ਭਾਂਡੇ ਟੁੱਟ ਜਾਣਗੇ ਖੈਰ ਸਮਾਂ ਬੀਤਦਾ ਤੁਰਿਆ ਜਾਂਦਾ ਖੈਰ ਉਹ ਘੁਮਾਰ ਘੁਮਾਰੀ ਨੂੰ ਕਹਿੰਦਾ ਛੱਡ ਪਰਾਂ ਕਿਹੜੀਆਂ ਗੱਲਾਂ 'ਚ ਪੈ ਗਈਆਂ ਆਪਾਂ ਅੱਗ ਦੇ ਦਈਏ ਆਖਿਆ ਬੱਚੇ ਆਖਿਆ ਬੱਚਿਆਂ ਦੀ ਗਲਤ ਨਾ ਬੱਚਿਆਂ ਦੀ ਗੱਲ ਰਾਮ 'ਤੇ ਛੱਡ ਦਿੰਦੇ ਹਾਂ ਰੱਬ 'ਤੇ ਛੱਡ ਦਿੰਦੇ ਹਾਂ ਆਖਿਆ ਬੱਚਿਆਂ ਨੂੰ ਬੱਚੇ ਸੜ ਕੇ ਮਰ ਜਾਣਾ ਕਿਹਾ ਤੂੰ ਇਹ ਫਿਕਰ ਨਾ ਕਰ ਹੋਇਆ ਰਾਮ ਤੇ ਰੱਖੂਗਾ ਆਪੇ ਉਹ ਡੁੱਬੇ ਜਾਂਦੇ ਬੰਦਿਆਂ ਦੀ ਰਾਮ ਤੇ ਰੱਖੂਗਾ ਆਪੇ ਡੁੱਬੇ ਜਾਂਦੇ ਬੰਦਿਆਂ ਦੀ ਹੋਇਆ ਰਾਮ ਤੇ ਰੱਖੂਗਾ ਆਪੇ ਡੁੱਬੇ ਜਾਂਦੇ ਬੰਦਿਆਂ ਦੀ ਕਬੀਰ ਅੱਖਰ ਬੋਏ ਪਾਖ ਹੋਏ ਕਥਾ ਸੁਣ ਲੈ ਆਖਿਆ ਰੱਬ ਹੋਇਆ ਰੱਖ ਲੂ ਰਾਮ ਹੋਇਆ ਰੱਖ ਲੂ ਪ੍ਰਹਲਾਦ ਅੱਗੇ ਵਧਿਆ ਘੁਮਾਰ ਘੁਮਾਈਲੀ ਨੂੰ ਕਹਿੰਦਾ ਕੀ ਗੱਲ ਹੋ ਗਈ ਤੁਸੀਂ ਬੜੇ ਉਦਾਸ ਨਜ਼ਰ ਆ ਰਹੇ ਹੋ ਰਾਮ ਕੌਣ ਹੈ ਰਾਜੇ ਦਾ ਪੁੱਤਰ ਸੀ ਫਿਰ ਉਸ ਰਾਜੇ ਦਾ ਪੁੱਤਰ ਜਿਹਦੇ ਰਾਜ ਵਿੱਚ ਨਾਮ ਦੇ ਜਪਣ ਵਾਲੇ ਦੀਆਂ ਜ਼ਬਾਨਾਂ ਖਿੱਚੀਆਂ ਜਾਂਦੀਆਂ ਉਹ ਘਬਰਾ ਗਏ ਕਿਤੇ ਸਾਡੀ ਸ਼ਿਕਾਇਤ ਆਪਣੇ ਪਿਓ ਦੇ ਕੋਲ ਨਾ ਕਰਦੇ ਉਹਨੇ ਕਹਿੰਦਾ ਨਹੀਂ ਨਹੀਂ ਤੁਸੀਂ ਘਬਰਾਓ ਨਹੀਂ ਕੀ ਮਸਲਾ ਕਿਆ ਡਰਦੇ ਡਰਦੇ ਘੁਮਾਰ ਨੇ ਆਖਿਆ ਕਾਕਾ ਆਵਾ ਤਿਆਰ ਕੀਤਾ ਹੈ ਉਹ ਇੱਕ ਭਾਂਡੇ ਦੇ ਵਿੱਚ ਬਿੱਲੀ ਦੇ ਬੱਚੇ ਰਾਤ ਦੇ ਸਮੇਂ ਕਿਤੇ ਵੜ ਕੇ ਬਹਿ ਗਏ ਨੇ ਮਸਲਾ ਇਹ ਹੈ ਅੱਗ ਦਿੰਦੇ ਹਾਂ ਮਾਫ਼ ਕਰਨਾ ਅਤੇ ਬੱਚੇ ਸੜਦੇ ਨੇ ਅੱਗ ਨਹੀਂ ਦਿੰਦੇ ਆਵੇ ਨੂੰ ਖੇਡ ਕੇ ਬੱਚੇ ਬਾਹਰ ਕੱਢਦੇ ਹਾਂ ਭਾਂਡੇ ਫੁੱਟਦੇ ਨੇ ਕੱਚੇ ਭਾਂਡੇ ਛੇਤੀ ਫੁੱਟ ਜਾਇਆ ਕਰਦੇ ਹਨ ਅਤੇ ਪ੍ਰਹਲਾਦ ਲੱਗਾ ਕਹਿਣ ਫਿਰ ਤੁਸੀਂ ਕੀ ਫੈਸਲਾ ਕੀਤਾ ਆਖਿਆ ਅੱਗ ਲੱਗੀਆਂ ਦੇਣ ਅਤੇ ਅਸੀਂ ਸੋਚਿਆ ਵੀ ਚਲੋ ਭਾਂਡੇ ਤਾਂ ਪੱਕ ਜਾਣਗੇ ਆਖਿਆ ਬੱਚੇ ਪ੍ਰਹਲਾਦ ਨੇ ਪੁੱਛਿਆ ਬੱਚੇ ਆਖਿਆ ਬੱਚੇ ਦੀ ਗੱਲ ਅਸੀਂ ਰੱਬ 'ਤੇ ਛੱਡਤੀ ਰਾਮ 'ਤੇ ਛੱਡਤੀ ਆਖਿਆ ਰਾਮ 'ਤੇ ਰਾਮ 'ਤੇ ਛੱਡਤੀ ਆਖਿਆ ਰਾਮ ਹੋਇਆ ਰੱਖ ਲਓ ਰੱਬ ਹੋਇਆ ਰੱਖ ਲਓ ਉਹ ਪ੍ਰਹਲਾਦ ਕਹਿੰਦਾ ਜਿਵੇਂ ਸਾਸੋਂ ਦੁੱਧ ਨੂੰ ਜਾਗ ਲਾਈਏ ਹਰ ਦੁੱਧ ਨੂੰ ਜਾਗ ਲਾਈਏ ਦਹੀਂ ਬਣ ਜਾਂਦਾ ਇੱਕ ਵਾਰੀ ਕਹਦੇ ਜਿਸ ਬੰਦੇ ਦੇ ਨਾਮ ਦੇ ਉੱਤੇ ਪਰਮੇਸ਼ਰ ਦੇ ਨਾਮ ਦਾ ਜਾਗ ਲੱਗਿਆ ਉਹ ਰੱਬ ਦੇ ਰਾਹ 'ਤੇ ਚੱਲ ਪੈਂਦਾ ਇੱਕ ਤਰ੍ਹਾਂ ਰੱਬ ਦਾ ਰੂਪੀ ਬਣ ਜਾਂਦਾ ਖਾਲਸਾ ਜੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਤਾ ਮਿਟ ਗਿਆ ਜਾ ਦੇਖੂੰ ਤਦ ਤੋਂ ਆਖਿਆ ਰੱਬ 'ਤੇ ਗੱਲ ਛੱਡ ਦਿੱਤੀ ਆਖਿਆ ਅੱਛਾ ਬੱਚੇ ਵੇਖਿਆ ਕੀ ਦੇਖੇ ਨੇ ਖੈਰ ਚੰਗਾ ਆਖਿਆ ਇਹਨੂੰ ਅੱਗ ਦੋ ਅੱਗ ਦਿੱਤੀ ਗਈ ਕਦੋਂ ਆਵਾ ਖੋਲ੍ਹੋ ਕੇ 15 ਦਿਨ ਦੇ ਬਾਅਦ ਨਾ ਨੀਂਦ ਆਉਂਦੀ ਹੈ ਨਾ ਸਤਸੰਗ ਬੇਚੈਨੀ ਲੱਗੀ ਹੋਈ ਹੈ ਨਾ ਆਰਾਮ ਆਉਂਦਾ ਬੱਚੇ ਕਿੱਦਾਂ ਬਚਣਗੇ ਘੁਮਾਰ ਘੁਮਾਰੀ ਮੂਰਖ ਜਿਹੜੇ ਗੱਲ ਕਹਿੰਦੇ ਕਿ ਰਾਮ ਹੋਇਆ ਰੱਖ ਲੂ ਖੈਰ ਉਹ ਸਕੂਲ ਜਾਂਦਾ ਪੰਡਿਤ ਕੋਲ ਜਾਂਦਾ ਪੜ੍ਹਨ ਵਾਸਤੇ ਕਹਿੰਦਾ ਤਿਆ ਜਲੇ ਹਰਨਾਕਸ਼ ਤਲੇ ਹਰਨਾਕਸ਼ ਪਰ ਪ੍ਰਹਲਾਦ ਚੁੱਪ ਹੈ ਕਰਦੇ ਕਰਦੇ 15 ਦਿਨ ਆ ਗਿਆ ਇੰਤਜ਼ਾਰ ਕਰ ਰਹੇ ਨੇ ਜਦੋਂ ਘੁਮਾਰ ਪੁੱਜਦਾ ਸਰ ਆਵਾ ਸੜ ਕੇ ਸੁਆਹ ਹੋ ਚੁੱਕਾ ਭਾਂਡੇ ਪੱਕ ਕੇ ਲਾਲ ਹੋ ਚੁੱਕੇ ਨੇ ਪ੍ਰਹਲਾਦ ਨੂੰ ਉਹਨੇ ਕਿਹਾ ਸੀ ਮੇਰੇ ਆਉਣ 'ਤੇ ਆਵੇ ਨੂੰ ਖੋਲ੍ਹਣਾ
ਜਦੋਂ ਉਹ ਭਾਂਡੇ ਕੱਢਦੇ ਨੇ ਸਾਰੇ ਭਾਂਡੇ ਪੱਕ ਚੁੱਕੇ ਨੇ ਪਰ ਸਤਸੰਗ ਜਿਸ ਭਾਂਡੇ ਵਿੱਚ ਬੱਚੇ ਸਨ ਉਹ ਵੀ ਪੱਕ ਕੇ ਲਾਲ ਹੋ ਚੁੱਕਾ ਪਰ ਬੱਚੇ ਨਾ ਉਮਰ ਨਾ ਠੀਕ ਹਨ ਤਾਂ ਦੇਖਿਆ ਤਾਤੀ ਵਾਹਣ ਲੱਗੀ ਪਾਰ ਬ੍ਰਹਮ ਸਰਨਾਈ ਚਹੁ ਗਿਰਧ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਇਹ ਕੌਤਕ ਦੇਖ ਕੇ ਨਾ ਪ੍ਰਹਲਾਦ ਦੇ ਮੂੰਹ ਤੋਂ ਆ ਮਹਾਰੇ ਰਾਮ 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 ਉਹਦੇ ਰੋਮ ਰੋਮ ਚ ਰਾਮ ਦੀਆਂ ਆਵਾਜ਼ਾਂ ਨਿਕਲ ਰਹੀਆਂ ਸੀ ਪੰਡਿਤ ਦੇ ਕੋਲ ਗਿਆ ਜਦੋਂ ਪੰਡਿਤ ਜੀ ਪੜ੍ਹਾਉਣ ਲੱਗੇ ਜਲੇ ਹਰਨਾਕਸ਼ ਥਲੇ ਹਰਨਾਕਸ਼ ਪ੍ਰਹਲਾਦ ਨੇ ਆਖਿਆ ਪੰਡਿਤ ਜੀ ਬੰਦ ਕਰੋ ਇਸ ਲੈਕਚਰ ਨੂੰ ਸਭ ਝੂਠ ਹੈ ਜਲੇ ਰਾਮ ਥਲੇ ਰਾਮ ਹੈ ਪੀ ਰਾਮ ਹੋਏਗਾ ਪੀ ਰਾਮ ਮੈਂ ਆਖਿਆ ਕਾਕਾ ਛੀ ਰਾਮ ਕਹਿਣ ਵਾਲਿਆਂ ਦੀਆਂ ਤੇਰੇ ਰਾਜ ਤੇਰੇ ਪਿਓ ਦੇ ਰਾਜ ਜ਼ਬਾਨਾਂ ਖਿੱਚੀਆਂ ਜਾਂਦੀਆਂ ਨੇ ਆਖਿਆ ਪੰਡਿਤ ਜੀ ਬੰਦ ਕਰੋ ਆਖਿਆ ਤੈਨੂੰ ਆਪਣੇ ਪਿਓ ਦਾ ਡਰ ਨਹੀਂ ਆਖਿਆ ਪਿਓ ਦਾ ਡਰ ਹੁਣ ਤਾਂ ਮੈਂ ਮੌਤ ਨੂੰ ਵੀ ਆਵਾਜ਼ਾਂ ਮਾਰਦਾ ਹਾਂ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਜਿਸ ਮੌਤ ਨੇ ਕੁਮਾਰ ਦੇ ਭਾਂਡੇ ਦੇ ਵਿੱਚ ਉਹਨਾਂ ਬੱਚਿਆਂ ਨੂੰ ਨਹੀਂ ਮਾਰਿਆ ਮਾਫ਼ ਕਰਨਾ ਸੁਣਿਆ ਪੋਹੇ ਨਾ ਸਕਿਆ ਕਾਲ ਨਾਨਕ ਭਗਤਾਂ ਸਦਾ ਵਿਗਾ ਸੁਣਿਆ ਦੁਰ ਪਾਪ ਕਰਨਾ ਇੱਕ ਦਿਨ ਗੁਜ਼ਰਿਆ ਪੰਡਿਤ ਡਰਦੇ ਡਰਦੇ ਦੂਜਾ ਦਿਨ ਗੁਜ਼ਰ ਗਿਆ ਬੜਾ ਹੀ ਯਤਨ ਕੀਤਾ ਪਰ ਮਾਫ਼ ਕਰਨਾ ਪ੍ਰਹਲਾਦ ਨੇ ਕਹਿੰਦੇ ਰਾਮ ਦਾ ਨਾਮ ਜਪਣਾ ਬੰਦਨਾ ਕੀਤਾ ਤੀਜੇ ਦਿਨ ਡਰਦੇ ਡਰਦੇ ਕਹਿੰਦੇ ਨੇ ਪੰਡਿਤ ਨੇ ਰਾਜੇ ਹਰਨਾਕਸ਼ ਦਰਬਾਰ 'ਚ ਪੇਸ਼ ਹੋਇਆ ਚਿਹਰੇ 'ਤੇ ਉਦਾਸੀ ਹੈ ਜਬਾਨ ਰੁਕਦੀ ਹੈ ਜਬਾਨ ਰੁਕਦੀ ਹੈ ਰਾਜੇ ਹਰਨਾਕਸ਼ ਨੇ ਪੁੱਛਿਆ ਕੀ ਗੱਲ ਪੰਡਿਤ ਜੀ ਕੀ ਗੱਲ ਬੜੇ ਘਬਰਾਏ ਨਜ਼ਰ ਆਉਂਦੇ ਆਖਿਆ ਜੀ ਇੱਕ ਬੇਨਤੀ ਹੈ ਰਾਜਾ ਕਹਿੰਦਾ ਦੱਸ ਆਖਿਆ ਮੈਂ ਤੁਹਾਡੇ ਨਾਮ ਦਾ ਜਪ ਕਰਾਉਂਦਾ ਬਾਕੀ ਬੱਚੇ 'ਤੇ ਜਿੱਥੇ ਸਾਰੇ ਬੱਚੇ ਜਲੇ ਹਰਨਾਕਸ਼ ਕਹਿੰਦੇ ਸਨ ਤੇਰੇ ਪੁੱਤਰ ਨੇ ਤੇਰੇ ਪ੍ਰਹਲਾਦ ਨੇ ਸਾਰੇ ਚਾਟੜੇ ਚਾਟੜੇ ਕਹਿੰਦੇ ਵਿਦਿਆਰਥੀਆਂ ਨੂੰ ਬੱਚਿਆਂ ਨੂੰ ਸਾਰੇ ਬੱਚੇ ਵਿਗਾੜ ਦਿੱਤੇ ਨੇ ਇਹ ਆਪ ਤੇ ਰਾਮ ਕਹਿੰਦਾ ਹੀ ਹੈ ਮਾਫ਼ ਕਰਨਾ ਦੂਜੇ ਬੱਚਿਆਂ ਨੂੰ ਵੀ ਇਹਨੇ ਰਾਮ ਰਾਮ ਕਹਿਣਾ ਸ਼ੁਰੂ ਕਰਵਾ ਦਿੱਤਾ ਹੈ ਜਾ ਕੇ ਅੰਤ ਦਿਸ ਕੇ ਅੰਤਰ ਬਸੇ ਨਿਰੰਕਾਰ ਤਿਸਕੀ ਸਿੱਖ ਤਰੇ ਸੰਸਾਰ ਰਾਜੇ ਹਰਨਾਕਸ਼ ਨੇ ਕਬੀਰ ਜੀ ਨੇ ਆਪਣੀ ਬਾਣੀ ਵਿੱਚ ਸਭ ਨਕਸ਼ਾ ਖਿੱਚਿਆ ਪ੍ਰਹਲਾਦ ਨੂੰ ਸੱਦਿਆ ਗਿਆ ਆਖਿਆ ਦੇਖੋ ਬੇਟਾ ਇਹ ਜਿਹੜਾ ਤੂੰ ਕੰਮ ਫੜ ਲਿਆ ਇਹ ਠੀਕ ਨਹੀਂ ਛੱਡਦਾ ਤੂੰ ਕਾਰ ਨੂੰ ਉਹ ਰਾਮ ਦੇ ਆਖਣ ਵਾਲੀ ਛੱਡਦਾ ਤੂੰ ਕਾਰ ਨੂੰ ਰਾਮ ਦੇ ਆਖਣ ਵਾਲੀ ਛੱਡਦਾ ਤੂੰ ਕਾਰ ਨੂੰ ਰਾਮ ਦੇ ਆਖਣ ਵਾਲੀ ਛੱਡਦਾ ਤੂੰ ਕਾਰ ਨੂੰ ਰਾਮ ਦੇ ਆਖਣ ਵਾਲੀ ਪ੍ਰਹਲਾਦ ਨੇ ਆਖਿਆ ਪਿਤਾ ਜੀ ਮੈਂ ਰਾਮ ਦਾ ਨਾਮ ਕਹਿਣਾ ਬੰਦ ਕਰਦਾ ਸੁਣੋ ਪਿਤਾ ਜੀ ਮੇਰਾ ਔਰ ਪੜਨ ਸਿਓ ਨਹੀਂ ਕਾਮ ਸਾਰੇ ਪਰੋ ਮੇਰਾ ਔਰ ਪੜਨ ਸਿਓ ਨਹੀਂ ਕਾਮ ਬਾਬਾ ਮੈਂ ਨਾ ਛੋਡੂ ਰਾਮ ਨਾਮ ਆਖਿਆ ਪਿਤਾ ਜੀ ਰਾਮ ਨਾਮ ਤੁਸੀਂ ਵੀ ਜਪੋ ਆ ਕੇ ਝੂਠ ਦਈਆਂ ਦੁਕਾਨਾਂ ਖੁੱਲੀਆਂ ਨੇ ਥਾਂ ਥਾਂ ਤੇ ਜਲੇ ਹਰਨਾਕਸ਼ ਤੇ ਥਲੇ ਹਰਨਾਕਸ਼ ਬਾਬਾ ਮੈਂ ਨਾ ਛੋਡੂ ਰਾਮ ਨਾਮ ਕਿਉਂ ਕਹਿੰਦੇ ਹਨ ਮੈਂ ਨਾ ਛੋਡੂ ਰੇ ਬਾਬਾ ਰਾਮ ਨਾਮ ਨੂੰ ਮੈਂ ਛੋਡੂ ਰੇ ਬਾਬਾ ਰਾਮ ਨਾਮ ਮੈਂ ਨਾ ਛੋਡੂ ਰੇ ਬਾਬਾ ਰਾਮ ਨਾਮ ਨੂੰ ਮੈਂ ਨਾ ਛੋਡੂ ਰੇ ਬਾਬਾ ਰਾਮ ਨਾਮ ਨੂੰ
پر پرلاد رام نام دا نام کہنا بند نہیں کر سکتا کہ اچھا سچ نوں جھوٹے دباون دی بڑی کوشش کیتی پر کھیر کوڑ نکھٹے نانکا اوڑ کے سچ رہی کوئی کہندا سی امریکہ کینیڈا تے انگلینڈ ورگے ایک دیشاں دی اکنومی ڈاؤن ہو جو گی پڑھے لکھے سجن بیٹھے نے کوئی کہندا سی تسی بول رہے کیوں نہیں ਸਾਧ ਸੰਗਤ ਜੀ ਮੈਨੂੰ ਕੀ ਪੁੱਛਦੇ ਨੇ ਕੀ ਹੋਇਆ ਮੈਂ ਕਿਹਾ ਬਿਨ ਵਿਦਾਊਟ ਐਨੀ ਕੌਜ ਕਿਸੇ ਰੱਬ ਦੇ ਬੰਦੇ ਦੇ ਉੱਤੇ ਚੱਕਰ ਸੁੱਟਿਆ ਗਿਆ ਦੇਖਿਓ ਤਾਂ ਸਹੀ ਬਣਦਾ ਕੀ ਹੈ ਜੇ ਆਉਣ ਵਾਲਾ ਸਮਾਂ ਦੇਖਿਓ ਜੇ ਕਰ ਸੱਚ ਪਰਮੇਸ਼ਰ ਕਹਿੰਦਾ ਮੈਨੂੰ ਆਪਣੇ ਸੰਤਾਂ ਭਗਤਾਂ ਤੋਂ ਪਿਆਰੀ ਕੋਈ ਚੀਜ਼ ਨਹੀਂ ਹੈ ਦੂਤ ਦੁਸ਼ਮਣ ਸਭ ਤੁਝ ਤੇ ਨਿਵਰੈ ਪ੍ਰਗਟ ਪ੍ਰਤਾਪ ਤੁਹਾਰਾ ਪਰਮੇਸ਼ਰ ਕਹਿੰਦਾ ਪੰਜਵੇਂ ਪਾਤਸ਼ਾਹ ਕਹਿੰਦੇ ਜੋ ਜੋ ਤੇਰ ਤੁਮਰੇ ਭਗਤ ਦੁੱਖ ਦੁਖਾਏ ਸੋ ਤਤਕਾਲ ਤੁਮ ਮਾਰਾ ਸਮਾਂ ਜੀ ਇਹੋ ਜਿਹਾ ਬਣ ਗਿਆ ਰਾਧੇ ਰਣਾਕਸ਼ ਨੇ ਆਖਿਆ ਅੱਛਾ ਕਾਕਾ ਫਿਰ ਤੈਨੂੰ ਪਤਾ ਨਹੀਂ ਰਣਾਕਸ਼ ਦੀ ਬਾਂਹ ਦੇ ਵਿੱਚ ਕਿੰਨਾ ਬਲ ਹੈ ਇੱਕ ਵਾਰੀ ਕਹਿ ਦਿਓ ਫਿਰ ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਚਾਰ ਪੈਸੇ ਅੱਜ ਨਾ ਬੰਦਾ ਕਹਿੰਦਾ ਤੂੰ ਮੇਰੀਆਂ ਬਾਹਾਂ ਦਾ ਜ਼ੋਰ ਨਹੀਂ ਵੇਖਿਆ ਪਰ ਪਾਤਸ਼ਾਹ ਕਹਿੰਦੇ ਨੇ ਉਹਦੀ ਬਾਂਹ ਦਾ ਜ਼ੋਰ ਪਤਾ ਕਿੰਨਾ ਪਰਮੇਸ਼ਰ ਦੀ ਬਾਂਹ ਦਾ ਜ਼ੋਰ ਯਤਨ ਨਹੀਂ ਕੋਟ ਲੱਖ ਬਾਹੀ ਸਾਰੇ ਪੜੋ ਯਤਨ ਨਹੀਂ ਕੋਟ ਲੱਖ ਬਾਹੀ ਕਰੋੜਾਂ ਬਾਹਾਂ ਦਾ ਜ਼ੋਰ ਉਹਦੇ ਅੱਗੇ ਕੋਈ ਕੰਮ ਨਹੀਂ ਕਰਦਾ ਪਰਮੇਸ਼ਰ ਦੇ ਅੱਗੇ ਯਤਨ ਨਹੀਂ ਕੋਟ ਲੱਖ ਬਾਹੀ ਨਾਮ ਜਪਤ ਹੈ ਪਾਰ ਪ੍ਰਾਹੀ ਜੇ ਸਮਾਂ ਬੀਜਦਾ ਤਰਿਆ ਜਾਂਦਾ ਰਾਜਾ ਰਣਾਕਸ਼ ਨੇ ਰਾਜਮਤ ਨੇ ਠਾਠਾਂ ਮਾਰੀਆਂ ਕਹਿੰਦੇ ਨੇ ਪ੍ਰਹਲਾਦ ਦੇ ਹੱਥਾਂ ਪੈਰਾਂ ਨੂੰ ਬੇੜੀਆਂ ਪਾ ਕੇ ਪਹਾੜ ਤੋਂ ਥੱਲੇ ਸੁਟਵਾ ਦਿੱਤਾ ਪਹਾੜ ਤੋਂ ਸੁੱਟਿਆ ਬੰਦਾ ਕਦੇ ਬਚ ਸਕਦਾ ਪਰ ਪ੍ਰਹਲਾਦ ਕਹਿੰਦੇ ਇਸ ਤਰ੍ਹਾਂ ਡਿੱਗਦਾ ਜਿਵੇਂ ਕਰੋੜਾਂ ਮਣ ਰੂਈ 'ਤੇ ਡਿੱਗ ਪੈਂਦਾ ਕੋਈ ਚੋਟ ਨਹੀਂ ਲੱਗਦੀ ਹੱਥਾਂ ਅਤੇ ਪੈਰਾਂ ਦੀਆਂ ਬੇੜੀਆਂ ਟੁੱਟ ਜਾਂਦੀਆਂ ਨੇ ਮਾਫ਼ ਕਰਨਾ ਹਾਥੀਆਂ ਦੀ ਲਾਈਨ ਲਵਾਈ ਗਈ ਹਾਥੀਆਂ ਦੀ ਲਾਈਨ ਲਗਵਾਈ ਗਈ ਤਾਂ ਕਹਿੰਦੇ ਨੇ ਪ੍ਰਹਲਾਦ ਦੇ ਹੱਥਾਂ ਪੈਰਾਂ ਦੀਆਂ ਬੇੜੀਆਂ ਬੰਨ੍ਹ ਕੇ ਹੱਥਾਂ ਪੈਰਾਂ ਨੂੰ ਬੇੜੀਆਂ ਬੰਨ੍ਹ ਕੇ ਨਾ ਪੁੰਜੇ ਲਟਾਤਾ ਗਿਆ ਅਤੇ ਹਾਥੀ ਉੱਤੋਂ ਦੇ ਤੋਰੇ ਜਾ ਰਹੇ ਨੇ ਪਰ ਹਾਥੀਆਂ ਦੇ ਪੈਰਾਂ ਥੱਲੇ ਨਾ ਪਰਮੇਸ਼ੁਰ ਆਪਣਾ ਹੱਥ ਦੇ ਕੇ ਮਾਫ਼ ਕਰਨਾ ਗੁਰੂ ਕੀ ਸੰਗ ਪ੍ਰਹਲਾਦ ਦੀ ਰੱਖਿਆ ਕਰ ਰਿਹਾ ਸਮਾਂ ਬੀਤਦਾ ਤੁਰਿਆ ਕਿਹਾ ਤੂੰ ਅਜੇ ਵੀ ਬਚ ਗਿਆ ਹੱਥਾਂ ਅਤੇ ਪੈਰਾਂ ਨੂੰ ਬੇੜੀਆਂ ਪਾ ਕੇ ਅਤੇ ਇੱਕ ਦਰਿਆ ਵਿੱਚ ਸੁੱਟ ਦਿੱਤਾ ਸਟਵਾ ਦਿੱਤਾ ਕਹਿੰਦੇ ਨੇ ਜਿਵੇਂ ਭਗਤ ਕਬੀਰ ਜੀ ਨੂੰ ਸੱਟਿਆ ਗਿਆ ਸੀ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮਿਰਗ ਛਾਲਾ ਪੈ ਬੈਠੇ ਕਬੀਰ ਕਹਿੰਦੇ ਨੇ ਜਦੋਂ ਪੈਰਾਂ ਅਤੇ ਹੱਥਾਂ ਨੂੰ ਬੇੜੀਆਂ ਪਾ ਕੇ ਦਰਿਆ 'ਚ ਰੋੜਿਆ ਗਿਆ ਨਾ ਹੱਥਾਂ ਪੈਰਾਂ ਦੀਆਂ ਬੇੜੀਆਂ ਟੁੱਟ ਜਾਂਦੀਆਂ ਨੇ ਪ੍ਰਹਲਾਦ ਪਾਣੀ ਦੇ ਉੱਤੇ ਇਸ ਤਰ੍ਹਾਂ ਤੁਰਿਆ ਫਿਰਦਾ ਸੀ ਜਿਵੇਂ ਅਸੀਂ ਧਰਤੀ 'ਤੇ ਫਿਰ ਤੁਰੇ ਫਿਰਦੇ ਹਾਂ ਹੁਕਮ ਕੀਤਾ ਸਪੇਰੀਆਂ ਨੂੰ ਰਾਜੇ ਰਣਾਕਸ਼ ਨੇ ਵੱਖ ਵੱਖ ਕਿਸਮਾਂ ਦੇ ਸੱਪ ਫੜ ਕੇ ਇਕੱਠੇ ਕਰਕੇ ਨਾ ਲਿਆਂਦੇ ਜਾਣ ਜਦੋਂ ਸੱਪਾਂ ਨੂੰ ਲਿਆਂਦਾ ਗਿਆ
ਇੱਕ ਬਹੁਤ ਵੱਡੀ ਹਵੇਲੀ ਦੇ ਵਿੱਚ ਸੱਪ ਸੱਟੇ ਗਏ ਖਾਲਸਾ ਜੀ ਇੱਕ ਵਾਰੀ ਕਹਿ ਦੇ ਵਾਹਿਗੁਰੂ ਹੱਥ ਤੇ ਪੈਰ ਬੰਨ ਕੇ ਪ੍ਰਹਲਾਦ ਦੇ ਨਾ ਮਾਫ ਕਰਨਾ 5 ਤੋਂ 7 ਸਾਲ ਦੇ ਵਿੱਚ ਵਾਲੇ ਉਮਰ ਹੈ ਕਹਿੰਦੇ ਨੇ ਪ੍ਰਹਲਾਦ ਨੂੰ ਇਹਨਾਂ ਸੱਪਾਂ ਦੇ ਵਿੱਚ ਸੱਟਿਆ ਗਿਆ ਤੇ ਹੁਕਮ ਕੀਤਾ ਸਪੇਰਿਆਂ ਨੂੰ ਵੀ ਬਾਹਰ ਬੈਠੇ ਰਹੋ ਕੱਲ ਨੂੰ ਸਵੇਰੇ ਇਹਦਾ ਦਰਵਾਜ਼ਾ ਖੋਲਾਂਗੇ ਜਦੋਂ ਮਰੇਗਾ ਮਰੇ ਨੂੰ ਚੱਕ ਕੇ ਤੁਸੀਂ ਲਿਆਉਣਾ ਸੱਪਾਂ 'ਚ ਸੱਪਾਂ ਦੇ ਵਿੱਚ ਜਾਣਾ ਮੇਰੇ ਲਈ ਜਾਂ ਕਿਸੇ ਹੋਰ ਲਈ ਜਾਣਾ ਮੁਸ਼ਕਿਲ ਆ ਕਿਹਾ ਜੀ ਠੀਕ ਹੈ ਜੀ ਠੀਕ ਹੈ ਦੂਜਾ ਦਿਨ ਆ ਗਿਆ ਜਦੋਂ ਦਰਵਾਜ਼ਾ ਲੱਗੇ ਖੋਲ੍ਹਣ ਰਾਜੇ ਰਣਾਕਸ਼ ਦਾ ਕਿਹਾ ਸੀ ਕਿ ਉਹ ਮਰ ਗਿਆ ਆਉਣਾ ਸੱਪਾਂ ਨੇ ਡੱਸ ਲਿਆਉਣਾ ਪਰ ਪ੍ਰਹਲਾਦ ਨੂੰ ਤੇ ਸੱਪਾਂ 'ਚ ਵੀ ਆਪਣਾ ਆਰਾਮ ਨਜ਼ਰ ਆਉਂਦਾ ਸੀ ਖਾਲਸਾ ਜੀ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਉਹ ਸੱਪਾਂ ਦੇ ਬੱਚਿਆਂ ਨੂੰ ਗਲਾਂ 'ਚ ਸੱਪਾਂ ਨੂੰ ਗਲਾਂ ਵਿੱਚ ਪਾਈ ਫਿਰਦਾ ਸੀ ਆਖਿਆ ਪਿਤਾ ਜੀ ਤੁਸੀਂ ਕਿਉਂ ਡਰਦੇ ਹੋ ਵੇਖੋ ਇਹਨਾਂ 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 ਸੱਪਾਂ ਦੇ ਵਿੱਚ ਵੀ ਮੇਰਾ ਰਾਮ ਵੱਸਦਾ ਜਿਵੇਂ ਦੱਸਣਾ ਕੀਤਾ ਭਗਤ ਜੀ ਨੇ ਬਾਣੀ ਵਿੱਚ ਕਹਿੰਦੇ ਸਾਰਿਆਂ ਵਿੱਚ ਪਰਮੇਸ਼ੁਰ ਬੋਲਦਾ ਹੈ ਮਾਫ਼ ਕਰਨਾ ਪੜ੍ਹਿਆ ਕਰਦੇ ਸਨ ਮਹਾਂਪੁਰਖ ਸਭਕਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕੋ ਬੋਲੇ ਕਹਿੰਦੇ ਇਹਨਾਂ ਦੇ ਵਿੱਚ ਵੀ ਮੇਰਾ ਰਾਮ ਹੈ ਰਾਜਾ ਹਰਨਾਕਸ਼ ਦੇਖਣਾ ਵੇਖੋ ਜਨਮ ਕਿਵੇਂ ਵੱਧਿਆ ਵੱਧ ਰਿਹਾ ਸਿਆਣਿਆਂ ਦੀ ਕਹਾਵਤ ਅੱਤ ਤੇ ਖੁਦਾ ਦਾ ਵੈਰ ਹੈ ਮਾਫ਼ ਕਰਨਾ ਇਹਦੀ ਇੱਕ ਭੈਣ ਸੀ ਜਿਹਨੇ ਬਰਮਾ ਦੀ ਆਰਾਧਨਾ ਕਰਕੇ ਇੱਕ ਵਰ ਵਜੋਂ ਚਾਦਰ ਪ੍ਰਾਪਤ ਕੀਤੀ ਸੀ ਚਾਦਰ ਦੇ ਵਿੱਚ ਸਿਵਤ ਸੀ ਜੇਕਰ ਚਾਦਰ ਦੀ ਕੋਈ ਬੁੱਕਲ ਮਾਰ ਕੇ ਨਾ ਮੱਚ ਦੀ ਅੱਗ ਵਿੱਚ ਬਹਿ ਜਾਏ ਤਾਂ ਮੱਚ ਦੀ ਅੱਗ ਦਾ ਉਹਦੇ 'ਤੇ ਕੋਈ ਅਸਰ ਨਹੀਂ ਸੀ ਹੁੰਦਾ ਹਜ਼ਾਰਾਂ ਮਣ ਲੱਕੜੀ ਇਕੱਠੀ ਕੀਤੀ ਗਈ ਹੁਕਮ ਕੀਤਾ ਹਰਨਾਕਸ਼ ਨੇ ਆਪਣੀ ਭੈਣ ਹੋਲਕਾ ਨੂੰ ਕਿ ਉਹ ਵਰਮਾ ਵੱਲੋਂ ਪ੍ਰਾਪਤ ਕੀਤੀ ਚਾਦਰ ਦੀ ਬੁੱਕਲ ਮਾਰ ਕੇ ਨਾ ਆਪਣੇ ਭਤੀਜੇ ਨੂੰ ਗੋਤੀ ਜਲਾ ਕੇ ਬਹਿ ਜੇ ਪ੍ਰਹਲਾਦ ਸੜ ਜਾਏਗਾ ਔਰ ਹੋਲਕਾ ਬਚ ਜਾਏਗੀ ਕਹਿੰਦੇ ਨੇ ਐਸਾ ਕੀਤਾ ਗਿਆ ਜਦੋਂ ਹੋਲਕਾ ਪ੍ਰਹਲਾਦ ਨੂੰ ਆਪਣੀ ਗੋਦੀ 'ਚ ਲੈ ਕੇ ਬਹਿ ਗਈ ਹਜ਼ਾਰਾਂ ਮਣ ਲੱਕੜੀ ਨੂੰ ਅੱਗ ਜਦੋਂ ਦਿੱਤੀ ਗਈ ਉਹ ਕੌਤਕ ਅਨੋਖਾ ਵਰਤਿਆ ਆਇਆ ਹਵਾ ਦਾ ਬੁੱਲਾ ਚਾਦਰ ਉੱਡ ਕੇ ਪ੍ਰਹਲਾਦ 'ਤੇ ਪੈ ਗਈ ਕਿਉਂਕਿ ਵਰਸੀ ਜਿਹੜਾ ਚਾਦਰ ਦੀ ਬੁੱਕਲ ਮਾਰ ਕੇ ਬੈਠੇਗਾ ਉਹਨੂੰ ਅੱਗ ਨਹੀਂ ਸੜ ਸਕੂਗੀ ਚਾਦਰ ਉੱਡ ਕੇ ਪ੍ਰਹਲਾਦ ਦੇ ਉੱਤੇ ਪੈ ਗਈ ਹੋਲਕਾ ਸੜ ਕੇ ਸਵਾਹ ਹੋ ਗਈ ਜਿੱਥੋਂ ਹਿੰਦੂ ਮਤ ਵਾਲੇ ਹੋਲੀ ਦਾ ਤਿਉਹਾਰ ਮਨਾਉਂਦੇ ਹਨ ਹੁਣ ਰਾਜਾ ਹਰਨਾਕਸ਼ ਵੀ ਤਿਆਰ ਹੈ ਮਹਾਰਾਜ ਕਹਿੰਦੇ ਨੇ ਸੋ ਕਿਉਂ ਡਰੇ ਸਾਰੇ ਪੜੋ ਜੀ ਸੋ ਕਿਉਂ ਡਰੇ ਜੇ ਖਸਮ ਸਮਾਰੇ ਸੋ ਕਿਉਂ ਡਰੇ ਜੇ ਖਸਮ ਸਮਾਰੇ ਉਹ ਕਿਉਂ ਡਰੇ ਜਿਹੜਾ ਆਪਣੇ ਮਾਲਕ ਦਾ ਨਾਮ ਜਪਦਾ ਸਿੱਖ ਨੇ ਸਵਾਲ ਕੀਤਾ ਜੀ ਡਰੇ ਕੌਣ ਕਹਿੰਦੇ ਨੇ ਡਰ ਡਰ ਮੂਹੇ ਮਨਮੁਖ ਵਿਚਾਰੇ ਡਰ ਮੂਹੇ ਮਨਮੁਖ ਵਿਚਾਰੇ ਕਹਿੰਦੇ ਨੇ 18 ਧਾਤਾਂ ਦਾ ਬਣਿਆ ਇੱਕ ਥੰਮ ਤਿਆਰ ਕੀਤਾ ਗਿਆ ਲੋਹੇ ਦਾ ਜਿਸ ਨੂੰ ਗਰਮ ਕੀਤਾ ਗਿਆ 12-12 ਫੁੱਟ 'ਤੇ ਅੱਗ ਉਸ ਥੰਮ ਦਾ ਤਪਦੇ ਥੰਮ ਦਾ ਸੇਕ ਜਾਂਦਾ 12-12 ਫੁੱਟ 'ਤੇ ਰਾਜੇ ਹਰਨਾਕਸ਼ ਨੇ ਆਖਿਆ ਲੈ ਪੁੱਤਰ ਮਾਰ ਆਵਾਜ਼ ਆਪਣੇ ਰਾਮ ਨੂੰ ਮੈਂ ਦੇਖਦਾ ਕਿ ਤੈਨੂੰ ਸੜਦੇ ਬਲਦੇ ਥੰਮ ਤੋਂ ਕਿਵੇਂ ਬਚਾਉਂਦਾ ਪੜ੍ਹਿਆ ਕਰਦੇ ਪਾਲਾ ਤੱਤਿਆਂ ਥੰਮਾਂ ਨੂੰ ਜਫੀਆਂ ਉਹ ਵੇਖਾਂ ਤੇਰਾ ਰਾਮ ਰੱਖ ਲਓ ਕਹਿੰਦੇ ਨੇ ਕਿ ਪ੍ਰਹਲਾਦ ਉਸ ਸੜਦੇ ਬਲਦੇ ਥੰਮ ਨੂੰ ਤੱਕ ਕੇ ਨਾ ਘਬਰਾ ਗਿਆ ਵੀ ਤੂੰ ਬਚਣਾ ਬੜਾ ਮੁਸ਼ਕਲ ਆ ਛੋਟਾ ਬੱਚਾ ਸੀ ਪਰਿਪੂਰਨ ਪਰਮਾਤਮਾ ਅੰਤਰਜਾਮੀ ਵਹਿਰੂ ਕਹਿੰਦੇ ਨੇ ਕੀੜੀ ਦਾ ਰੂਪ ਧਾਰਨ ਕਰਕੇ ਥੰਮ 'ਤੇ ਫਿਰ ਗਿਆ ਖਾਲਸਾ ਜੀ ਛੋਟੀ ਜੀ ਕੀੜੀ ਦਾ ਰੂਪ ਧਾਰਨ ਕਰਕੇ ਉਸ ਸੜਦੇ ਬਲਦੇ ਥੰਮ ਦੇ ਉੱਤੇ ਤੁਰਿਆ ਜਾਂਦਾ ਜਿਵੇਂ ਥੰਮ 'ਤੇ ਜਾ ਰਿਹਾ ਕੀੜੀ ਰੂਪ ਧਾਰਨ ਕਰਕੇ ਥੰਮ ਦਾ ਸੇਕ ਖਿੱਚ ਲਿਆ ਜਦੋਂ ਥੰਮ ਦਾ ਸੇਕ ਖਿੱਚ ਲਿਆ ਪ੍ਰਹਲਾਦ ਦੀ ਨਜ਼ਰ ਪਈ ਉਹ ਕਿ ਛੋਟੀ ਜਿਹੀ ਕੀੜੀ ਤੁਰੀ ਜਾਂਦੀ ਹੈ ਨਹੀਂ ਸੜਦੀ ਤੂੰ ਕਿੱਦਾਂ ਸੜ ਜਾਏਗਾ ਤੂੰ ਕਿ ਮਰ ਜਾਏਗਾ ਅੱਗੇ ਵੱਧ ਕੇ ਉਸ ਸੜਦੇ ਬਲਦੇ ਥੰਮ ਨੂੰ ਮਾਫ਼ ਕਰਨਾ ਜਾਂ 18 ਧਾਤਾਂ ਦਾ ਬਣਿਆ ਸੀ ਜਾਫਾ ਮਾਰ ਲਿਆ ਹੁਣ ਰਾਮ ਵੀ ਤਿਆਰ ਹੈ ਅਤੇ ਇੱਧਰ ਪ੍ਰਹਲਾਦ ਵੀ ਤਿਆਰ ਹੈ ਇਹਨੇ ਵਰ ਮੰਗੇ ਸਨ ਸ਼ਿਵਜੀ ਦੀ ਪੂਜਾ ਕਰਕੇ ਨਾ ਦਿਨ ਮਰਾਂ ਨਾ ਰਾਤ ਮਰਾਂ ਨਾ ਕਿਸੇ ਬੰਦੇ ਦੇ ਹੱਥੋਂ ਮਰਾਂ ਨਾ ਜਾਨਵਰ ਦੇ ਹੱਥੋਂ ਮਰਾਂ ਨਾ ਜ਼ਮੀਨ 'ਤੇ ਮਰਾਂ ਨਾ ਅਸਮਾਨ 'ਤੇ ਮਰਾਂ ਆਪਾਂ ਰਾਜਿਆਂ ਲੋਕਾਂ ਦੇ ਰਾਜਮਹਿਲ ਤੁਸੀਂ ਵੇਖੇ ਹੋਣੇ ਨੇ ਪੁਰਾਣਿਆਂ ਦੇ ਉਹਦੇ ਰਾਜਮਹਿਲ ਨੇ ਨਾ ਉਹਨਾਂ ਦੀ ਦੇਹਲੀਆਂ ਦਲੀਜਾਂ ਬੜੀਆਂ ਚੌੜੀਆਂ ਹੁੰਦੀਆਂ ਨੇ ਮਾਫ਼ ਕਰਨਾ ਇੱਧਰੋਂ ਗੁਰੂ ਕੀ ਸੰਗਤ ਜਦੋਂ ਪ੍ਰਹਲਾਦ ਸੜਦੇ ਬਲਦੇ ਤਪਦੇ ਥੰਮ ਨੂੰ ਜੱਫਾ ਮਾਰ ਲਿਆ ਨਾ ਹੁਣ ਰਾਜੇ
ਹਰਨਾਕਸ਼ ਦਾ ਹੱਥ ਕਿੱਥੇ ਗਿਆ? ਤਲਵਾਰ ਦੀ ਮੁੱਠੀ ਤੇ ਗਿਆ। ਮਾਫ਼ ਕਰਨਾ, ਕੱਢ ਖੜਗ ਪਿਓ ਪੁੱਛਿਆ। ਸਾਰੇ ਪੜੋ, ਕੱਢ ਖੜਗ ਪਿਓ। ਖੜਗ ਨਾ ਤਲਵਾਰ ਦਾ ਆਖਿਆ, ਤੇਰੀ ਐਸੀ ਕਮਤ ਐਸੀ। ਕੱਢ ਖੜਗ ਪਿਓ ਪੁੱਛਿਆ, ਕੌਣ ਸੋ ਤੇਰਾ ਹੈ ਉਸਤਾਦ? ਕੌਣ ਸੋ ਤੇਰਾ ਹੈ ਉਸਤਾਦ? ਉਹ ਤੇਰਾ ਕਿਹੜਾ ਉਸਤਾਦ ਹੈ ਜਿਹਨੇ ਤੈਨੂੰ ਆ ਪੱਟੀ ਪੜਾ ਦਿੱਤੀ ਹੈ? ਕਹਿੰਦੇ ਨੇ ਜਦੋਂ ਰਾਜਾ ਹਰਨਾਕਸ਼ ਲੋਕੀ ਕਹਿੰਦੇ ਨੇ ਰੱਬ ਨੇੜੇ ਕਿ ਕਸੋਨ ਨੇੜੇ, ਜਦੋਂ ਸ਼ਰਰ ਕਰਕੇ ਮਿਆਨ ਦੇ ਵਿੱਚ ਤਲਵਾਰ ਖਿੱਚੀ ਨਾ, ਲੱਗਾ ਨਾ ਤਲਵਾਰ ਦਾ ਵਾਰ ਕਰਨ, ਲੋਕੀ ਕਹਿੰਦੇ ਨੇ ਰੱਬ ਨੇੜੇ ਕਿ ਕਸੋਨ ਨੇੜੇ। ਮਨਮੁੱਖ ਕਹਿੰਦੇ ਨੇ ਗੁਰਮੁਖਾਂ ਲਈ ਰੱਬ ਨੇੜੇ, ਪਰ ਮਨਮੁੱਖਾਂ ਲਈ ਕਸੋਨ ਨੇੜੇ। ਜਦੋਂ ਕੱਢ ਕੇ ਤਲਵਾਰ ਮਾਫ਼ ਕਰਨਾ ਲੱਗਾ ਮਾਰਨ, ਬੱਚਾ ਸੀ ਕਹਿੰਦੇ ਨੇ ਕੰਬ ਗਿਆ ਪ੍ਰਹਲਾਦ ਸਾਹਿਬ ਸਿੰਘ ਜੀ, ਕਹਿੰਦੇ ਜਿਵੇਂ ਪ੍ਰਹਲਾਦ ਕੰਬਿਆ, ਉਹ ਸੜਦਾ ਬਲਦਾ ਥੰਬ ਹੀ ਕੰਬ ਗਿਆ ਖਾਲਸਾ ਜੀ। ਅੱਤ ਖੁਦਾ ਦਾ ਵੈਰ ਹੁੰਦਾ। ਜਦੋਂ ਸਾਹਿਬਜ਼ਾਦੇ ਸਰਹੰਦ ਦੀ ਖੂਨੀ ਦੁਆਰ ਚਿਣੇ ਗਏ, ਕਹਿੰਦੇ ਨੇ ਕੰਧ ਆਪਣੇ ਆਪ ਹੀ ਢਾ ਗਈ ਸੀ ਖਾਲਸਾ ਜੀ। ਮਾਫ਼ ਕਰਨਾ ਗੁਰੂ ਕੀ ਸੰਗਤ, ਕੰਧ ਨੇ ਦੁੱਖ ਮਹਿਸੂਸ ਕੀਤਾ ਪਰ ਜ਼ਾਲਮ ਵਜੀਦੇ ਖਾਂ ਨੂੰ ਤਰਸ ਨਹੀਂ ਆਇਆ। ਕਹਿੰਦੇ ਨੇ ਜਦੋਂ ਲੱਗਾ ਤਲਵਾਰ ਦਾ ਵਾਰ ਕਰਨ, ਤਪਤ ਥੰਮ ਪਹਾੜ ਪ੍ਰਗਟ ਭਇਓ, ਤਪਤ ਥੰਮ ਪਹਾੜ ਪ੍ਰਗਟ ਭਇਓ, ਨਰਸਿੰਘ ਰੂਪ ਅਨੂਪ ਅਗਾਦ, ਜਿਹਦਾ ਅੱਧਾ ਸਰੀਰ ਸਤਸੰਗ ਜੀ ਸ਼ੇਰ ਦਾ ਬਣਿਆ ਸੀ, ਅੱਧਾ ਸਰੀਰ ਨਰ ਕਹਿੰਦੇ ਨੇ ਬੰਦੇ ਨੂੰ, ਸਿੰਘ ਕਹਿੰਦੇ ਨੇ ਸ਼ੇਰ ਨੂੰ, ਅੱਧਾ ਸਰੀਰ ਬੰਦੇ ਦਾ ਬਣਿਆ ਸੀ, ਅੱਧਾ ਸਰੀਰ ਕਰਨਾ ਸਤਸੰਗ ਜੀ ਸ਼ੇਰ ਦਾ ਬਣਿਆ ਸੀ। ਸ਼ੇਰ ਦਾ ਪੰਜਾ ਬੜਾ ਤੇਜ਼ ਹੁੰਦਾ, ਅੱਧਾ ਸੂਰਜ ਅੰਦਰ ਸੀ, ਅੱਧਾ ਮਾਫ਼ ਕਰਨਾ ਗੁਰੂ ਕੀ ਸੰਗਤ ਬਾਹਰ ਸੀ। ਅਤੇ ਗੁਰੂ ਕੀ ਸੰਗਤ ਕਹਿੰਦੇ ਨੇ ਪਰਮੇਸ਼ਰ ਨੇ ਫੜ ਕੇ ਹਰਨਾਕਸ਼ ਨੂੰ, ਰਾਜਮਹਿਲ ਦੀ ਦੇਲੀ ਬੜੀ ਵੱਡੀ ਸੀ, ਉੱਥੇ ਲੰਬਾ ਪਾਲਿਆ ਅਤੇ ਮਾਰ ਕੇ ਪੰਜਾ ਨਾ ਆਖਿਆ, ਪੰਜਾ ਮਾਰਨ ਤੋਂ ਪਹਿਲਾਂ ਆਖਿਆ ਦੇਖ ਬੰਦੇ ਦੇ ਉੱਥੋਂ ਮਰ ਰਹੇ ਹਾਂ ਕਿ ਜਾਨਵਰ ਦੇ? ਆਖਿਆ ਨਾ ਜਾਨਵਰ ਨਾ ਬੰਦਾ, ਜ਼ਮੀਨ 'ਤੇ ਮਰ ਰਿਹਾ ਆਕਾਸ਼ 'ਤੇ? ਕਹਿੰਦਾ ਨਾ ਜ਼ਮੀਨ ਨਾ ਆਕਾਸ਼, ਕਹਿੰਦਾ ਦੇਣੇ ਕਿ ਰਾਤ 'ਤੇ? ਕਹਿੰਦਾ ਨਾ ਦਿਨ ਨਾ ਰਾਤ। ਮਾਫ਼ ਕਰਨਾ, ਮਾਰਿਆ ਪੰਜਾ ਅਤੇ ਹਰਨਾਕਸ਼ ਦੇ ਨਾ, ਹਰਨਾਕਸ਼ ਦਾ ਪੇਟ ਪਾੜ ਕੇ ਸੁੱਟ ਦਿੱਤਾ। ਤਾਂ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰੂ ਰਾਮਦਾਸ ਜੀ, ਪ੍ਰਹਲਾਦ ਤਰਾਇਆ ਜੀ ਹਰੀ ਨੇ ਆਣ ਕੇ, 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 ਪ੍ਰਹਲਾਦ ਤਰਾਇਆ ਜੀ ਹਰੀ ਨੇ ਪ੍ਰਹਲਾਦ ਤਰਾਇਆ ਜੀ ਹਰੀ ਨੇ ਆਣ ਕੇ, ਪ੍ਰਹਲਾਦ ਤਰਾਇਆ ਜੀ ਹਰੀ ਨੇ ਆਣ ਕੇ, ਹਰ ਜੁਗ ਜੁਗ ਭਰ ਤੂੰ ਪਾਇਆ ਪੈਜ ਰੱਖਦਾ ਆਇਆ, ਹਰ ਨਕਸ਼ ਦੁਸ਼ਟ ਹਰ ਮਾਰਿਆ, ਹਰ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ ਹਰ ਜੁਗ ਜੁਗ ਭਰ ਤੂੰ ਪਾਇਆ, ਦੁਸ਼ਟਾਂ ਨੂੰ ਮਾਰ ਕੇ ਸੰਤਾਂ ਦੀ ਕਰ ਬਹਿ ਰੱਖਿਆ, ਦੁਸ਼ਟਾਂ ਨੂੰ ਮਾਰ ਕੇ ਕਰਦਾ ਰੱਖਿਆ, ਦੁਸ਼ਟਾਂ ਨੂੰ ਮਾਰ ਕੇ ਸੰਤਾਂ ਦੀ ਕਰਦਾ ਰੱਖਿਆ, ਦੁਸ਼ਟਾਂ ਨੂੰ ਮਾਰ ਕੇ ਸੰਤਾਂ ਦੀ ਕਰਦਾ ਰੱਖਿਆ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਲਾਦ ਤਰਾਇਆ, ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁੱਖ ਲਾਇਆ। ਖੈਰ ਰਹੋ ਵਿਚਾਰ, ਇੱਧਰ ਗੁਰੂ ਕੀ ਸੰਗਤ, ਉਹ ਬੱਚਾ 11 ਸਾਲ ਦੀ ਉਮਰ ਲੈ ਕੇ ਜਦੋਂ ਬਲੀ ਦੇਣ ਵਾਸਤੇ ਤੁਰ ਪਿਆ, ਬੱਚੇ ਨੇ ਆਖਿਆ ਰਾਜਨ ਤੂੰ ਆਪਣਾ ਕੰਮ ਕਰ, ਮੇਰੇ ਵਾਸਤੇ ਮਰਨ ਦੀ ਘੜੀ ਆ, ਤੇਰੇ ਮਨ ਵਿੱਚ ਪੁੱਤਰ ਪ੍ਰਾਪਤੀ ਦੀ ਇੱਛਾ, ਰਾਜਨ ਤੂੰ ਜੋ ਕਰਨਾ ਕਰ ਲਾ, ਪਰ ਮੈਨੂੰ ਵੀ ਪਤਾ ਖਾਲਸਾ ਜੀ ਉੱਥੇ ਨਾ ਸਹਾਇਤਾ ਕਰਨੀ
ਉਥੇ ਨਾਮ ਨੇ ਨਾਮੇ ਸਹਿਤਾ ਗੰਗ ਤਨ ਕੋਈ ਮਤ ਸਤਾ ਤੇਰਾ ਤੇਰਾ ਤਨ ਕੋਈ ਮਤ ਸਤਾ ਜੀ ਉਥੇ ਨਾਮ ਨੇ ਸਹਿਤਾ ਕਰਨੀ ਉਥੇ ਨਾਮ ਨੇ ਨਾਮੇ ਸਹਿਤਾ ਕਰਨੀ ਤੇਰਾ ਕੋਈ ਮਤ ਸਤਾ ਤੇਰਾ ਤੇਰਾ ਤਨ ਕੋਈ ਮਤ ਸਤਾ ਉਥੇ ਨਾਮ ਨੇ ਨਾਮ ਭਾਈ ਮਨ ਊਹਾ ਨਾਮ ਤੇਰੇ ਸੰਗ ਸਹਾਈ ਬੱਚਾ ਦੇਵੀ ਦੇ ਮੰਦਰ ਦੇ ਵਿੱਚ ਲਿਜਾਇਆ ਗਿਆ ਜਿੱਥੇ ਦੇਵੀ ਦਾ ਮੰਦਰ ਸੀ ਦੋਨੋਂ ਹੱਥ ਪਿੱਛੇ ਵਧੇ ਨੇ ਗੁਰੂ ਕੀ ਸੰਗਤ ਉਹਨਾਂ ਜੋਸ਼ੀਆਂ ਨੇ ਪੰਡਤਾਂ ਨੇ ਆਖਿਆ ਸਰਕਾਰ ਅੰਧਕਲ ਤਲਵਾਰ ਪਕੜੋ ਜੋ ਖਾਸ ਵਲਾਦੀ ਬਣੀ ਸੀ ਆਖਿਆ ਇਸ ਬੱਚੇ ਦੀ ਗਰਦਨ ਦੇ ਉੱਤੇ ਤਲਵਾਰ ਦਾ ਵਾਰ ਕਰੋ ਦੇਵੀ ਖੁਸ਼ ਹੋ ਕੇ ਮਾਫ ਕਰਨਾ ਆਪ ਜੀ ਨੂੰ ਵਰ ਦੇਵੇਗੀ ਪੁੱਤਰ ਪ੍ਰਾਪਤੀ ਦਾ ਵਰ ਦੇਵੇਗੀ ਬੱਚੇ ਨੂੰ ਹੁਕਮ ਕੀਤਾ ਗਿਆ ਗਰਦਨ ਨੀਵੀਂ ਕਰੋ ਖੈਰ ਬੱਚੇ ਹੱਥ ਦੋਨੇ ਵਧੇ ਸਨ ਪਰ ਜਦੋਂ ਰਾਜਾ ਤਲਵਾਰ ਦਾ ਵਾਰ ਲੱਗਾ ਕਰਨ ਲੱਖਾਂ ਬਾਹਾਂ ਦਾ ਜ਼ੋਰ ਨਹੀਂ ਚੱਲਦਾ ਦਾਤਾ ਤੇਰੀ ਕਿਰਪਾ ਦੇ ਅੱਗੇ ਚੱਲਦਾ ਦਾਤਾ ਤੇਰੀ ਕਿਰਪਾ ਦੇ ਅੱਗੇ ਲੱਖਾਂ ਬਾਵਾਂ ਦਾ ਜ਼ੋਰ ਨਹੀਂ ਉਹ ਚੱਲਦਾ ਦਾਤਾ ਤੇਰੀ ਕਿਰਪਾ ਦੇ ਅੱਗੇ ਲੱਖਾਂ ਬਾਵਾਂ ਦਾ ਆਗਿਆ ਨਹੀਂ ਦੇ ਰਿਹਾ ਯਤਨ ਨਹੀਂ ਨਾ ਹੀ ਕੋਟ ਲਖਬਾਹੀ ਨਾਮ ਜਬ ਤੱਕ ਪਾਰ ਪਰਾਹੀ ਬੱਚਿਆਂ ਨੇ ਗਰਦਨ ਚੁਕਾਈ ਰਾਜੇ ਨੇ ਤਲਵਾਰ ਮਿਆਨ ਦੇ ਵਿੱਚ ਖਿੱਚੀ ਜਦੋਂ ਤਲਵਾਰ ਦਾ ਵਾਰ ਲੱਗਾ ਕਰਨ ਸਤਸੰਗ ਦੇਵੀ ਪ੍ਰਗਟ ਹੋ ਗਈ ਦੇਵੀ ਨੇ ਪ੍ਰਗਟ ਹੋ ਕੇ ਰਾਜੇ ਦਾ ਹੱਥ ਫੜ ਲਿਆ ਆਖਿਆ ਮੂਰਖ ਰਾਜਨ ਇਸ ਪ੍ਰਭੂ ਭਗਤ ਨੂੰ ਮਾਰਿਆ ਤੇਰੇ ਘਰੇ ਪੁੱਤਰ ਨਹੀਂ ਹੋ ਸਕਦਾ ਇਸ ਪ੍ਰਭੂ ਭਗਤ ਨੂੰ ਮਾਰਿਆ ਤੇਰੇ ਘਰੇ ਮਾਫ ਕਰਨਾ ਪੁੱਤਰ ਨਹੀਂ ਹੋ ਸਕਦਾ ਤੈਨੂੰ ਪੁੱਤਰ ਚਾਹੀਦਾ ਨਾ ਅੰਧਕਾਰ ਇਸ ਬੱਚੇ ਨੂੰ ਆਪਣਾ ਪੁੱਤਰ ਬਣਾ ਲਾ ਬੜਾ ਧਰਮਾਤਮਾ ਬੱਚਾ ਔਰ ਬੜਾ ਧਰਮਾਤਮਾ ਰਾਜਾ ਹੋਵੇਗਾ ਪਬਲਿਕ ਨੂੰ ਪ੍ਰਜਾ ਨੂੰ ਬਹੁਤ ਸੁੱਖ ਦੇਵੇਗਾ ਦੇਵੀ ਨੇ ਸਾਸੂ ਨੇ ਤਲਵਾਰ ਫੜ ਲਈ ਰਾਜੇ ਨੂੰ ਆਖਿਆ ਇਹਨੂੰ ਮਾਰਿਆ ਤੇਰੇ ਘਰ ਪੁੱਤਰ ਤੇਰੀ ਕੁੱਲ ਤਾਂ ਗਰਕ ਹੋ ਸਕਦੀ ਹੈ ਇੱਕ ਵਾਰੀ ਕਹਿੰਦੇ ਪੈ ਤੇਰੀ ਕੁੱਲ ਤਾਂ ਗਰਕ ਹੋ ਸਕਦੀ ਹੈ ਪਰ ਇਸ ਮਾਫ ਕਰਨ ਬੱਚੇ ਨੂੰ ਮਾਰਿਆ ਤੈਨੂੰ ਪੁੱਤਰ ਪ੍ਰਾਪਤੀ ਦੀ ਤੇਰੀ ਜੋ ਇੱਛਾ ਉਹ ਪੂਰੀ ਨਹੀਂ ਹੋ ਸਕਦੀ ਜੇ ਤੈਨੂੰ ਪੁੱਤਰ ਚਾਹੀਦਾ ਇਹਨੂੰ ਆਪਣਾ ਪੁੱਤਰ ਬਣਾ ਲੈ ਰਾਜੇ ਨੇ ਗੁਰੂ ਕੀ ਸੰਗਤ ਖੈਰ ਹੱਥੋਂ ਤਲਵਾਰ ਡਿੱਗ ਫੜ ਲਈ ਦੇਵੀ ਨੇ ਇੱਧਰੋਂ ਰਾਜੇ ਨੇ ਬੱਚੇ ਨੂੰ ਬੰਦ ਫੜ ਕੇ ਗਾਣਾ ਲਾਇਆ ਬੇਟਾ ਬੇਟਾ ਕਹਿ ਕੇ ਮੱਥਾ ਚੁੰਮਿਆ ਬਾਣੀ ਚ ਤੋਕਾਂ ਦੀ ਝੂਠ ਬਾਤ ਬਾਤ ਤੇ ਭਇਓ ਸੀਧਰੋ ਕਿੱਥੇ ਉਹਨੇ ਬਲੀ ਦੀ ਦਾ ਬੱਕਰਾ ਬਣਨਾ ਸੀ ਕਿੱਥੇ ਰਾਜਕੁਮਾਰ ਵਹਿਰੂ ਚਾਵੇ ਉੱਠੀ ਬਾਤ ਤੇ ਸਿੱਧੀ ਹੋ ਜਾਵੇ ਉਹ ਕਿਰਪਾ ਤੇਰੀ ਹੋ ਜਾ ਵਾਹਿਗੁਰੂ ਬਾਤ ਤੇ ਸਿੱਧੀ ਹੋ
ਸਦੀਆਂ ਹੋ ਜਾ ਕਰਦੀਆਂ ਹਨ ਸਮਾਂ ਹੁਣ ਤੇ ਜਵਾਨੀ ਮੁੱਚ ਗਿਆ ਬੜਾ ਧਰਮਾਤਮ ਬੱਚਾ ਨਿਕਲਿਆ ਧਰਮੀ ਬੰਦਾ ਜਿੱਥੇ ਜਾਏਗਾ ਚੰਗਾ ਹੀ ਕੰਮ ਕਰੇਗਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਸਮਾਂ ਆਉਣ ਤੇ 10 ਦਿਨ ਬੜਾ ਧਰਮਾਤਮਾ ਰਾਜਾ ਬਣਿਆ ਜਿਸਨੇ ਲੋਕਾਂ ਨੂੰ ਬੜੇ ਸੁੱਖ ਦਿੱਤੇ ਖੈਰ ਵਾਹਿਗੁਰੂ ਆਪਣੇ ਪਿਆਰਿਆਂ ਦੀ ਰੱਖਦਾ ਆਇਆ ਰੱਖਦਾ ਰਹੇਗਾ ਆਉਣ ਵਾਲੇ ਸਮੇਂ ਵਿੱਚ ਵੀ ਰੱਖਦਾ ਹੈ ਘਰ ਗੁਰੂ ਕੀ ਸੰਗਤ ਇੱਧਰੋਂ ਹਿਰਨੀ ਉਹਨੇ ਦੇਖਿਆ ਵੀ ਇੱਥੋਂ ਮੇਰਾ ਬਚਣਾ ਬੜਾ ਮੁਸ਼ਕਿਲ ਹੈ ਸਮਾਂ ਆਗਿਆ ਨਹੀਂ ਦਿੰਦਾ ਚਾਰ ਸ਼ੇਰੇ ਇੱਕ ਪਾਸੇ ਸ਼ਿਕਾਰੀ ਦੇ ਕੁੱਤੇ ਨੇ ਦੂਜੇ ਪਾਸੇ ਜਹਿਰ ਲੱਗਿਆ ਹੋਇਆ ਹੈ ਹਾਂ ਤੀਜੇ ਪਾਸੇ ਜੰਗਲ ਦੇ ਅੱਗ ਲੱਗੀ ਚੌਥੇ ਪਾਸੇ ਸ਼ਿਕਾਰੀ ਆਪ ਹੈ ਹਿਰਨੀ ਨੇ ਆਪਣੀ ਬੋਲੀ ਵਿੱਚ ਅਰਦਾਸ ਕੀਤੀ ਹੈ ਪਰਿਪੂਰਨ ਅੰਤਰਜਾਮੀ ਪ੍ਰਭੂ ਮੇਰਾ ਇੱਥੋਂ ਬਚਣਾ ਬਹੁਤ ਮੁਸ਼ਕਿਲ ਹੈ ਹਾਂ ਇਹ ਉਹ ਘੜੀ ਹੈ ਜਦੋਂ ਤੂੰ ਮੇਰੀ ਰੱਖਿਆ ਕਰ ਸਕਦਾ ਕਿ ਮੇਰੀ ਵੀ ਸੁਣੀ ਜਾ ਸਕਦੀ ਇਹਦੀ ਸੱਸ ਅਰਦਾਸ ਨਿਰੰਕਾਰ ਦੇ ਘਰ ਵਿੱਚ ਪ੍ਰਵਾਨ ਹੋਈ ਜਦੋਂ ਅਰਦਾਸ ਨਿਰੰਕਾਰ ਦੇ ਘਰ ਪ੍ਰਵਾਨ ਹੋਈ ਕੌਤਕ ਅਨੋਖਾ ਅਨੋਖਾ ਵਰਤਿਆ ਸੱਸ ਜੰਗਲ ਦੇ ਵਿੱਚ ਇੱਕ ਸਹਿਆ ਨਿਕਲਦਾ ਇੱਕ ਵਾਰੀ ਕਹਿੰਦੇ ਵਾਹਿਗੁਰੂ ਕੁੱਤੇ ਸਨ ਜਿਹੜੇ ਸਹਿ ਦੇ ਪਿੱਛੇ ਦੌੜ ਗਿਆ ਇੱਕ ਪਾਸਾ ਸਤਸੰਗੇ ਜੀ ਖਾਲੀ ਹੋ ਗਿਆ ਦੂਜੇ ਨੰਬਰ 'ਤੇ ਹਵਾ ਦਾ ਰੁੱਖ ਬਦਲ ਗਿਆ ਹਵਾ ਦਾ ਰੁੱਖ ਬਦਲਣ ਦੇ ਨਾਲ ਸਤਸੰਗ ਜੀ ਅੱਗ ਦਾ ਰੁੱਖ ਬਦਲ ਗਿਆ ਅੱਗ ਜਾਲ 'ਤੇ ਜਾ ਪਈ ਜਦੋਂ ਅੱਗ ਜਾਲ 'ਤੇ ਜਾ ਪਈ ਜਾਲ ਸੜ ਕੇ ਸਵਾਹ ਹੋ ਗਿਆ ਤਿੰਨ ਪਾਸੇ ਖਾਲੀ ਹੋ ਗਏ ਉੱਤੋਂ ਮਹਿਕ ਦੇਵਤੇ ਨੂੰ ਹੁਕਮ ਹੋਇਆ ਮਹਿਕੇ ਨੂੰ ਫਰਮਾਨ ਹੋਇਆ ਵਰਸੋ ਕਿਰਪਾ ਧਾਰ ਬਾਰਿਸ਼ ਲੱਗ ਪੈਂਦੀ ਬਾਰਿਸ਼ ਦੇ ਲੱਗਣ ਨਾਲ ਮੱਚਦੀ ਅੱਗ ਵੀ ਬੁੱਝ ਗਈ ਕੁੱਤੇ ਸ਼ਿਕਾਰੀ ਪਿੱਛੇ ਚਲੇ ਗਏ ਜਿਹੜਾ ਹਵਾ ਦੇ ਬਦਲ ਨਾਲ ਹਵਾ ਦਾ ਰੁੱਖ ਬਦਲਿਆ ਹਵਾ ਦੇ ਬਦਲਣ ਅੱਗ ਦਾ ਰੁੱਖ ਬਦਲਿਆ ਅੱਗ ਜਾਲ 'ਤੇ ਜਾ ਪਈ ਜਾਲ ਸੜ ਕੇ ਸਵਾਹ ਹੋ ਗਿਆ ਬਾਰਿਸ਼ ਪੈ ਗਈ ਸ਼ੁਰੂ ਹੋ ਗਈ ਉਹ ਅੱਗ ਵੀ ਬੁੱਝ ਗਈ ਜਾਲ ਸੜ ਗਿਆ ਸ਼ਿਕਾਰੀ ਨੇ ਵੇਖਿਆ ਹਿਰਨੀ ਤਿੰਨਾਂ ਪਾਸਿਆਂ ਤੋਂ ਸੱਸ ਯਾਦ ਹੈ ਕਾਲੀ ਕਾਲੀ ਨਾਲ ਬੰਦੂਕ ਮਾਰਨ ਦੀ ਦੇ ਟਰਾਈਗਰ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਜੋ ਕਾਰਤੂਸ ਰੱਖੇ ਸਨ ਸ਼ੇਸ਼ਨਾਗ ਨੂੰ ਹੁਕਮ ਹੋਇਆ ਪਰਮੇਸ਼ਰ ਜਿਸ ਦੇ ਹੁਕਮ ਤੋਂ ਬਿਨਾਂ ਪੱਤਾ ਵੀ ਨਹੀਂ ਹਿਲ ਸਕਦਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਸ਼ੇਸ਼ ਨਾਗ ਨੂੰ ਜਿਸ ਨੂੰ ਸੱਪਾਂ ਦਾ ਰਾਜਾ ਮੰਨਿਆ ਜਿਸ ਨੇ ਗੁਰੂ ਨਾਨਕ ਜੀ ਨੂੰ ਛਾਂ ਕੀਤੀ ਸੀ ਘਰ ਗੁਰੂ ਕੀ ਸੰਗਤ ਸ਼ੇਸ਼ ਨਾਗ ਨੂੰ ਹੁਕਮ ਹੋਇਆ ਸ਼ੇਸ਼ ਨਾਗ ਨੇ ਸ਼ਿਕਾਰੀ ਦੇ ਸੱਜੇ ਹੱਥ ਦੇ ਉੱਤੇ ਡੰਗ ਮਾਰਿਆ ਸ਼ਿਕਾਰੀ ਨੂੰ ਸੱਪ ਡੱਸ ਜਾਂਦਾ ਬੰਦੂਕ ਹੱਥੋਂ ਡਿੱਗ ਪੈਂਦੀ ਹੈ ਹਿਰਨੀ ਸ਼ਿਕਾਰੀ ਦੀ ਮੌਤ ਹੋ ਜਾਂਦੀ ਹਿਰਨੀ ਚਾਰਾਂ ਪਾਸਿਆਂ ਤੋਂ ਆਜ਼ਾਦ
ਹੋ ਕੇ ਫਿਰਦੀ ਤਦੇ ਮੇਰੇ ਪਾਤਸ਼ਾਹ ਫਰਮਾਉਂਦੇ ਨੇ ਸੱਤੀ ਭਾਵ ਲੱਗਦੀ ਜੀ ਕੁਰਾਂਦੇ ਚਰਨੀ ਸਾਥੀ ਵਾਹੁਣ ਲੱਗੀ ਪਾਰ ਬ੍ਰਹਮ ਸਰਨਾਈ ਜੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਰੱਬ ਪਤਾ ਆਪਣੇ ਪਿਆਰਿਆਂ ਦੇ ਨਾਲ ਕਿਵੇਂ ਫਿਰਦਾ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਜਿਵੇਂ ਸਾਡੇ ਸਰੀਰ ਦੀ ਪਰਛਾਈ ਮਰਦੇ ਦਮ ਤੱਕ ਸਾਥੋਂ ਦੂਰ ਨਹੀਂ ਹੋ ਸਕਦੀ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਜਿਵੇਂ ਸਾਡੇ ਸਰੀਰ ਦੀ ਮਾਫ਼ ਕਰਨਾ ਪਰਛਾਈ ਸਾਡੇ ਨਾਲ ਤੁਰੀ ਫਿਰਦੀ ਆ ਇਵੇਂ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਨੇ ਪਰਮੇਸ਼ੁਰ ਦੇ ਨਾਮ ਦੀ ਨਾ ਜਾਂ ਮਹਾਂ ਭਿਆਨ ਤਪਤ ਬਹੁ ਘਾਮ ਜਾਂ ਮਹਾਂ ਭਿਆਨ ਇਹ ਨਰਕਾਂ ਦਾ ਜ਼ਿਕਰ ਕੀਤਾ ਕਿਤੇ ਸਮਾਂ ਬਣਿਆ ਅਰਦਾਸ ਵਿਚਾਰ ਕਰਾਂਗੇ ਜਾਂ ਮਹਾਂ ਭਿਆਨ ਤਪਤ ਬਹੁ ਘਾਮ ਜਿੱਥੇ ਬੜੇ ਬੜੇ ਭਿਆਨਕ ਨਰਕ ਲੋਕ ਤਪਦੇ ਨੇ ਕਰੋੜਾਂ ਮੀਲਾਂ ਦਾ ਰੇਤਾ ਤਪਦਾ ਮਹਾਰਾਜ ਕਹਿੰਦੇ ਜਿੱਥੇ ਉਹ ਨਰਕੀ ਜੀਵਾਂ ਨੂੰ ਤੋਰ ਕੇ ਲਿਜਾਂਦੇ ਨੇ ਹਾਏ ਹਾਏ ਕੁਰਲਾਟਾਂ ਮਾਰਦੇ ਜਾਂਦੇ ਨੇ ਪਰ ਗੁਰੂ ਜੀ ਕਹਿੰਦੇ ਤਾਂ ਹਰ ਕੇ ਨਾਮ ਕੀ ਸਾਰੇ ਪੜੋ ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਸ਼ਾਮ ਕਹਿੰਦੇ ਨੇ ਸ਼ਾਮ ਉਸ ਹਰੀ ਦੇ ਨਾਮ ਦੀਆਂ ਸ਼ਾਮਾਂ ਅੱਜ ਥੈ ਤੈਨੂੰ ਭੁੱਪ ਲੱਗਣੀ ਹਰੀ ਦੇ ਨਾਮ ਦੀਆਂ ਸ਼ਾਮਾਂ ਜਿੱਥੇ ਤੈਨੂੰ ਧੁੱਪ ਲਗਾਉਣੀ ਉੱਥੇ ਹਰੀ ਦੇ ਨਾਮ ਦੀਆਂ ਸ਼ਾਮਾਂ ਜਿੱਥੇ ਤੈਨੂੰ ਧੁੱਪ ਲਗਾਉਣੀ ਤੈਨੂੰ ਧੁੱਪ ਲੱਗਣੀ ਨਾਮ ਦੀਆਂ ਸ਼ਾਮਾਂ
جب مہاں پیان تپ تپو کام تہر کے نام کی تم اوپر شام یوں اس اشٹپدی دے وچ نرکاں دا حوالہ دتا ہے کہ تے سماں بنیا تے ارتھ کٹن لگی تے بڑے بڑے ہت جاندے نے کوئی کدے باہر کروڑاں میلاں دا تپدا ہردا او بندے جنہاں نے پرمیشر دا نام نہیں جپیا ننگ تڑنگے معاف کرنا ننگا دوجک چلیا تن دسے کھرا ڈرام نو سارے پڑو ننگا دوجک دوجک نہ نرکاں دا کہندے نے جنہاں نے نام نہیں جپیا ننگ تڑنگے کر کے جم مار دے کڑ دے جم دوتلے جاندے ہیں ننگا دوجک چلیا تن دسے کھرا ڈرام نو ایتھے ذکر کیتا ہے بادشاہ فرماندے جے مار کے گنے جائے نہ کوسا کوسا کہندے نے کوہ نو کوہ ہوندا سوا میل دا کہندے نے جس دی گنتی کوہاں دے وچ نہیں ایڈا لمبا راہ ہے خالصا جی ایک واری کہہ دے وارو جتھوں اینو جم دو تو مار دے کڑ دے نک چ نکلاں پائیاں ہوندیاں نے مار دے کڑ دے لے جاندے آ پھر مہاراج کہندے اوتھوں وی جے تو بچنا نا جے مار کے گنے جائے نہ کوسا ہر کا نام اواں سنگ توسا توسا جنہوں شاہ ویڑا کہتے ہیں توسا جی کئی بچے روٹی نہیں کھاندے معاف کرنا ماں باپ کہتے توسا کھا مر لا توسا یعنی روٹی کہہ لو شاہ ویڑا کہہ لو وہ مہاراج کہتے اتھے پرمیشر دے نام نے تیرا آہار بن کے تیری مدد کرنی ہے جی اسی اتوں انڈیا جاندے ہیں رستے چ پلے کا خرچ بن لینے ہیں اگے اسی گرو استھان دے درشن کرن جاندے ہیں جدو گرو استھان دے درشن کرن جاندے ہیں سچ کھنڈ جھوٹ صاحب وغیرہ تے اسی پلے راہ دا کوئی خرچ بنے مہاراج کہندے نے جے مار کے گنے اڑے لوگ کہتے کچی بانی پڑھ دین جنہیں بھی سنت مہاتما نے بانی دے ارتھ کر کر کے واجے دیاں سراں تے پڑھ دین تاں کہ سنگت نوں بانی دی سمجھ پاوے تاں کہ سنگت نوں بانی دی سمجھ پاوے جے مار کے گنے جائے نا مارگ رستہ مہاراج کہندے واٹ مارگ رستہ جی مار کے گنے جان کوسا پت سے کہندے سما آگیا نہیں دے رہے پلے راہاں دا خرچ نہ بنیا واٹاں تیریاں دور دیاں راہاں دا خرچ چوما واٹاں تیریاں دور دیاں پلے راہاں دا خرچ نہ بنیا واٹا تیریاں دور دیا پلے رہا دا کرچ نہ بنیا واٹا تیریاں دور دیا پلے رہا دا کرچ نہ بنیا واٹا تیریاں دور دیا گرو کی سنگت خیر رہو بچار سماں اگیا نہیں دینا وارو پرمیشر کے نام نے ہی سارے کم آنا ہے میں دل دیا گرائیاں تو گرو پیارے اونکار سنگری انہوں کا برا ایک نندا ندی کہنے ایک گرجنٹ جنہ نے مہاراج کے چرن اپنے گرہ وکھے پائے ہیں مہاراج پروار دیا منو شبکانا پوریا کر سر تے میرے پر ہاتھ رکھن ساتسنگ جی جڑا بندہ رب دے راہ دے تر پیا اُن کسی بھی چیز کی کمی نہیں رہ سکتی اُن کدے بھی کوئی گھاٹا پہ نہیں سکتا مارے نت نت نام سنبھال تو جڑے نت روز پرمیشر دا نام جپدے نے انہاں دی نت روز ہی چڑھدی کلا ہوندی جاندی خیر سما آگیا نہیں دیندا میں انہاں پرواراں نوں ساریاں دا ہی دھنواد کردا بس بس سمجھ لاؤ سمے کی قدر کرو کر گرو کی سنگت ود تو ود نام جپیا کرو بھجن کریا کرو سیوا کریا کرو جو گربانی کہندی ہے وہ کریا کرو ہوں ان شبد پروانہ سادہ پاٹ وہ تو بعد ارداس ہوئے گی رام کلی محلہ تیجا نند کو کا چپ ساد انند پیا میری میں
ਲਾਂਦੀ ਮਾਫੀ ਤੁਸੀਂ ਵਸਦੇ ਰਹੋ ਹੱਸਦੇ ਰਹੋ ਅਸੀਂ ਸਿੱਖੀ ਦੇ ਰਾਹ ਤੁਸੀਂ ਸਿੱਖੀ ਦੇ ਰਾਹ ਤੇ ਚੱਲਦੇ ਰਹੋ ਅਸੀਂ ਦੇਖਦੇ ਰਹੀਏ ਗੁਰੂ ਕੀ ਸੰਗਤ ਗੁਰੂ ਦਾ ਸਿੱਖ ਦੁੱਖ ਚ ਸੁੱਖ ਚ ਭੁੱਖ ਚ ਨਵੇਂ ਪਾਤਸ਼ਾਹ ਦਾ ਸਲੋਕ ਪੜ੍ਹ ਕੇ ਦੇਖੋ ਜਰਾ ਇੱਕ ਮਹਲਾ ਹੀ ਪੜ੍ਹ ਕੇ ਦੇਖੋ ਤੇ ਬੰਦੇ ਦਾ ਦਿਮਾਗ ਸਾਫ਼ ਹੋ ਜਾਂਦਾ ਇੱਕ ਵਾਰੀ ਕਹਿ ਦੇ ਸਿੱਖ ਕਿਹੜਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਜਿਹੜਾ ਸਿੱਖ ਦੁੱਖ ਨੂੰ ਦੁੱਖ ਨਾ ਜਾਣੇ ਦੁੱਖ ਨੂੰ ਦੁੱਖ ਕਰਕੇ ਨਾ ਮੰਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਿਆ ਸੁੱਖ ਸਨੇਹ ਜਿਹਦਾ ਸੁੱਖਾਂ ਦੇ ਨਾਲ ਪਿਆਰ ਨਾ ਹੋਵੇ ਸੁੱਖਾਂ ਨਾਲ ਨੂੰ ਹੀ ਆਪਣੀ ਜ਼ਿੰਦਗੀ ਨਾ ਸਮਝਦਾ ਹੋਵੇ ਸੁੱਖ ਸਨੇਹ ਅਰ ਭੈ ਨਹੀਂ ਜਾਣਕੇ ਅਰ ਭੈ ਦਾ ਮਤਲਬ ਡਰ ਨਹੀਂ ਜਾਣਕੇ ਕੰਚਨ ਮਾਟੀ ਮਨ ਕੰਚਨ ਮਾਟੀ ਮਨ ਸੋਨੇ ਨੂੰ ਮਿੱਟੀ ਅਤੇ ਮਿੱਟੀ ਨੂੰ ਸੋਨਾ ਸਮਝ ਲਵੇ ਬੜੀ ਬੜੀ ਦੂਰ ਤੱਕ ਗਏ ਇਹਨਾਂ ਕੰਟਰੀਆਂ 'ਚ ਕਿ ਸਾਰੀ ਦੁਨੀਆਂ 'ਚ ਹੀ ਗਏ ਮਾਇਆ ਛੱਡਣੀ ਬੜੀ ਔਖੀ ਹੈ ਕਦੋਂ ਕਹਿ ਕੇ ਦੇਖਿਓ ਕਿਸੇ ਰਾਗੀ ਨੂੰ ਕਿਸੇ ਸੰਤ ਨੂੰ ਕਿਸੇ ਹੋਰ ਨੂੰ ਕਹਿ ਕੇ ਦੱਸਿਓ ਕਿ ਦੇਖਿਓ ਜੀ ਇੱਕ ਦਿਨ ਦੀ ਮਾਇਆ 'ਤੇ ਛੱਡ ਜਾਓ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਲੱਖਾਂ ਲੱਖਾਂ ਪੌਣ ਛੱਡੇ ਨੇ ਸਤਸੰਗ ਜੀ ਪਰ ਅੰਦਰੋਂ ਛੱਡੀ ਬੈਠੇ ਤਾਂ ਛੱਡੇ ਨੇ ਇੱਕ ਵਾਰੀ ਕਹਿ ਦੇ ਬਾਹਰ ਮਾਫ਼ ਕਰਨਾ ਮਹਾਰਾਜ ਕਹਿੰਦੇ ਕੰਚਨ ਮਾਟੀ ਮਨ ਅੱਗੇ ਕੀ ਕਹਿੰਦੇ ਨਾ ਨਿੰਦਿਆ ਜਿਹੜਾ ਨਿੰਦਾ ਨੂੰ ਨਿੰਦਾ ਨਾ ਸਮਝੇ ਅਸੀਂ ਸਾਡੀ ਵਡਿਆਈ ਹੁੰਦੀ ਅਸੀਂ ਸਤਸੰਗ ਜੀ ਬੜੇ ਫੁੱਲ ਜਾਂਦੇ ਹਾਂ ਸਾਡੀ ਨਿੰਦਾ ਹੁੰਦੀ ਅਗਲੇ ਦੇ ਗਲ ਪੈਂਦੇ ਹਾਂ
ਪਰ ਰੱਬ ਦੇ ਪਿਆਰੇ ਕਹਿ ਨਾ ਨਿੰਦਾ ਨਾ ਨਿੰਦਿਆ ਨਾ ਉਸਤਤ ਜੰਗ ਕੇ ਲੋਭ ਮੋਹ ਅਵਮਾਨਾ ਨਾ ਨਿੰਦਾ ਅਤੇ ਨਾ ਉਸਤਤ ਦੋਨਾਂ ਨੂੰ ਇੱਕ ਬਰਾਬਰ ਹੀ ਸਮਝਦੇ ਨੇ ਪਰ ਕਹਿਣਾ ਬੜਾ ਸੌਖਾ ਹੈ ਜਦੋਂ ਮੰਨਣਾ ਪੈਂਦਾ ਬਹੁਤ ਔਖੀ ਗੱਲ ਹੈ ਮਹਾਰਾਜ ਨੇ ਨਾ ਨਿੰਦਿਆ ਨਾ ਉਸਤਤ ਜੰਗ ਕੇ ਲੋਭ ਮੋਹ ਅਵਮਾਨਾ ਜਿਹਦੇ 'ਚ ਲੋਭ ਨਹੀਂ ਮੋਹ ਨਹੀਂ ਹੰਕਾਰ ਨਹੀਂ ਇਹ ਗੱਲਾਂ ਆਪਣੇ ਮੂੰਹ ਤੋਂ ਜਚਦੀਆਂ ਨਹੀਂ ਦੁਨੀਆਂ 'ਤੇ ਤਿੰਨ ਰਿਸ਼ਤੇ ਬਹੁਤ ਨੇੜੇ ਦੇ ਮੰਨੇ ਨੇ ਇੱਕ ਪਿਓ ਦਾ ਰਿਸ਼ਤਾ ਦੂਜਾ ਭਰਾ ਦਾ ਤੀਜਾ ਭਤੀਜੇ ਜਾਂ ਪੁੱਤਰ ਦਾ ਕਹਿ ਲਓ ਸਾਡੀ ਜ਼ਿੰਦਗੀ 'ਚ ਇੱਕ ਮਿੰਟ ਦਾ ਸਮਾਂ ਨਹੀਂ ਸਾਡੇ ਕੋਲ ਸਤ ਸੰਗਤ ਜੀ ਪਰ ਅਸਲ ਮਹਿਣਿਆਂ 'ਚ ਜੋ ਪ੍ਰਚਾਰ ਹੁਣ ਹੋ ਰਿਹਾ ਨਾ ਅਸੀਂ ਸਮਝਦੇ ਹਾਂ ਕਿ ਪਹਿਲਾਂ ਹੋ ਹੀ ਨਹੀਂ ਸਕਿਆ ਪਹਿਲਾਂ ਅਸੀਂ ਸਟੇਜਾਂ 'ਤੇ ਕੀਰਤਨ ਕੀਤਾ ਅਸੀਂ ਕੀਰਤਨ ਕਰਕੇ ਤੁਰ ਗਏ ਸੰਗਤ ਸੁਣ ਕੇ ਤੁਰ ਗਈ ਹੁਣ ਜਿਹੜਾ ਪਿਆਰ ਪ੍ਰਚਾਰ ਨਾ ਵਿੱਥਾਂ ਦੇ ਵਿੱਚ ਹੋ ਰਿਹਾ ਇੰਗਲੈਂਡ ਦੀਆਂ 'ਚ ਇੱਕ ਵਾਰੀ ਕਹਿੰਦੇ ਬਾਹਰ ਜਿੱਥੇ ਜਾਂਦੇ ਹਾਂ ਸੰਗਤਾਂ ਫੇਸ ਟੂ ਫੇਸ ਹੁੰਦੀਆਂ ਨੇ ਕੀਰਤਨ ਕਰਦੇ ਹਾਂ ਕਿੰਨੀਆਂ ਸੰਗਤਾਂ ਦੇ ਵਿੱਚ ਨੇੜਤਾ ਵਧਦੀ ਜਾ ਰਹੀ ਹੈ ਅਤੇ ਦਾਸ ਸਮਝਦਾ ਕਿ ਜਿਹੜਾ ਬੰਦਾ ਨੇੜੇ ਆਉਂਦਾ ਉਹਦੀ ਜ਼ਿੰਦਗੀ 'ਚ ਚੇਂਜ ਜ਼ਰੂਰ ਆਉਂਦੀ ਇੱਕ ਵਾਰੀ ਕਹਿੰਦੇ ਬਾਹਰ ਮੇਰੇ ਪਿਤਾ ਦੀ ਮੌਤ ਹੋਈ ਅਸੀਂ ਗੁਰਦਾਸਪੁਰ ਕੀਰਤਨ ਕਰਨ ਜਾਣਾ ਸੀ ਡਰ ਤਾਂ ਸਾਨੂੰ ਹਮੇ ਤੋਂ ਲੱਗਦਾ ਹੋਰ ਨਹੀਂ ਅਤੇ ਜਦ ਮੌਤ ਮੂਤ ਤੋਂ ਨਹੀਂ ਡਰਦੇ ਜਾਣਾ ਤਾਂ ਹੀ ਹੈ ਮੌਤ ਦਾ ਇੱਕ ਦਿਨ ਤਾਂ ਹੁਣ ਉਹ ਫਿਕਸ ਹੀ ਆ ਸਿੰਘ ਲੱਗੇ ਕਹਿਣ ਬਾਬਾ ਜੀ ਬਜ਼ੁਰਗ ਦੱਸ ਨੇ ਕਿਹਾ ਬਜ਼ੁਰਗ ਚਲੇ ਗਏ ਆਪਣੇ ਘਰ ਕਹਿ ਲੱਗੇ ਬਾਬਾ ਜੀ ਮੱਥੇ ਲੱਗ ਜਾਓ ਥੋੜ੍ਹੀ ਦੂਰੀ 'ਤੇ ਸੀ ਮੈਂ ਦੱਸ ਨੇ ਕਿਹਾ ਜੇ ਮੱਥੇ ਲੱਗੇ ਤਾਂ ਦੁਬਾਰਾ ਇਸ਼ਨਾਨ ਕਰਨਾ ਪਵੇਗਾ ਮੁਰਦੇ ਦੇ ਮ੍ਰਿਤਕ ਪ੍ਰਾਣੀ ਦੇ ਮੱਥੇ ਲੱਗ ਕੇ ਫਿਰ ਕੀਰਤਨ ਕਰਨਾ ਮੁਸ਼ਕਲ ਹੋ ਜੂਗਾ ਅਸੀਂ ਲੇਟ ਹੋ ਜਾਵਾਂਗੇ ਸਤ ਸੰਗਤ ਜੀ ਬਜ਼ੁਰਗਾਂ ਦਾ ਸੰਸਕਾਰ ਹੋ ਰਿਹਾ ਸੀ ਅਸੀਂ ਕੀਰਤਨ ਕਰ ਰਹੇ ਸੀ ਕਿਸੇ ਇਲਾਕੇ 'ਚ ਦੂਜੇ ਨੰਬਰ 'ਤੇ ਭਰਾ ਦੀ ਡੈਥ ਹੋਈ ਇਟਲੀ ਤੋਂ ਡੈੱਡ ਬੋਡੀ ਗਈ ਬਜ਼ੁਰਗ ਲੱਗੇ ਕਹਿਣ ਵੀ ਡੈੱਡ ਬੋਡੀ ਆ ਰਹੀ ਹੈ ਦਾਸ ਨੇ ਕਿਹਾ ਵੀ ਕੋਈ ਨਹੀਂ ਹੁਣ ਤਾਂ ਸੰਸਕਾਰ ਹੀ ਮੈਂ ਇੱਥੇ ਰਹਿ ਗਿਆ ਤਦ ਵੀ ਸੰਸਕਾਰ ਹੋਣਾ ਜੇ ਚਲੇ ਗਏ ਤਦ ਵੀ ਸੰਸਕਾਰ ਹੋਣਾ ਉਹਦਾ ਸਾਧਸੰਗ ਸੰਸਕਾਰ ਹੋ ਰਿਹਾ ਅਤੇ ਦਾਸ ਕੀਰਤਨ ਕਰ ਰਿਹਾ ਸੀ ਇੱਕ ਭਤੀਜਾ ਸੀ ਅਮਰੀਕਾ 'ਚ ਗ੍ਰੀਨ ਕਾਰਡ ਸੀ ਗ੍ਰੀਨ ਹੋਲਡ ਕਾਰਡ ਹੋਲਡ ਸੀ ਮਾਫ ਕਰਨਾ ਉਹਦੀ ਡੈਥ ਹੋਈ ਉਹਦਾ ਸੰਸਕਾਰ ਹੋ ਰਿਹਾ ਸੀ ਬਾਬਾ ਦੀਪ ਸਿੰਘ ਦੀ ਯਾਦ ਦੇ ਸ਼ਹੀਦੀ ਨੂੰ ਮੁੱਖ ਰੱਖ ਕੇ ਰਾਹੋਂ ਕੇਸਰ ਸਿੰਘ ਹੋਰੀ ਬੈਠਣ ਇੱਥੇ ਨਵਾਂ ਸ਼ਹਿਰ ਉੱਥੇ ਅਸੀਂ ਕੀਰਤਨ ਕਰ ਰਹੇ ਸੀ ਮਾਫ ਕਰਨਾ ਰਹੀ ਗੱਲ ਜ਼ਿੰਦਗੀ ਸੰਸਾਰ ਵਾਸਤੇ ਨਹੀਂ ਪਰਿਵਾਰ ਵਾਸਤੇ ਨਹੀਂ ਜ਼ਿੰਦਗੀ ਸਿਰਫ ਅਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਤੋਂ ਕੁਰਬਾਨ ਕੀਤੀ ਹੈ ਖਾਲਸਾ ਜੀ ਮਾਫ ਕਰਨਾ ਲੋਭ ਮੋਹ ਅਵਮਾਨਾ ਹਰ ਸੁਖ 'ਤੇ ਰਹੇ ਨਿਆਰਿਓ ਨਾ ਹੀ ਮਾਣ ਅਪਮਾਨਾ ਮਾਣ ਨੂੰ ਮਾਣ ਨਾ ਸਮਝੇ ਅਪਮਾਨ ਨੂੰ ਮਾਫ ਕਰਨਾ ਬੜਾ ਮਜ਼ਾ ਆਇਆ ਪਿਛਲੇ ਸਮੇਂ 'ਚ ਵੀ ਦੇਖੀਏ ਤਾਂ ਅਸੀਂ ਵਾਕਿਆ ਬੜਾ ਮਜ਼ਾ ਆਉਂਦਾ ਵੀ ਨਿੰਦਾ ਸੁਣ ਕੇ ਵੀ ਉਸ ਤੋਂ ਨਿੰਦਾ ਦੋ ਤਿਆਗਿਆ ਪਰ ਨਿੰਦਾ ਕਰਨ ਵਾਲਾ ਜਿਹੜਾ ਮਹਾਰਾਜ ਕਹਿੰਦੇ ਨਿੰਦਾ ਤਾਂ ਕਿਸੇ ਦੀ ਵੀ ਨਹੀਂ ਚੰਗੀ ਜਿਹਦੀ ਨਿੰਦਾ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਦੀ ਖੁਸ਼ੀ ਤੋਂ ਕਰੋੜਾਂ ਮੀਲਾਂ ਦੀ ਦੂਰੀ 'ਤੇ ਬੈਠੇ ਹੋ ਕਈ ਕਹਿਣਗੇ ਹੀ ਜਾਣਗੇ ਜੀ ਮਾਫ ਕਰਨ ਜੀ ਗ੍ਰੰਥੀਆਂ ਦੀ ਨਿੰਦਾ ਕਰੀ ਜਾਣਗੇ ਰਾਗੀਆਂ ਦੀ ਨਿੰਦਾ ਕਰੀ ਜਾਣਗੇ ਜੀ ਕਈ ਜਾਣਗੇ ਢਾਡੀਆਂ ਦੀ ਨਿੰਦਾ ਕਰੀ ਜਾਣਗੇ ਸੰਤਾਂ ਦੀ ਨਿੰਦਾ ਕਰੀ ਜਾਣਗੇ ਜੀ ਇਹ ਪੈਸੇ ਲੈਣ ਵਾਸਤੇ ਤੁਰੇ ਫਿਰਦੇ ਨੇ ਦੱਸ ਜੇ ਤੁਹਾਨੂੰ ਬੇਨਤੀ ਕਰਕੇ ਪੁੱਛੇ ਤੁਸੀਂ ਇੱਥੇ ਕਾਹਦੇ ਵਾਸਤੇ ਆਏ ਇੱਕੋ ਰੱਖਿਆ ਦੇ ਬਾਹਰ ਪੈਸਿਆਂ ਵਾਸਤੇ ਆਓਗੇ ਸਤਸੰਗ ਜੀ ਕਾਹਦੇ ਵਾਸਤੇ ਆਪਾਂ ਆਏ ਹਾਂ ਸਾਰੇ ਇਸ ਕਰਕੇ ਆਏ ਹਾਂ ਪਰ ਸਸੀ ਪਾਠੀਆਂ ਦੀ ਨਿੰਦਾ ਕਰਦੇ ਹਾਂ ਗ੍ਰੰਥੀ ਸਿੰਘਾਂ ਦੀ ਪਹਿਲਾਂ ਮਰਦਾ ਪ੍ਰਕਾਸ਼ ਕਰੇ ਗ੍ਰੰਥੀ ਸਿੰਘ ਮਰਦਾ ਹੁਕਮਨਾਮਾ ਸੁਣਾਵੇ ਗ੍ਰੰਥੀ ਸਿੰਘ ਅਰਦਾਸ ਕਰੇ ਗ੍ਰੰਥੀ ਸਿੰਘ ਮਰਦ ਸੁਖਾਸਨਾਂ ਦੀ ਸੇਵਾ ਕਰੇ ਅਤੇ ਗ੍ਰੰਥੀ ਸਿੰਘ ਜੇ ਅਸੀਂ ਨਿੰਦਾ ਤਵਾ ਲਾਉਣਾ ਤਾਂ ਗ੍ਰੰਥੀ ਸਿੰਘ ਦਾ ਲਾਉਣਾ ਮਾਫ ਕਰਨਾ ਜੇ ਰਾਗੀ ਸਿੰਘ ਨਾ ਸਨ ਤਾਂ ਰਾਗੀ ਵੀ ਚਾਹੀਦੇ ਨੇ ਭਾਈ ਸਾਹਿਬ ਸ਼ਬਦ ਪੜ੍ਹ ਰਿਹਾ ਸੀ ਕਿੰਨਾ ਮਜ਼ਾ ਆ ਰਿਹਾ ਸੀ ਜੇ ਮੇਰੇ ਵੱਸ ਦੀ ਗੱਲ ਹੋਵੇ ਨਾ ਇਹਨਾਂ ਰਾਗੀਆਂ ਢਾਡੀਆਂ ਅਤੇ ਗ੍ਰੰਥੀਆਂ ਨੂੰ ਫੜ ਕੇ ਸਾਫ ਸੋਨੇ ਨਾਲ ਤੋਲਦੀ ਇਹਦਾ ਧਰਮ ਦੀ ਆਵਾਜ਼ ਨੇ ਜੇ ਇਹੀ ਨਾ ਰਹੇ ਜੇ ਪਾਠੀ ਨਾ ਰਹੇ ਗ੍ਰੰਥੀ ਨਾ ਰਹੇ ਪ੍ਰਕਾਸ਼ ਕੌਣ ਕਰਿਆ ਕਰੇਗਾ ਬੋਲਦੇ ਨੇ ਜੇ ਰਾਗੀ ਨਾ ਰਹੇ ਕੀਰਤਨ ਕੌਣ ਕਰਿਆ ਕਰੇਗਾ ਜੇ ਢਾਡੀ ਨਾ ਰਹੇ ਸਾਨੂੰ ਗੁਰੂ ਘਰ ਦਾ ਇਤਿਹਾਸ ਕੌਣ ਸੁਣਾਵੇਗਾ ਮਾਫ ਕਰਨਾ ਕਿਤੇ ਮੌਕਾ ਬਣਿਆ ਅਤੇ ਦਰਸ਼ਨ ਕਰਾਂਗੇ ਮਹਾਰਾਜ ਕਹਿੰਦੇ ਨੇ ਕੰਚਨ ਨਾ ਨਿੰਦਿਆ ਨਾ ਉਸ 'ਤੇ ਜਾ ਕੇ ਲੋਹ ਮੋਹ ਅਵਮਾਨਾ ਹਰ ਸੁਖ 'ਤੇ ਰਹਿਣ ਨਿਆਰੇ ਨਾ ਹੀ ਮਾਣ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ 'ਤੇ ਰਹੇ ਨਿਰਾਸਾ ਕਾਮ ਕਰੋ ਜੇ ਪਰਸੇ ਨਾਹੀਂ ਤੇ ਘੱਟ ਬ੍ਰਹਮ ਨਿਵਾਸਾ ਗੁਰ ਕਿਰਪਾ ਦੇ ਨਰਕੋ ਕੀਨੀ ਤੈ ਜੁਗਤ ਪਛਾਨੀ ਨਾਨਕ ਲੀਨ
ਪਇਓ ਗੋਬਿੰਦ ਸਿੰਘ ਜਿਉਂ ਪਾਣੀ ਸੰਗ ਪਾਣੀ ਕਰ ਬਹੁਤਾ ਸਮਾਂ ਗੁਰੂ ਚਰਨਾਂ 'ਚ ਲਾਇਆ ਕਰੋ। ਇਸ ਕਰਕੇ ਦੁਨੀਆਂ 'ਤੇ ਆਏ ਹਾਂ, ਬਾਕੀ ਪਾਪ ਤਾਂ ਧੁੱਪ ਜਾਣਗੇ ਪਰ ਕਿਸੇ ਸੰਤ ਦੀ ਕੀਤੀ ਨਿੰਦਾ ਨਹੀਂ ਜੇ ਤਾਂ ਆਪਣੀ ਖਾਲਸਾ ਜੀ ਇੱਕ ਵਾਰੀ ਕਹਿ ਦਿਓ ਫਿਰ ਇਹ ਬੱਜਰ ਪਾਪ ਬਣ ਜਾਂਦਾ ਬੱਜਰ ਪਾਪ, ਬਾਕੀ ਪਾਪ ਧੁੱਪ ਜਾਣਗੇ। ਭੂਮੀਆਂ ਬਹੁਤ ਵੱਡਾ ਚੋਰ ਸੀ ਕਹਿੰਦੇ ਫਿਰ ਗੁਰੂ ਨਾਨਕ ਦੀ ਸੰਗਤ ਪਈ ਕਰਮ ਧੁੱਪ ਗਿਆ। ਦੂਜੇ ਨੰਬਰ 'ਤੇ ਮਾਫ਼ ਕਰਨਾ, ਸੱਜਣ ਬੜਾ ਵੱਡਾ ਠੱਗ ਸੀ, ਕੌਡਾ ਬੜਾ ਵੱਡਾ ਰਾਕਸ਼ਸ ਸੀ, ਗਣਕਾਂ ਬੜੀ ਵੱਡੀ ਪਾਪਣ ਸੀ, ਸੰਗਤ ਮਿਲ ਗਈ ਪਰ ਬੇੜਾ ਪਾਰ ਹੋ ਗਿਆ। ਚੰਦੂ ਨੇ ਪੰਜਵੇਂ ਪਾਤਸ਼ਾਹ ਦੀ ਨਿੰਦਾ ਕੀਤੀ ਗੁਰੂ ਘਰ ਦੀ, ਪਾਪ ਨਹੀਂ ਧੁੱਪਿਆ ਮੇਰੇ 'ਚ ਬਾਰੇ ਦੀ ਇੱਟ ਗੁਰੂ ਘਰ ਦੀ ਮੋਰੀ 'ਤੇ ਲਾਇਆ। ਮਾਫ਼ ਕਰਨ ਮਾਰ ਕਹਿੰਦੇ ਸੰਤ ਕਾ ਨਿੰਦਕ ਕੈਸੇ ਤਰ, ਕੋਈ ਤਰੀਕਾ ਹੈਗਾ ਕਿ ਕਿਸੇ ਸੰਤ ਦੀ ਨਿੰਦਾ ਕਰਨ ਵਾਲਾ ਤਰ ਜੇ? ਮਾਰ ਕਹਿੰਦੇ ਨਾ 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 ਨਾ, ਕਹਿੰਦੇ ਸਰਪਰ ਜਾਨੋ ਨਰਕੋ ਪਰੈ, ਸਰਪਰ ਜਾਨੋ ਨਰਕੋ ਪਰੈ। ਮਾਫ਼ ਕਰਨਾ ਜਿਹੜਾ ਕਿਸੇ ਕਹਿੰਦੇ ਰੱਬ ਦੇ ਬੰਦੇ ਦੀ ਨਿੰਦਾ ਕਰਦਾ ਉਹਦੇ ਸਿਰ 'ਤੇ ਨਰਕ ਤਿਆਰ ਨੇ ਨਰਕ। ਇਸ ਕਰਕੇ ਇਹ ਬੱਜਰ ਪਾਪ ਬਣ ਜਾਂਦਾ, ਇਹ ਧੁੱਪਣਾ ਬੜਾ ਮੁਸ਼ਕਲ ਹੈ। ਘਰ ਗੁਰੂ ਕੀ ਸੰਗਤ ਆਵਤ ਉਹ ਸਮਾਂ ਗੁਰੂ ਚਰਨਾਂ 'ਚ ਲਾਇਆ ਕਰੋ। ਜਿਹੜੇ ਸਤਿਪੁਰਸ਼ ਨੇ ਤੁਰ ਤੁਰੇ ਜਾਂਦੇ ਨੇ, ਬਸ ਤੁਰੇ ਜਾਂਦੇ ਨੇ। ਮਹਾਤਮਾ ਬੁੱਧ ਇੱਕ ਪਿੰਡ 'ਚ ਗਏ, ਲੋਕਾਂ ਨੇ ਬੜੀਆਂ ਗਾਲਾਂ ਕੱਢੀਆਂ, ਇੱਕ ਵਾਰੀ ਕਹਿ ਦਿਓ ਫਿਰ ਉਹ ਸੀਗੇ ਫਿਰ ਗਾਲਾਂ ਕੱਢੀਆਂ, ਫਿਰ ਸੀਗੇ ਗਾਲਾਂ ਗੁਲਾਂ ਕੱਢ ਕੇ ਨਾ ਜਦੋਂ ਕਹਿੰਦੇ ਹੱਸੀ ਜਾਂਦਾ ਦੰਦ ਕੱਢੀ ਜਾਂਦਾ, ਕਹਿੰਦੇ ਹੱਸ ਕੇ ਰਹਿ। ਮਹਾਤਮਾ ਬੁੱਧ ਜੀ ਕਹਿੰਦੇ ਕਹਿੰਦੇ ਭੁੱਖ ਲੱਗੀ ਸੀ ਤਾਂ ਰੋਟੀ ਖਾਣੀ ਆ, ਰੋਟੀ ਲਿਆ ਦਿਓ। ਉਹਨਾਂ ਦੋ ਰੋਟੀਆਂ ਲਿਆਂਦੀਆਂ, ਕਹਿੰਦੇ ਕਿੱਥੋਂ ਲੈ ਕੇ ਆ? ਕਹਿੰਦੇ ਆਪਣੇ ਘਰੋਂ ਲੈ ਕੇ ਆ, ਹੋਰ ਕਿੱਥੋਂ ਲੈ ਕੇ ਆ? ਮਹਾਤਮਾ ਬੁੱਧ ਨੇ ਰੋਟੀਆਂ ਫੜ ਲਈਆਂ, ਕਹਿੰਦੇ ਜੇ ਮੈਂ ਰੋਟੀਆਂ ਗਾਲਾਂ ਕਿਹਦੀਆਂ? ਕਹਿੰਦੇ ਤੁਹਾਡੀਆਂ। ਕਹਿੰਦੇ ਜੇ ਮੈਂ ਨਾ ਖਾਵਾਂ ਤੁਹਾਨੂੰ ਵਾਪਸ ਕਰਦੇ ਹਾਂ, ਫਿਰ ਰੋਟੀਆਂ ਕਿਹਦੀਆਂ? ਕਹਿੰਦੇ ਫਿਰ ਸਾਡੀਆਂ, ਹੋਰ ਕਿਹਦੀਆਂ? ਕਹਿੰਦੇ ਜਿਹੜੀਆਂ ਤੁਸੀਂ ਮੈਨੂੰ ਗਾਲਾਂ ਦਿੱਤੀਆਂ ਨੇ, ਜੇ ਮੈਂ ਲੈ ਲਾਂ ਫਿਰ ਤਾਂ ਮੇਰੀਆਂ, ਅਤੇ ਜੇ ਮੈਂ ਨਾ ਲਵਾਂ, ਜੇ ਮੈਂ ਨਾ ਲਵਾਂ ਕਹਿੰਦੇ ਫਿਰ ਸਾਡੀਆਂ। ਕਹਿੰਦੇ ਆਪਣੀਆਂ ਗਾਲਾਂ ਆਪਣੇ ਕੋਲ ਰੱਖੋ, ਅਸੀਂ ਗਾਲਾਂ ਥੋੜ੍ਹੀ ਲੈਣ ਵਾਸਤੇ ਆਏ ਹਾਂ। ਮਹਾਂਪੁਰਖਾਂ ਦੀ ਚਾਲੀ ਇੱਕ ਧਾਰਨਾ ਪੜ ਲਓ, ਰੱਖੀਏ ਜਿਗਰੇ ਪਹਾੜਾਂ ਵਾਲੇ ਤੇ ਹਾਥੀ ਵਾਲੀ ਚਾਲ ਚੱਲੀ ਹੈ, ਨਹੀਂ ਦਿੰਦਾ ਜੋ ਤੋਕੋ ਕਾਟੇ ਬੁਵੈ। ਇਹ ਰਮਾਇਣੀ ਗ੍ਰੰਥ ਦਾ ਸਲੋਕ ਹੈ ਭਗਤ ਕਬੀਰ ਜੀ ਦਾ, ਕਬੀਰ ਜੋ ਤੋਕੋ ਕਾਂਟੇ ਬੁਵੈ ਤਾਹੀ ਬੋਈ ਤੋਂ ਫੂਲ। ਇਹ ਗੱਲ ਪੜ੍ਹਨੀ ਤਾਂ ਬੜੀ ਸੌਖੀ ਪਰ ਪੂਰਨਾ ਪਾਉਣਾ ਬੜਾ ਔਖਾ। ਕਹਿੰਦੇ ਜਿਹੜਾ ਤੇਰੇ ਲਈ ਕੰਡੇ ਬੀਜਦਾ ਤੂੰ ਉਹਦੇ ਵਾਸਤੇ ਫੁੱਲ ਬੀਜਦੇ। ਜੋ ਤੋਕੋ ਕਾਂਟੇ ਬੁਵੈ ਤੋਹੀ ਬੂਈ, ਤੋਹੀ ਦਾ ਮਤਲਬ ਕਿ ਉਹਦੇ ਵਾਸਤੇ, ਤੋਹੀ ਬੋਈ ਤੂੰ ਫੂਲ। ਪਰ ਕਹਿੰਦੇ ਤੋਹੀ ਫੂਲ ਕੋ ਫੁੱਲ ਹੈ, ਤੋਹੀ ਫੂਲ ਕੋ ਤੂੰ ਫੁੱਲ ਬੀਜੇ ਨੇ, ਤੇਰੇ ਵਾਸਤੇ ਫੁੱਲਾਂ ਨੇ ਫੁੱਲ ਰਹਿਣਾ। ਉਹਨੇ ਕੰਡੇ ਬੀਜੇ ਨੇ, ਕੰਡਿਆਂ ਨੇ। ਸ਼ਿਵਜੀ ਭੋਲੇਨਾਥ ਦਾ ਤਸ਼ੂਲ ਦੇਖਿਆ ਹੋਣਾ ਤੁਸੀਂ ਇੱਕ ਵਾਰੀ, ਕਹਿੰਦੇ ਬਾਹਰ ਕਹਿੰਦੇ ਤੋਹੀ ਫੂਲ ਕੋ ਫੁੱਲ ਹੈ, ਵਾਕੋ ਹੈ ਦਰਸੂਲ,
ਤੇਰੇ ਵਾਸਤੇ ਫੁੱਲਾਂ ਨੇ ਫੁੱਲ ਰਹਿਣਾ ਪਰ ਉਹਦੇ ਬੀਜੇ ਕੱਢਿਆ ਨੇ ਉਹਦੇ ਵਾਸਤੇ ਤਰਸ਼ੂਲ ਦਾ ਰੂਪ ਧਾਰਨ ਕਰ ਜਾਣਾ ਜੋ ਤੋ ਕੋ ਕਾਂਟੇ ਬੁਵੈ ਤੋ ਹੀ ਬੋਈ ਤੂੰ ਫੂਲ ਤੋ ਹੀ ਫੁੱਲ ਕੋ ਫੁੱਲ ਹੈ ਵਾਂਕੋ ਹੈ ਤਰਸੂਲ ਇਹਨੇ ਸ਼ਬਦ ਪ੍ਰਵਾਨ ਉਹਨਾਂ ਫੁੱਲਾਂ ਦੀ ਮਾਫ਼ੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਆ ਰੱਬ ਦੀ ਕਿਰਪਾ ਨੂੰ ਦੇਖਣ ਜੰਟੀ ਨੂੰ ਮੈਂ ਕਵੀਰ ਨੂੰ ਹੱਸਦਾ ਹੁੰਦਾ ਯਾਰ ਤੇਰਾ ਮੂੰਹ ਕਿਹੋ ਜਿਹਾ ਤੇਰੀ ਘਰਵਾਲੀ ਕਿਹੋ ਜਿਹੀ ਪਰ ਤੈਨੂੰ ਰੱਬ ਨੇ ਨਿਆਣੇ ਕਿੰਨੇ ਸੋਹਣੇ ਦਿੱਤੇ ਨੇ ਇੱਕ ਵਾਰੀ ਕਹਿ ਦਿਓ ਵੈਰ ਇਹ ਬੱਚੇ ਤਾਂ ਥੋੜੇ ਲੱਗਦੇ ਹੀ ਨਹੀਂ ਇੱਕ ਵਾਰੀ ਕਹਿ ਦਿਓ ਵੈਰ ਹਾਂ ਪਰ ਦਾਤੇ ਦਾਤ ਰੱਖੀ ਹੱਥ ਆਪਣੇ ਜਿਸ ਭਾਗਾ ਤਿਸ ਦਈਏ ਰੱਬ ਦੀ ਕਿਰਪਾ ਨਹੀਂ ਇੱਕ ਵਾਰੀ ਕਹਿ ਦਿਓ ਵੈਰ ਹੈਂ ਇਹ ਰੱਬ ਦੀ ਕਿਰਪਾ ਨਹੀਂ ਪਰ ਰੱਬ ਦੀ ਕਿਰਪਾ ਹਰ ਸਿੱਖ 'ਤੇ ਆ ਹਰ ਸਿੱਖ 'ਤੇ ਗੁਰੂ ਨਾਨਕ ਦੀ ਕਿਰਪਾ ਅੱਜ ਆਲੂ ਅਤੇ ਸਿੱਖ ਸਾਰੀ ਦੁਨੀਆਂ 'ਚ ਮਿਲਦਾ ਮਿਲਦਾ ਕਿ ਨਹੀਂ ਮਿਲਦਾ ਹੈਂਜੀ ਮਿਲਦਾ ਨਹੀਂ ਇੱਕ ਸਿੱਖ ਜਿਹੜਾ ਧੱਕੇ ਨਾਲ ਸਾਰੀ ਦੁਨੀਆਂ ਦੇ ਸ਼ਾਹ ਗਏ ਨੇ ਅਤੇ ਸਾਡਾ ਪ੍ਰਾਈਮ ਮਿਨਿਸਟਰ ਇੰਡੀਆ ਦਾ ਵੀ ਧੱਕਾ ਸਟਾਰਟ ਹੀ ਹੈ ਕਹਿੰਦੇ ਬਾਹਰ ਉਹਨੇ ਇਲੈਕਸ਼ਨ ਪਹਿਲੀ ਵਾਰੀ ਵੀ ਨਹੀਂ ਲੜਿਆ ਕੋਈ ਕਿਉਂ ਡਾਕਟਰ ਸਾਹਿਬ ਅਤੇ ਹੁਣ ਵੀ ਇਲੈਕਸ਼ਨ ਨਹੀਂ ਲੜਿਆ ਹੁਣ ਵੀ ਇਲੈਕਸ਼ਨ ਨਹੀਂ ਲੜਿਆ ਕਿਉਂਕਿ ਸਾਰਾ ਜਵਾਬ ਦੇ ਜਾਂਦੀ ਨਾ ਅਤੇ ਗੱਡੀ ਨੂੰ ਧੱਕਾ ਲਾਉਣਾ ਪੈਂਦਾ ਉਹ ਧੱਕਾ ਸਟਾਰਟ ਪ੍ਰਾਈਮ ਮਿਨਿਸਟਰ ਹੈ ਸਾਡਾ ਹੈ ਦੇਖੋ ਸਾਢੇ ਕੁ ਚਾਰ ਪੌਣੇ ਸਵਾ ਚਾਰ ਫੁੱਟ ਦਾ ਬੰਦਾ ਫਿਰ ਉਹਨੂੰ ਚਾਤੀ ਮਾਰ ਕੇ ਦੇਖ ਲਓ ਸਾਡੇ ਹਰਿਆਣੇ ਦੇ ਜੱਟ ਕਹਿੰਦੇ ਕਹਿੰਦੇ ਬਾਬੇ ਮੈਂ ਬਾਬੇ ਜੋ ਦੂਸਰੀ ਵਾਰ ਪ੍ਰਾਈਮ ਮਿਨਿਸਟਰ ਬਣ ਗਿਆ ਦੂਸਰਾ ਚੌਧਰੀ ਬੋਲਿਆ ਕਹਿੰਦਾ ਸਾਲੇ ਤੈਨੂੰ ਪਤਾ ਨਹੀਂ ਹੈ ਮਨਮੋਹਨ ਸਿੰਘ ਦੀ ਪਗੜੀ ਉਤਾਰ ਕੇ ਦੇਖ ਸਰ ਪੇ ਇਕਬਾਲ ਨਹੀਂ ਹੈ ਉਹ ਬੰਦਾ ਥੋੜ੍ਹੀ ਆ ਸਰ ਪਾ ਕੰਪਿਊਟਰ ਮੁੱਦਾ ਮਾਰ ਰੱਖਿਆ ਅੱਜ ਦੁਨੀਆ ਸਤਸੰਗ ਸਿੱਖਾਂ ਦਾ ਲੋਹਾ ਮੰਨਦੀ ਹੈ ਮੈਨੂੰ ਦਿਲਬਰ ਦੀ ਇੱਕ ਵਾਰ ਯਾਦ ਆਈ ਆਂਦਾ ਸੁਣੋ ਵੀਰ ਪੰਜਾਬੀ ਆ ਤੂੰ ਭਾਰਤ ਦਾ ਸ਼ਿੰਗਾਰ ਇਹ ਵੱਖਰੀ ਗੱਲ ਮਜ਼ਬੂਰੀਆਂ ਦੇ ਮਾਰੇ ਇਹਨਾਂ ਦੇਸ਼ਾਂ 'ਚ ਆ ਕੇ ਸਾਨੂੰ ਕੇਸ ਕਤਲ ਕਰਾਉਣੇ ਪੈ ਨੇ ਪਰ ਹਿਸਟਰੀ ਰਿਪੀਟ ਇਟਸੈਲਫ ਪਰ ਮੈਨੂੰ ਪਤਾ ਕਿ ਤੁਸੀਂ ਇੱਕ ਦਿਨ ਸਾਰਿਆਂ ਨੇ ਆਪਣੀ ਆਪਣੀ ਸਿੱਖੀ ਵੱਲ ਮੁੜਨਾ ਆਂਦਾ ਸੁਣੋ ਵੀਰ ਪੰਜਾਬੀ ਆ ਤੂੰ ਭਾਰਤ ਦਾ ਸ਼ਿੰਗਾਰ ਉਹ ਤੇਰੇ ਦੇਸ਼ ਕੁਦਰਤ ਬਸਤੀ 'ਤੇ ਗਿੱਧਾ ਪਾਏ ਬਹਾਰ ਔਰ ਰਾਜਸਥਾਨ 'ਚ ਦੇਖੋ ਸਾਡੇ ਹਰਿਆਣੇ 'ਚ ਕੈਂਥਲ ਹੋ ਗਿਆ ਦੇਖੋ ਉੱਥੇ ਘਰ ਮਸ਼ਹੂਰ ਹੈ ਕਿ ਡਾਂਗਰ ਕੇ ਬਾਂਗਰ ਕੇ ਬਾਂਗਰ ਦਾ ਇਲਾਕਾ ਕਹਿੰਦੇ ਡਾਂਗਰ ਕੇ ਬਾਂਗਰ ਕੇ ਕਹਿੰਦੇ ਉਹ ਬਾਂਗਰ ਦਾ ਇਲਾਕੇ 'ਚ ਡੰਗਰ ਵੱਸਦੇ ਨੇ ਕਿ ਬੰਦੇ ਵੱਸਦੇ ਨੇ ਮਾਫ ਕਰਨਾ ਗੁਰੂ ਕੀ ਸੰਗਤ ਪਰ ਪੰਜਾਬ ਦੀਆਂ ਨਹਿਰਾਂ ਪੰਜਾਬ ਦੇ ਪਹਾੜ ਪੰਜਾਬ ਦੀਆਂ ਨਦੀਆਂ ਪੰਜਾਬ ਦੇ ਨਾਲੇ ਪੰਜਾਬ ਦੇ ਚਰਖੇ ਪੰਜਾਬ ਦੇ ਅੰਮ੍ਰਿਤ ਵੇਲੇ ਦੀਆਂ ਵਧਾਣੀਆਂ ਮਾਫ ਕਰਨਾ ਪੰਜਾਬ ਦੇ ਖੂਹ ਪੰਜਾਬ ਦੇ ਝਰਨੇ ਪੰਜਾਬ ਦੇ ਬਾਗ ਬਗੀਚੇ ਪੰਜਾਬ ਦੀਆਂ ਰੌਣਕਾਂ ਪੰਜਾਬ ਦੀਆਂ ਬੋਲੀਆਂ ਪੰਜਾਬ ਦੇ ਗੀਤ ਪੰਜਾਬ ਦਾ ਹੱਸਣਾ ਪੰਜਾਬ ਦਾ ਮੁਸਕਰਾਉਣਾ ਪੰਜਾਬ ਦੀ ਗੈਰਤ ਪੰਜਾਬ ਦੀ ਅਣਖ ਕਹਿੰਦਾ ਮਾਫ ਕਰਨਾ ਸੁਣੋ ਵੀਰ ਪੰਜਾਬੀਆ ਤੂੰ ਭਾਰਤ ਦਾ ਸ਼ਿੰਗਾਰ ਤੇਰੇ ਦੇਸ਼ 'ਚ ਕੁਦਰਤ ਵੱਸਦੀ ਅਤੇ ਗਿੱਧਾ ਪਾਏ ਬਹਾਰ ਇੱਥੇ ਲੱਟੂ ਹੋਈਆਂ ਬੁਲਬਲਾਂ ਜਿੱਥੇ ਲੱਟੂ ਹੋਈਆਂ ਜਿੱਥੇ ਕੋਈ ਦਰਖਤ ਨਹੀਂ ਉੱਥੇ ਬੁਲਬਲਾਂ ਨੇ ਜਾਣਾ ਵੀ ਕਿੱਥੇ ਆ ਕਹਿੰਦਾ ਇੱਥੇ ਲੱਟੂ ਹੋਈਆਂ ਬੁਲਬਲਾਂ ਤੇਰੀ ਦੇਖ ਖਿਲੀ ਗੁਲਜ਼ਾਰ ਕਹਿੰਦਾ ਤੇਰਾ ਇਸ਼ਕ ਝਨਾਵੇ 'ਚ ਨੱਚਦਾ ਔਰ ਸਾਡੇ ਨੂੰ ਤਾਂ ਘੁਮਿਆਰਾਂ ਦੀ ਕੁੜੀ ਚੰਗੀ ਅੱਜ ਵਿਆਹ ਹੋਇਆ ਅਤੇ ਤੀਜੇ ਦਿਨ ਡਿਵੋਰਸ ਚੌਥੇ ਦਿਨ ਤਲਾਕਨਾਮਾ ਉਸ ਘੁਮਿਆਰਾਂ ਦੀ ਕੁੜੀ ਨੂੰ ਪਤਾ ਸੀ ਕਿ ਘੜਾ ਕੱਚਾ ਇਹਨੇ ਖੁਰ ਜਾਣਾ ਕਹਿੰਦਾ ਇਹਦਾ ਮੋਦੇ ਕਹਿਣ ਦਾ ਮਤਲਬ ਕਿ ਪੰਜਾਬ ਦੀ ਪ੍ਰੀਤੀ ਜੇ ਲਾਈਏ ਤਾਂ ਤੋੜ ਨਿਭਾਈਏ ਕਹਿੰਦਾ ਤੇਰਾ ਇਸ਼ਕ ਝਨਾ ਵਿੱਚ ਨੱਚਦਾ ਅਤੇ ਮਾਫ ਕਰਨਾ ਤੇਰਾ ਇਸ਼ਕ ਝਨਾ ਵਿੱਚ ਨੱਚਦਾ ਤੇਰੇ ਢੋਲੇ ਗਾਉਂਦੀ ਨਾਰ ਅੱਗੇ ਲਿਖਦਾ ਤੇਰੇ ਹੁਸਨ ਤੋਂ ਆਪਾ ਵਾਰਦੀ ਪੈਰਸ ਦੀ ਮਟਿਆਰ ਇਹ ਬੜੀ ਲੰਬੀ ਕਹਾਣੀ ਕਿਤੇ ਵਿਚਾਰ ਕਰਾਂਗੇ ਕਹਿੰਦਾ ਤੇਰੀਆਂ ਕੁੰਡੀਆਂ ਮੁੱਛਾਂ ਵੇਖ ਕੇ ਤੇਰੀਆਂ ਕੁੰਡੀਆਂ ਮੁੱਛਾਂ ਵੇਖ ਕੇ ਜੱਗ ਭੁੱਲਿਆ ਹਾਰ ਸ਼ਿੰਗਾਰ ਹਰੀ ਸਰ ਨਲਵੇ ਦੀ ਮੁੱਛ ਤੇ ਕਹਿੰਦੇ ਨੇ ਨਿੱਬੂ ਟਿਕਦਾ ਸੀ ਨਿੱਬੂ ਪਾਈਆ ਘਿਓ ਲੱਗ ਜਾਂਦਾ ਸੀ ਉਹਦੀਆਂ ਮੁੱਛਾਂ ਨੂੰ ਹੁਣ ਪਾਈਆ ਘਿਓ ਹੀ ਨਹੀਂ ਮਿਲਣਾ ਸਾਡੇ ਘਰ ਪਹਿਲੀ ਗੱਲ 'ਤੇ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਫੈਸਲਾ ਕਰਨ ਵਾਸਤੇ ਭੇਜਿਆ ਹਰੀ ਸਰ ਨਲਵੇ ਨੂੰ ਅੱਗੇ ਵਾਇਸਰਾਏ ਹੁੰਦੇ ਸਨ ਜੋ ਫੈਸਲਾ ਕਰਨ ਵਾਸਤੇ ਗਏ ਨਾ ਤੇ ਆਪਾਂ ਦੇਖ ਲਓ ਭਾਵੇਂ ਸਾਡੀਆਂ ਮੁੱਛਾਂ ਨਾ ਹੀ ਹੋਣ ਸਾਡਾ ਹੱਥ ਮੁੱਛ 'ਤੇ ਜ਼ਰੂਰ ਜਾਂਦਾ ਸਾਡੀ ਮੁੱਛ ਕਹਿੰਦੀ ਕੁਝ ਮੇਰਾ ਵੀ ਖਿਆਲ ਕਰ ਅੱਗੇ ਵਧਣ ਦੇ ਜੇ ਤੂੰ ਅੱਗੇ ਵਧ ਉਹ ਮਾਫ ਕਰਨਾ ਜੀ ਫੈਸਲਾ ਲੱਗੇ ਨਾ ਕਰਨ ਕੰਪਰੋਮਾਈਜ਼ ਦੇ ਕਾਗਜ਼ਾਂ 'ਤੇ ਜਦੋਂ ਸਹਿਣ ਲੱਗੇ ਕਰਨ ਤਾਂ ਹਰੀ ਸਰ ਨਲਵੇ ਦਾ ਨਾ ਹੱਥ ਆਪਣੀ ਮੁੱਛ 'ਤੇ ਗਿਆ ਮੁੱਛ 'ਤੇ ਜਦੋਂ ਹੱਥ ਗਿਆ ਨਾ ਉਹਨਾਂ ਬੀਬੀਆਂ ਕੋਲੋਂ ਇੱਕ ਅੱਖਰ ਚੰਗਾ ਮਿਲ ਜਾਂਦਾ ਸਿੱਧੀ ਗੱਲ ਕਹਿਣੀ ਤਾਂ ਬੜੀ ਔਖੀ ਹੈ ਜਿਵੇਂ ਨਿਆਣਿਆਂ ਨੂੰ ਕਹਿਣਗੇ ਨਾ ਕਾਕਾ ਛੁੱਛੂ ਕਰ ਲਾ ਛੁੱਛੂ ਕਰ ਲਾ ਕਹਿੰਦੇ ਨਾ ਹਰੀ ਸਰ ਨਲਵੇ ਦਾ ਹੱਥ ਜਦੋਂ ਮੁੱਛ 'ਤੇ ਗਿਆ ਤਾਂ ਦੂਜੇ ਹੱਥ ਨਾਲ ਲੱਗਾ ਨਾ ਸਹਿਣ ਕਰਨ ਵਾਇਸ ਰਾਏ ਦਾ ਕਹਿੰਦੇ ਨੇ ਛੁੱਛੂ ਪੈਂਟ 'ਚ ਨਿਕਲ ਗਿਆ ਮਾਫ ਕਰਨ ਉੱਠ ਕੇ ਆ ਗਿਆ ਅਤੇ ਹਰੀ ਸਰ ਨਲਵਾ
ਸੋਚਦਾ ਰਿਹਾ ਉਹਨੇ ਸੋਚਿਆ ਇਹਨੇ ਇੱਥੇ ਹੱਥ ਰੱਖ ਲਿਆ ਪਤਾ ਨਹੀਂ ਕੀ ਲੱਗਾ ਕਰਨ ਹੈ ਮੁੱਕਦੀ ਗੱਲ ਕੀ ਸ਼ਾਮ ਦੇ ਸਮੇਂ ਮਹਾਰਾਜਾ ਰਣਜੀਤ ਸਿੰਘ ਕੋਲ ਪੁੱਜਾ ਹਰੀਸਨ ਨਲੂਆ ਕਹਿੰਦਾ ਫੈਸਲਾ ਕਰਿਆ ਆਖਾ ਜੀ ਫੈਸਲਾ ਕੀ ਕਰਨਾ ਸੀ ਉਹਦੇ ਵਾਇਸਰ ਦੇ ਬਾਹਰ ਹੀ ਆ ਗਿਆ ਮੇਰੀ ਬੜੀ ਨਰਾਜ਼ੀ ਕੀਤੀ ਅੱਗੇ ਲਾਰਡ ਹੁੰਦੇ ਸਨ ਲਾਰਡ ਨੂੰ ਸ਼ੇਰੇ ਪੰਜਾਬ ਨੇ ਆਖਿਆ ਤੇਰੇ ਵਾਇਸਰਾਏ ਨੇ ਮੇਰੇ ਜਰਨੈਲ ਦੀ ਬੜੀ ਮਾਫ਼ ਕਰਨ ਤੁਹੀਨ ਨਰਾਦਰੀ ਕੀਤੀ ਤੁਹੀਨ ਕੀਤੀ ਆ ਮੁੱਕਦੀ ਗੱਲ ਕਿ ਫਿਰ ਵਾਇਸਰਾਏ ਨੂੰ ਸੱਦਿਆ ਗਿਆ ਅਤੇ ਉਸ ਮੌਕੇ ਵਾਇਸਰਾਏ ਨੇ ਆਖਿਆ ਜੀ ਮੈਂ ਜੀ ਕੋਈ ਨਰਾਦ ਨਹੀਂ ਕੀਤੀ ਜਦੋਂ ਇਹਨੇ ਆਪਣੀਆਂ ਮੁੱਛਾਂ 'ਤੇ ਹੱਥ ਪੈ ਰੱਖਿਆ ਨਾ ਅਤੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ ਪਤਾ ਨਹੀਂ ਕੀ ਤੋਪ ਲੱਗਿਆ ਵੀੜਨ ਮਾਫ਼ ਕਰਨਾ ਕਹਿੰਦਾ ਉਹ ਤੇਰੀਆਂ ਕੁੰਡੀਆਂ ਮੁੱਛਾਂ ਵੇਖ ਕੇ ਜੱਗ ਭੁੱਲਿਆ ਹਾਰ ਸ਼ਿੰਗਾਰ ਮਾਫ਼ ਕਰਨਾ ਤੇਰੀਆਂ ਕੁੰਡੀਆਂ ਮੱਛਾਂ ਵੇਖ ਕੇ ਜੱਗ ਭੁੱਲਿਆ ਹਾਰ ਸ਼ਿੰਗਾਰ ਉਹ ਤੈਨੂੰ ਰਾਵੀ ਭੁੱਲ ਨਾ ਸਕਦੀ ਸਾਰੇ ਪੜੋ ਤੈਨੂੰ ਰਾਵੀ ਭੁੱਲ ਨਾ ਰਾਵੀ ਦੇ ਕੱਢੇ ਪੰਜਵੇਂ ਪਾਤਸ਼ਾਹ ਸ਼ਹੀਦ ਕੀਤੇ ਗਏ ਨੇ ਕਹਿੰਦਾ ਤੈਨੂੰ ਰਾਵੀ ਭੁੱਲ ਨਾ ਸਕਦੀ ਤੇਰਾ ਸਤਲੁਜ ਪੱਕਾ ਯਾਰ ਤੇਰਾ ਸਤਲੁਜ ਪੱਕਾ ਯਾਰ ਜਿਹਦੇ ਕੰਢੇ ਤੇਗਾਂ ਮਾਰੀਆਂ ਨੀਲੇ ਦੇ ਸ਼ਾਹ ਸਵਾਰ ਜਿਹਦੇ ਕੰਢੇ ਤੇਗਾਂ ਮਾਰੀਆਂ ਨੀਲੇ ਦੇ ਸ਼ਾਹ ਸਵਾਰ ਉਹ ਕਹਿੰਦਾ ਤੇਰੀ ਸ਼ਾਨ ਉੱਤੋਂ ਦਸ਼ਮੇਸ਼ ਨੇ ਸੀ ਪੁੱਤਰ ਵਾਰੇ ਚਾਰ ਤੇਰੀ ਸ਼ਾਨ ਤੂੰ ਦਸ਼ਮੇਸ਼ ਨੇ ਸੀ ਪੁੱਤਰ ਵਾਰੇ ਚਾਰ ਕਹਿੰਦਾ ਤੂੰ ਲੰਡਨ ਦੇ ਵਿੱਚ ਮਾਰਿਆ ਸ਼ਹੀਦ ਆਜ਼ਮ ਸਰਦਾਰ ਊਧਮ ਸਿੰਘ ਸੂਰਮੇ ਕੌਮਾਂ ਦੀ ਜਾਨ ਹੁੰਦੇ ਨੇ ਆਂਦਾ ਤੂੰ ਲੰਡਨ ਦੇ ਵਿੱਚ ਮਾਰਿਆ ਡਾਇਰ ਜਾਬਦਕਾਰ ਉਹ ਤੂੰ ਦਿਲਬਰ ਸ਼ੇਰ ਪੰਜਾਬ ਦਾ ਤੇਰੇ ਢਾਡੀ ਗਾਉਂਦੇ ਬਾਹਰ ਖੜਤਾ ਜੀ ਕਿਤੇ ਸਮਾਂ ਬਣਿਆ ਤੇ ਫਿਰ ਦਰਸ਼ਨ ਕਰਾਂਗੇ ਹੋਈਆਂ ਭੁੱਲਾਂ ਦੀ ਮਾਫ਼ੀ ਕੋਈ ਸਮਾਂ ਜ਼ਿਆਦਾ ਹੀ ਲੱਗ ਗਿਆ ਹੋਣਾ ਮੈਂ ਇੱਕ ਵਾਰੀ ਫਿਰ ਜਿਹਨੇ ਵੀ ਗੁਰਮੁਖ ਪਿਆਰੇ ਭਾਈ ਗੁਰਮੀਤ ਸਿੰਘ ਓਂਕਾਰ ਸਿੰਘ ਹੋਰੀ ਭਾਅ ਜੀ ਸੰਦੀਪ ਹੋਰੀ ਸਿੰਘ ਹੋਰੀ ਸਾਡੇ ਇੱਧਰ ਮਾਨਸਾ ਬੈਠੇ ਨੇ ਮਾਫ਼ ਕਰਨਾ ਇਹਨਾਂ ਨੂੰ ਹੋਰ ਜਿੰਨੇ ਵੀ ਗੁਰਜੰਟ ਜਿੰਨੇ ਵੀ ਵੀਰ ਆਏ ਨੇ ਸਾਰੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਖੈਰ ਸੁੱਖੀ ਬਾਈ ਬੈਠਾ ਇੱਧਰ ਤੁਸੀਂ ਵੱਸਦੇ ਰਹੋ ਹੱਸਦੇ ਰਹੋ ਅਸੀਂ ਵੇਖਦੇ ਰਹੀਏ ਮਾਫ਼ ਕਰਨਾ ਅਤੇ ਰਹੀ ਗੱਲ ਪ੍ਰੋਗਰਾਮਾਂ ਦੀ ਪਰਾਉਂਦੇ ਚੱਲੀ ਜਾਂਦੇ ਨੇ ਪਿਛਲੀ ਵਾਰੀ ਵੀ ਆਏ ਸੀ ਕੋਈ ਕਾਫੀ ਏਰੀਆ ਤੈਅ ਕਰ ਗਏ ਇਸ ਵਾਰੀ ਕਾਫੀ ਏਰੀਆ ਤੈਅ ਕਰ ਗਏ ਮਾਫ਼ ਕਰਨਾ ਬੁੱਲੇ ਸ਼ਾਹ ਨੇ ਆਖਿਆ ਸੀ ਸੇਵਕਾਂ ਨੇ ਆਖਿਆ ਜੀ ਠੇਕਾ ਲਿਆ ਦੁਨੀਆਂ ਦੇ ਵਿੱਚ ਥਾਂ ਥਾਂ ਘੁੰਮਣ ਦਾ ਆਉਂਦਾ ਭਾਵੇਂ ਬੋਲ ਅਤੇ ਭਾਵੇਂ ਨਾ ਬੋਲ ਪੀਆ ਭਾਵੇਂ ਬੋਲ ਅਤੇ ਭਾਵੇਂ ਨਾ ਬੋਲ ਪੀਆ ਅਸੀਂ ਆਉਂਦਿਆਂ ਜਾਂਦਿਆਂ ਰਹਿਣਾ ਹੈ ਸਾਡੀ ਕਿਸਮਤ ਦੇ ਵਿੱਚ ਹੀ ਲਿਖਿਆ ਰੁੱਸਿਆਂ ਨੂੰ ਮਨਾਉਂਦਿਆਂ ਰਹਿਣਾ ਸਾਡੇ ਕਰਮਾਂ 'ਚ ਲਿਖਿਆ ਜਿਹੜੇ ਬੰਦੇ ਰੱਬ ਤੋਂ ਦੂਰ ਨੇ ਉਹਨਾਂ ਨੂੰ ਮਨਾ ਕੇ ਅਤੇ ਰੱਬ ਦੇ ਚਰਨਾਂ 'ਚ ਲਿਆਉਣਾ ਇਹ ਸਾਡੇ ਕਰਮਾਂ ਦੇ ਵਿੱਚ ਲਿਖਿਆ ਮਾਫ਼ ਕਰਨਾ ਕਮਾਲ ਕੀਤੀ ਇਹਨਾਂ ਸੂਫੀ ਫਕੀਰਾਂ ਨੇ ਵੀ ਕਹਿੰਦਾ ਜੇ ਵੇਖਾਂ ਆਪਣੇ ਅਵਗਣ ਵੱਲੇ ਜੇ ਵੇਖਾਂ ਆਪਣੇ ਅਵਗਣ ਵੱਲੇ ਤਾਂ ਬਾਬਾ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਆਪਣੇ ਅਵਗਣ ਵੱਲੇ ਤਾਂ ਕੁਝ ਨਹੀਂ ਮੇਰੇ ਪੱਲੇ ਪਰ ਜੇ ਵੇਖਾਂ ਤੇਰੀ ਕਿਰਪਾ ਵੱਲ ਫਿਰ ਬੱਲੇ 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 ਕਹਿੰਦਾ ਮਾਫ਼ ਕਰਨਾ ਤੂੰ ਸੁਣ ਵੇ ਪੀਰਾਂ ਦਿਆ ਪੀਰਾਂ ਅਸੀਂ ਗੁਰੂ ਕਹਿੰਦੇ ਨੇ ਪੀਰ ਕਹਿੰਦੇ ਨੇ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਕਹਿੰਦੇ ਹਾਂ ਤੂੰ ਸੁਣ ਵੇ ਪੀਰਾਂ ਦਿਆ ਪੀਰਾਂ ਮੈਂ ਆਖ ਸੁਣਾਵਾਂ ਕਿਹਨੂੰ ਮੈਂ ਆਖ ਸੁਣਾਵਾਂ ਕਿਹਨੂੰ ਤੇਰੇ ਵਰਗਾ ਕੋਈ ਨਾ ਮੈਨੂੰ ਤੇ ਮੇਰੇ ਜਿਹੀਆਂ ਲੱਖ ਤੈਨੂੰ ਜੇ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਤੇ ਤੂੰ ਬਖਸ਼ਿੰਦਾ ਕਿਹਨੂੰ ਜੇ ਮੈਂ ਵਿੱਚ ਐਬ ਗੁਨਾਹ ਨਾ ਹੁੰਦੇ ਤੇ ਤੂੰ ਬਖਸ਼ਿੰਦਾ ਕਿਹਨੂੰ ਇਹਨਾਂ ਸ਼ਬਦ ਪ੍ਰਵਾਨ ਕਰੋ ਉਹ ਅੱਖੀਆਂ ਕਾਹਦੀਆਂ ਅੱਖੀਆਂ ਨੇ ਜੋ ਨਾਲ ਹਜ਼ੂਰ ਦੇ ਜੁੜਦੀਆਂ ਨਹੀਂ ਜੁੜ ਜਾਣ ਜੋ ਇੱਕ ਵਾਰੀ ਬਾਬਾ ਇਹਨਾਂ ਨੂੰ ਲੱਖ ਮੁੜ ਇਹ ਮੁੜਦੀਆਂ ਨਹੀਂ ਇਹਨਾਂ ਨੂੰ ਲੱਖ ਮੋੜੋ ਇਹ ਮੁੜਦੀਆਂ ਨਹੀਂ ਫੜ ਲੈਣ ਸਰਕਾਰ ਦਾ ਜੋ ਦਾਮਨ ਸਰਕਾਰ ਤੋਂ ਭਾਵ ਗੁਰੂ ਸਾਹਿਬ ਦੇ ਚਰਨ ਫੜ ਲੈਣ ਫੜ ਲੈਣ ਸਰਕਾਰ ਦਾ ਜੋ ਦਾਮਨ ਦਾਮਨ ਕਹਿੰਦੇ ਨੇ ਪੱਲੇ ਨੂੰ ਫੜ ਲੈਣ ਸਰਕਾਰ ਦਾ ਜੋ ਦਾਮਨ ਉਹ ਤੇ ਕਿਸੇ ਵੀ ਗੱਲ ਤੋਂ ਥੁੜਦੀਆਂ ਨਹੀਂ ਪਰ ਜਿਹੜੀਆਂ ਬੇੜੀਆਂ ਦਾ ਸਤਿਗੁਰੂ ਮਿਲਾ ਹੋਵੇ ਉਹ ਬੇੜੀਆਂ ਕਦੇ ਵੀ ਰੁੜਦੀਆਂ ਨਹੀਂ ਉਹ ਬੇੜੀਆਂ ਕਦੇ ਵੀ ਰੁੜਦੀਆਂ ਨਹੀਂ ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈ ਗਈ ਐਵੇਂ ਨਹੀਂ ਫਰੀਦ ਫਰੀਦ ਪੁਕਾਰ ਪੈ ਗਈ ਫਰੀਦ ਰੱਬ ਰੱਬ ਪੁਕਾਰਦਾ ਹੈ ਪਰ ਜਿਵੇਂ ਜਿਹਨੂੰ ਯਾਦ ਕਰੀਏ ਜਿਵੇਂ ਫਰੀਦ ਨੇ ਰੱਬ ਨੂੰ ਯਾਦ ਕੀਤਾ ਰੱਬ ਫਰੀਦ ਨੂੰ ਆਵਾਜ਼ਾਂ ਮਾਰਦਾ ਹੈ ਅਤੇ ਜਿਹਨੂੰ ਯਾਦ ਕਰੀਏ ਬਾਬਾ ਉਹ ਵੀ ਯਾਦ ਕਰਦਾ ਜਿਹਨੂੰ ਯਾਦ ਕਰੀਏ ਉਹ ਵੀ ਯਾਦ ਕਰਦਾ ਕੌਣ ਸੱਚੇ ਪਰਵਤਗਾਰ ਦਾ ਹੈ ਆਹ ਦਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ ਹੈ ਗੁਰੂ ਨਾਨਕ ਬੰਦਾ ਨਹੀਂ ਸੀ ਪਰ ਇਹ ਦੀਵਾਨੀਆਂ ਯਾਰ ਦੀ ਦੀਦ ਬਦਲੇ ਰੱਬ ਬੰਦਿਆਂ ਦਾ ਰੂਪ ਧਾਰਦਾ ਹੈ
معاف کرنا مانگ لیا سب کو خدا سے گرو گرنتھ صاحب مانگ لیا سب کو خدا سے تجھے مانگنے کے بعد تجھے مانگنے کے بعد اب اڑتے نہیں ہاتھ میرے اس دعا کے بعد ہن منگا دے کی منگا گرو گرنتھ صاحب تیری صورت رب دی ہے صورت اسا رب نو تک کے کی لینا یہ گلا نے سجنا راج دیا اصا جگ نو دس کے کی لینا کتے شما بنیا اج دے درشن کران گے تہاڈا سارے دا دھنواد جی آیا نو گرو کے لنگر سنگت تیار کیتے نے ارداس تو بعد آپ نے سارے نے گرو کے لنگر چک کے جانا تے پھر ساتھ سما بنیا کران گے آپ جی دے درشن ارداس معاف کرنا تو ٹھاکر